smoking and consumption of alcohol are injurious to health. ਦੁਨੀਆ ਬਣਾਉਣ ਵਾਲਿਆ, ਸਾਡੀ ਫਸਲਾਂ ਉਗਾਉਣ ਵਾਲਿਆਂ ਦੀ ਅਰਦਾਸ ਕਦੋਂ ਸੁਣੇਗਾ ਤੂੰ? ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਪੀ ਸੱਚ ਬੇੜਾ ਪਾਰ ਲੰਘਾ ਲੈ ਤੂੰ ਬੰਦਿਆ ਸਤਿਗੁਰਾਂ ਦੇ ਲੜ ਲੱਗ ਕੇ ਕੁਝ ਨਾਲ ਨਾ ਜਾਣਾ ਏ ਨਾਲ ਨਾ ਜਾਣਾ ਏ ਸਭ ਕੁਝ ਰਹਿ ਜਾਣਾ ਏ ਜਗ ਤੇ ਬੇੜਾ ਪਾਰ ਲੰਘਾ ਲੈ ਸਮਾਨ ਲੱਦ ਕੇ ਕਿੱਧਰ ਮੂੰਹ ਚੱਕਿਆ ਵੇ? ਤੇਰੀ ਮਰਜ਼ੀ ਤੋਂ ਬਿਨਾਂ ਤਾਂ ਬੀਬੀ ਇਸ ਘਰ 'ਚੋਂ ਕੋਈ ਮਿੱਟੀ ਦੀ ਮੁੱਠ ਨਹੀਂ ਚੱਕ ਸਕਦਾ। ਮੂੰਹ ਕਿਸੇ ਨੇ ਕੀ ਚੱਕਣਾ? ਨਾ ਬੋਲਣਾ ਕਿੱਥੋਂ ਸਿੱਖਿਆ? ਚੁੱਪ ਰਹਿ ਕੇ ਵੀ ਕੀ ਮਿਲਿਆ ਮਾਂ? ਦੇ ਆਸ਼ੀਰਵਾਦ। ਆਸ਼ੀਰਵਾਦ ਵੀ ਮਿਲ ਜੂ, ਪਹਿਲਾਂ ਸਿੱਧੀ ਸਿੱਧੀ ਤਰ੍ਹਾਂ ਇਹ ਦੱਸ ਪੁੱਤ ਮੇਰਿਆ ਬਈ ਚੱਲਿਆ ਕਿੱਧਰ ਹੈ? ਮੇਰੀ ਬਦਲੀ ਹੋ ਗਈ ਬੀਬੀ, ਜੈਂਤੀ ਮਾਜਰੀ ਚੰਡੀਗੜ੍ਹ ਦੇ ਕੋਲ। ਨਾ ਪਹਿਲਾਂ ਤਾਂ ਦੱਸਿਆ ਨਹੀਂ, ਫਿਰ ਬਹੁਤ ਦੇਰ ਤੋਂ ਕਦੇ ਕਿਸੇ ਨੇ ਕੁਛ ਪੁੱਛਿਆ ਵੀ ਤਾਂ ਨਹੀਂ। ਨਾਲੇ ਬੀਬੀ ਤੂੰ ਪੁੱਛਦੀ ਨਹੀਂ, ਤੂੰ ਤਾਂ ਬਸ ਕਹਿੰਦੀ ਚੱਲਦਾ ਮੈਂ। ਸਤਨਾਮ ਸਤਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ, ਸਤਨਾਮ ਸਤਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ। ਪਾਏ ਹੱਥ ਫੜ
ਸਕੂਲ ਕਿੱਧਰ ਹੈ ਜੀ? ਸਿੱਧਾ ਵਗ ਜਾ। ਬਹੁਤ ਮਿਹਰਬਾਨੀ। ਕਿਤੇ ਨਵਾਂ ਮਾਸਟਰ ਤਾਂ ਨਹੀਂ? ਲੱਗਦਾ ਇੱਕ ਚਿੱਠੀ ਹੋਰ ਵੱਧ ਗਈ ਆਪਣੇ ਪਿੰਡ ਚ। ਦੇਖੋ ਜੀ, ਮੇਰੇ ਅੰਡਰ ਜੁਆਇਨ ਕਰਨ ਦਾ ਮਤਲਬ ਹੈ ਨੋ ਫਰਲੋ। ਮੈਂ ਆਪ ਛੁੱਟੀ ਲੈਂਦਾ ਨਹੀਂ ਤੇ ਕਿਸੇ ਨੂੰ ਛੁੱਟੀ ਤੋਂ ਬਿਨਾਂ ਜਾਣ ਨਹੀਂ ਦਿੰਦਾ। ਕੀ ਬਾਤ ਹੈ, ਵੈਰੀ ਗੁੱਡ ਸਰ। ਬੱਚਿਓ ਉੱਠੋ, ਪੁੱਤਰ ਚਲੋ ਕਲਾਸ। ਠੀਕ ਹੈ ਸਰ। ਆਪਣਾ ਵੀ ਮਾਸਟਰ ਜੀ ਤੁਹਾਡੇ ਵਾਲਾ ਹਿਸਾਬ ਹੀ ਹੈ ਵੈਸੇ। ਮੈਂ ਤਾਂ ਬਲਕਿ ਸੰਡੇ ਨੂੰ ਵੀ ਸਕੂਲ ਆ ਕੇ ਬਹੁਤ ਖੁਸ਼ ਹੁੰਦਾ। ਮੈਂ ਤਾਂ ਆਇਆ ਕਰੂੰਗਾ ਸੰਡੇ ਨੂੰ, ਤੁਸੀਂ ਵੇਖੋ ਜੇ ਸੈਟਿੰਗ ਬਣਦੀ ਹੈ। ਉਹ ਛੱਡੋ ਤੁਸੀਂ ਇਹਨਾਂ ਗੱਲਾਂ ਨੂੰ। ਮੈਂ ਤੁਹਾਡੇ ਰਹਿਣ ਦਾ ਇੰਤਜ਼ਾਮ ਸੂਬੇਦਾਰ ਸਾਹਿਬ ਦੇ ਘਰ ਕਰ ਦਿੱਤਾ। ਆ ਬਿਜਲੀ ਪਾਣੀ ਦੇ ਖਰਚੇ ਮਿਲਾ ਕੇ ਕੋਈ 2500 ਰੁਪਏ ਤੁਹਾਨੂੰ। ਇੰਡੀਆ 'ਚ ਕਿੰਨੀਆਂ ਸਟੇਟਾਂ ਨੇ ਹੁਣ? ਉਹ ਕਮਾਲ ਕਰਦੇ ਹੋ ਨੀਤੂ ਮੈਡਮ, ਆ ਗੂਗਲ ਆਂਟੀ ਤੁਹਾਡੇ ਕੋਲ ਹੈ, ਇਹਨੂੰ ਪੁੱਛੋ। ਮੈਡਮ 29 ਸਟੇਟਸ ਨੇ ਤੇ 7 ਯੂਨੀਅਨ ਟੈਰੀਟਰੀਜ਼। ਚਲੋ ਚਲੋ। ਵੈਸੇ ਤੁਹਾਡਾ ਗੂਗਲ ਅੰਕਲ ਬੰਨਾ ਠੀਕ ਨਹੀਂ। ਸਰ ਜੀ ਸਰ ਜੀ, ਅੱਜ ਫੜ ਲਓ, ਕਿੰਨੇ ਵਜੇ ਮਾਰਨੀ ਹੈ ਜੀ ਤੁਸੀਂ? ਮਿਡ ਡੇ ਮੀਲ ਖਾ ਕੇ ਜੀ ਜਾਂ ਪਹਿਲਾਂ ਹੀ ਜੀ? ਕਿਹੜੀ ਫੜ ਲਓ, ਤੂੰ ਜਾ ਕੇ ਆਪਣਾ ਕੰਮ ਕਰ, ਮਾਰ ਸਬਜ਼ੀ 'ਚ ਕੜਛੀ ਕੁੜਛੀ। ਨਵੇਂ ਨਵੇਂ ਸਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ। ਚਲੋ ਸਤਿ ਸ਼੍ਰੀ ਅਕਾਲ। ਅੱਛਾ ਮੈਨੂੰ ਸਾਰੇ ਦੱਸ ਦੋ, ਮੈਂ ਕਲਾਸ ਕਿਹੜੀ ਲੈਣੀ ਹੈ? ਉਹ ਛੱਡੋ ਸਰ, ਪਹਿਲਾ ਦਿਨ ਕਾਹਦੀਆਂ ਕਲਾਸਾਂ, ਸਾਰਾ ਸਾਲ ਕਲਾਸਾਂ ਹੀ ਲੈਣੀਆਂ। ਹੁਣ ਤੁਸੀਂ ਰੈਸਟ ਕਰੋ, ਗੇਟੋ ਖੱਬੇ ਪਾਸੇ ਨਿਕਲ ਕੇ ਜਿਹਨੂੰ ਮਰਜ਼ੀ ਪੁੱਛ ਲਓ ਸੂਬੇਦਾਰਾਂ ਦਾ ਘਰ। ਪਰ ਉਸ ਤੋਂ ਪਹਿਲਾਂ ਇੱਕ ਮਿੰਟ ਰੁਕੋ ਮਹਾਰਾਜ, ਇੱਕ ਸੈਲਫੀ ਤਾਂ ਕਰ ਲਈਏ ਫੇਸਬੁੱਕ ਲਈ, ਲਿਖ ਕੇ ਪਾਵਾਂਗੇ ਕਿ ਫੀਲਿੰਗ ਹੋਰੂ ਹੋਰੂ ਵਿਦ ਨਿਊ ਕਲੀਗ। ਆ ਸਮਾਈਲ ਪਲੀਜ਼। ਪੰਜਾਹ ਰੁਪਏ 70 ਪੈਸੇ ਨੱਥੂ ਭਾਨੋ ਕਾ, 5 ਰੁਪਈਏ ਚਰਨਾ ਫੁੱਲ ਦਲਵਾਰੇ ਕਾ, 16 ਰੁਪਈਏ ਕਰਮੀ। ਹਾਂਜੀ ਭਾਈ ਸਾਹਿਬ, ਕੀ ਚਾਹੀਦਾ? ਬਸ ਜੀ ਤੁਹਾਡੀ ਪਿਆਰੀ ਜੀ ਸਮਾਈਲ ਤੇ ਅੱਧਾ ਕੁ ਮਿੰਟ ਚਾਹੀਦਾ ਪਿਆਰਿਓ। ਸਮਾਈਲ ਨੂੰ ਕਿਹੜਾ ਮੈਂ ਮਨਾਹੀ ਕੀਤੀ ਹੈ, ਨਾਲੇ ਗੱਲਾਂ ਬੜੀਆਂ ਮਿੱਠੀਆਂ ਕਰਦੇ ਹੋ, ਖੰਡ ਮਿਲ ਜੀ ਲੱਗੇ ਹੋ। ਬਸ ਜੀ ਉਸ ਅਕਾਲ ਪੁਰਖ ਨੇ ਜੀਭ ਤੇ ਖੰਡ ਮਿਲ ਲਾ ਰੱਖੀ ਹੈ ਜੀ। ਉਹ ਕਿਵੇਂ ਆ ਮਿੱਤਰਾ, ਸ਼ਿੰਗਾਰ ਦੀ ਘੋੜੀ ਫਿਰ ਜਾਉਂਦੇ ਮੋੜਾ ਵੀ? ਓਏ ਉਲਗੀ ਵਿੱਚ ਆ ਬਾ। ਅੱਛਾ ਸ਼ੰਭੂਨਾਥ ਜੀ, ਆਪਣੇ ਸੂਬੇਦਾਰ ਸਾਹਿਬ ਦਾ ਘਰ ਕਿੱਥੇ ਹੈ ਭਲਾ? ਅੱਛਾ ਅੱਛਾ, ਸੂਬੇਦਾਰ ਦੇ ਜਾਣਾ ਦਾ ਮਤਾ ਲੌਂਗ ਲੰਬੂਰੀ ਦਾਦਾ ਸੀ। ਆਇਆ ਕਰੋ ਮਾਸਟਰ ਜੀ, ਇੱਥੋਂ ਸੱਜੇ ਨੂੰ ਕੱਟ ਲਓ, ਖੱਬੇ ਪਾਸੇ ਮੁੜ ਕੇ ਦੂਜੇ ਹੀ ਘਰ ਆ ਉਹਨਾਂ ਦਾ। ਠੀਕ ਹੈ ਜੀ ਠੀਕ। ਪਰ ਸ਼ੰਭੂਨਾਥ ਜੀ, ਹਾਂਜੀ, ਤੁਹਾਨੂੰ ਕਿਵੇਂ ਪਤਾ ਕਿ ਮੈਂ ਮਾਸਟਰ ਹਾਂ? ਮਹਾਰਾਜ ਜਿਹੜਾ ਪਹਿਲਾ ਮਾਸਟਰ ਸੀ ਉਹ ਵੀ ਸੂਬੇਦਾਰ ਦੇ ਘਰ ਹੀ ਰਹਿੰਦਾ ਸੀ, ਉਹ ਵੀ ਲੌਂਗ ਲੰਬੂਰ ਆ ਗਿਆ ਮੇਰੇ ਨਾਲ, ਜਾਂਦਾ ਜਾਂਦਾ ਪਤੰਦਰ 97 ਰੁਪਈਏ ਨੱਪ ਗਿਆ ਮੇਰੇ। ਚੱਲ ਰਕਮ ਤਾਂ ਕੋਈ ਵੱਡੀ ਨਹੀਂ ਸੀ, ਉਹ ਗੱਲ ਹੈ ਇੱਕ, ਪਹਿਲੇ ਮਾਸਟਰ ਦੇ 97 ਰੁਪਈਏ ਵੀ ਮੇਰੇ ਅਕਾਊਂਟ 'ਚ ਹੀ ਰੱਖ ਲਿਓ। ਪਤਾ ਬੜਾ ਦਿਲਦਾਰ ਲੱਗਦਾ ਬਈ। ਹੈ ਉਹ ਬਿੰਦਰ ਪੁੱਤਰ, ਮਾਸਟਰ ਜੀ ਆਏ, ਵਾਟਰ ਸਪਲਾਈ ਕਰੋ ਇਹਨਾਂ ਨੂੰ, ਪਰ ਇੱਕ ਗਲਾਸ। ਮੈਂ ਵਾਟਰ ਵੇਸਟਿੰਗ ਨੂੰ ਹੇਟ ਕਰਦਾ ਜੀ। ਖੈਰ ਸਾਡਾ ਘਰ ਲੱਭਣ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਆਈ? ਨਾ ਜੀ, ਤੁਹਾਡਾ ਤਾਂ ਸਾਰਾ ਪਿੰਡ ਹੀ GPS ਹੈ ਜੀ, ਜਿਹਨੂੰ ਪੁੱਛ ਲਓ ਟਿਕਾਣੇ ਤੇ ਹੀ ਭੇਜ ਦੇਣਗੇ। ਥੈਂਕ ਯੂ ਭੈਣ ਜੀ। ਇਹ ਮੇਰੀ ਧੀ ਹੈ ਬਿੰਦਰ, ਇੱਕ ਦੋਤਾ ਹੈ ਮੇਰਾ, ਮਿੱਠੂ ਹੈ ਉਹਦਾ ਨਾਂ, ਸਾਰਾ ਦਿਨ ਜੀ ਲਾ ਰੱਖਦਾ ਹੈ, ਤੁਹਾਡੇ ਹੀ ਸਕੂਲ 'ਚ ਪੜ੍ਹਦਾ ਹੈ। ਅੱਛਾ, ਆ ਪੌੜੀਆਂ ਚੜ ਜਾ, ਇਹ ਚਵਾਰਾ ਤੁਹਾਡਾ ਹੀ ਹੈ ਜੀ। ਸੁਭਦਰ ਸਾਹਿਬ ਸ਼ੁਕਰੀਆ। ਬਿੰਦਰੇ ਮਾਸਟਰ ਜੀ ਵਾਸਤੇ T2 ਧਰ ਲਓ। ਲੜ ਖੁਸ਼ੀਆਂ ਦੇ ਲਾਉਂਦੀ ਹੈ ਬਾਣੀ ਸਤਿਗੁਰੂ ਨਾਨਕ ਦੀ, ਲੜ ਖੁਸ਼ੀਆਂ ਦੇ ਲਾਉਂਦੀ ਹੈ ਬਾਣੀ ਸਤਿਗੁਰੂ ਨਾਨਕ ਦੀ, ਲੜ ਖੁਸ਼ੀਆਂ ਦੇ ਲਾਉਂਦੀ ਹੈ ਬਾਣੀ ਸਤਿਗੁਰੂ ਨਾਨਕ ਦੀ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਗੁਰਮੁਖ ਜੀ। ਸਤਿ ਸ਼੍ਰੀ ਅਕਾਲ ਬਾਣੀ ਜੀ, ਗੁੱਡ ਮਾਰਨਿੰਗ।
आलो प्रसाद लेन लियाओ जी है गुरमुख जी सिर तक टक लो सॉरी यार बाणी वैसे ना मैं तो ना दे गुरमुख है कहनी और करनी दी गुरमुखता तू है भाई ओए होए होए इना मान बख्शा नहीं मानी नू आज तक पावे मैं रोटी ना ही खावा प्यार नाली रजगी हुन तो सगों आने वाले लिए भी खाना तुसी जे मेरे हुंदिया मां पुत दी खुराक च कोई कमी आई ना फिर वेखियो तुसी तुसी भी मां पुत कहा तुसी भी चाहुंदे हो कि पुत ही होवे ओ तू कमलियां दस है ਉਹੀ ਸੁਭਾਅ ਕੀ ਮੇਰੇ ਮੂੰਹ ਨਿਕਲ ਗਿਆ ਸੀ ਮੈਨੂੰ ਤਾਂ ਨਿਆਣਾ ਚਾਹੀਦਾ ਮੁੰਡਾ ਹੋਵੇ ਜਾਂ ਕੁੜੀ ਚੂਚਾ ਜਾਂ ਬਲੂੰਗੜਾ ਨਹੀਂ ਹੋਣਾ ਚਾਹੀਦਾ ਤੈਨੂੰ ਮੈਂ ਜਾਓ ਤੁਸੀਂ ਡਰਾਈ ਦਿੱਤਾ ਮੈਨੂੰ ਲੱਗੇ ਤੁਸੀਂ ਵੀ ਬੀਜੀ ਵਾਂਗ ਮੁੰਡਾ ਹੀ ਪਾਲਦੇ ਹੋ ਬੀਜੀ ਰੋਜ਼ ਕਹਿ ਦਿੰਦੇ ਆ ਮੈਨੂੰ ਪੋਤਾ ਚਾਹੀਦਾ ਓਏ ਓ ਐਵੇਂ ਸੋਚਿਆ ਨਾ ਕਰ ਬੀਬੀ ਬਾਰੇ ਤੈਨੂੰ ਪਤਾ ਬੁੜੀਆਂ ਦੀ ਆਦਤ ਦਾ ਦਰਅਸਲ ਉਹ ਵੀਰ ਵੱਡੇ ਦੇ ਵੀ ਤਿੰਨ ਕੁੜੀਆਂ ਹੀ ਆ ਨਾ ਤਾਂ ਬੀਜੀ ਚਾਹੁੰਦੀ ਹੈ ਭਈ ਪੋਤੇ ਦਾ ਵੀ ਮੂੰਹ ਦੇਖ ਲੈ ਅੱਛਾ ਤੇ ਜੇ ਪੋਤੀ ਪੋਤੀ ਇਜ਼ ਐ ਖੂਬਸੂਰਤ ਜੋਤੀ ਜੇ ਬੇਬੇ ਦੇ ਘਰ ਹੋ ਗਈ ਨਾ ਪੋਤੀ ਆਪਾਂ ਉਹਦਾ ਨਾਂ ਹੀ ਰੱਖ ਦੇਣਾ ਜੋਤੀ ਉਹ ਵੀ ਤੇਰੇ ਵਾਂਗ ਫਿਰ ਹਨੇਰਿਆਂ ਨੂੰ ਰੋਸ਼ਨ ਕਰਿਆ ਕਰੇਗੀ ਨਾ ਜੀ ਨਾ ਹਾਂ ਜੀ ਹਾਂ ਨਾ ਜੀ ਨਾ ਮਾਸਟਰ ਜੀ ਕੀ ਗੱਲ ਅੱਖ ਲੱਗ ਗਈ ਸੀ ਨਾ ਜੀ ਲੱਗੀਆਂ ਯਾਦ ਆ ਗਈਆਂ ਸੀ ਥੋੜਾ ਉੱਚੀ ਬੋਲਿਆ ਕਰੋ ਮੈਨੂੰ ਲੋ ਸਾਊਂਡ ਡਿਸਪਲਿਨ ਪਸੰਦ ਨਹੀਂ ਮੈਂ ਕਹਿ ਰਿਹਾ ਸੀ ਜੀ ਕਿ ਵਧੀਆ ਕੀਤਾ ਤੁਸੀਂ ਆ ਚਾਹ ਲਿਆਏ ਨਾ ਹੋਈ ਤਾਂ ਵੈਸੇ ਤੁਹਾਨੂੰ ਖਿੱਚ ਲਈ ਹੈ ਨਹੀਂ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਦੋਂ ਤੁਸੀਂ ਬਣਾਉਣ ਲੱਗ ਗਏ ਅਸੀਂ ਖਾਲੀ ਗਲਾਸ ਲੈ ਕੇ ਰੋਜ਼ ਤੁਹਾਡੇ ਦਰਵਾਜ਼ੇ ਤੇ ਖੜ ਜਾਇਆ ਕਰਦਾ ਮੈਂ ਸ਼ਰਮ ਨਹੀਂ ਮਹਿਸੂਸ ਕਰਦਾ ਬਾਈ ਦੀ ਵੇ ਜਾਤ ਗੋਤ ਕੀ ਹੈ ਤੁਹਾਡਾ ਜਾਤ ਮੇਰੀ ਸਿੱਖ ਹੈ ਜੀ ਤੇ ਗੋਤ ਸਿੰਘ ਹੈ ਸਤਨਾਮ ਸਤਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਮੇਰੇ ਦੋਸ਼ ਤੇ ਬੁਰਾਈਆਂ ਨੂੰ ਅਣਦੇਖਿਆ ਕਰਨਾ ਮਨ ਨੀਵਾਂ ਤੇ ਮਤ ਉੱਚੀ ਰੱਖਣਾ ਬਲ ਬਖਸ਼ਣਾ ਕਿ ਮੈਂ ਨਿਮਾਣਿਆਂ ਤੇ ਨਿਤਾਣਿਆਂ ਦੇ ਨਾਲ ਖੜਾ ਹੋ ਸਕਾਂ ਸਤਨਾਮ ਸਤਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ ਪਿੰਡ 'ਚ ਕੋਈ ਬੰਦਾ ਨਹੀਂ ਦਿਸਦਾ ਇੱਥੇ ਸ਼ਾਮ ਨੂੰ ਕਿਤੇ ਕਰਫਿਊ ਤਾਂ ਨਹੀਂ ਲੱਗਦਾ ਹੈਂ ਕਿੱਧਰ ਗਈ ਸਾਰੀ ਜਨਤਾ ਇੱਥੇ ਆ ਦੇਸ਼ ਦੀ ਇੰਪੋਰਟੈਂਟ ਜਨਤਾ ਆਪਣਾ ਹੈਂਗਰ ਤੂੰ ਕਿੱਧਰ ਲਟਕਦਾ ਫਿਰਦਾ ਓਏ ਉਹ ਪਤੰਦਰੋ ਤੁਸੀਂ ਵੀ ਘਰੋਂ ਬਾਹਰ ਦੁਖੀ ਆ ਜਿਹੜੇ ਰੋਜ਼ ਹੀ ਆ ਜਾਂਦੇ ਰਾਗੀ ਸਕੀਮਾ ਓਏ ਹੈਂਗਰ ਮਾਡਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਲਾਟਰੀ ਪਿੰਡ ਦਾ ਪਰਸਨਲ ਡਾਕੀਆ ਅਸਲੀ ਨਾਮ ਕੀ ਹੈ ਕੀ ਗੱਲ ਉਹ ਡਿਊਟੀ ਲੱਗ ਗਈ ਵੀ ਤੜਕੇ ਲੈਟਰਿੰਗ ਜਾਂਦੇ ਨੂੰ ਗਿਣੋ ਤੇ ਸ਼ਾਮ ਨੂੰ ਪੈਗ ਲਾਉਂਦਿਆਂ ਨੂੰ ਮਿਲੋ ਡਿਊਟੀ ਦਾ ਤਾਂ ਕੀ ਹੈ ਜੀ ਡਿਊਟੀ ਦੇ ਵਿੱਚੋਂ ਹੀ ਡਿਊਟੀ ਨਿਕਲਦੀ ਹੈ ਜੀ ਹੈਂ ਇੱਕ ਡਿਊਟੀ ਕਹਿੰਦੀ ਤੂੰ ਮੈਨੂੰ ਕਰ ਦੂਜੀ ਕਹਿੰਦੀ ਮੈਂ ਮਰ ਜੂੰ ਤੇਰੇ ਬਿਨਾ ਤੀਜੀ ਡਿਊਟੀ ਦੀ ਵੱਖਰੀ ਫਰੈਂਡ ਰਿਕੁਐਸਟ ਆ ਜਾਂਦੀ ਹੈ ਜੀ ਹੈਂਗਰਾ ਮੈਨੂੰ ਮਾਟਰ ਪਹਿਲਾਂ ਹੀ ਘੁੱਟ ਲਾ ਕੇ ਆ ਲੱਗਦਾ ਪਰ ਕੱਚ ਕੋਈ ਗੱਲ ਨਹੀਂ ਜੀ ਹੋਰ ਲਵਾ ਦਿੰਨੇ ਆ ਕਿਹੜੀ ਲਿਆਵਾਂ ਜੀ ਮਾਫ ਕਰੋ ਮਿੱਤਰੋ ਨਾ ਮੈਂ ਪੀਆਂ ਤੇ ਨਾ ਮੈਂ ਪਿਆਵਾਂ ਕਿਸੇ ਨੂੰ ਮੇਰਾ ਇੱਥੇ ਕੀ ਮੋਮਬੱਤੀਆਂ ਲਾਉਣਾ ਹੈ ਮੈਂ ਜੀ ਦਰਅਸਲ ਛੇਤੀ ਦੇ ਬਈ ਗੁਰੂ ਘਰ ਗਿਆ ਸੀ ਉੱਥੇ ਦਿਸਿਆ ਹੀ ਕੋਈ ਨਹੀਂ ਤੁਸੀਂ ਸੋਚਿਆ ਹੋਣਾ ਵੀ ਪਿੰਡ ਨੂੰ ਕੀ ਸੱਪ ਸੁੰਘ ਗਿਆ ਉਹ ਮੈਂ ਨਹੀਂ ਕਿਸੇ ਨੂੰ ਸੁੰਘਿਆ ਉਹ ਤੈਨੂੰ ਨਹੀਂ ਕਿਹਾ ਸੱਪ ਦਰਅਸਲ ਜੀ ਲੋਕਾਂ ਨੂੰ ਮਿਲੇ ਬਿਨਾ ਔਰ ਉਹਨਾਂ ਨਾਲ ਗੱਲਾਂ ਕੀਤੇ ਬਿਨਾ ਮੇਰਾ ਤਾਂ ਟਾਈਮ ਨਹੀਂ ਲੰਘਦਾ ਜੀ ਤੁਰੇ ਫਿਰਦਿਆਂ ਇੱਧਰ ਰੌਣਕ ਜੀ ਦੀ ਸੀ ਇੱਧਰ ਨੂੰ ਆ ਗਿਆ ਜੀ ਸਾਡੇ ਪਿੰਡ ਵਾਲੇ ਤਾਂ ਗੁਰਦੁਆਰੇ ਸਾਲ ਛਮਾਹੀ ਜਾਂਦੇ ਆ ਜੀ ਆਥਣ ਵੇਲੇ ਟੀਵੀ ਦੀ ਮਕਾਨ ਭਰਦੇ ਆ ਤੇ ਆ ਲਾਟਰੀ ਅਰਗੇ ਆ ਜਿਹੜੇ ਇਸੇ ਖਾੜਾ ਲਾਉਂਦੇ ਸ਼ਾਮ ਨੂੰ ਐ ਕਰੋ ਫਿਰ ਮਿੱਤਰ ਪਿਆਰਿਓ ਇੱਕ ਕੱਪ ਚਾਹ ਦਾ ਪਿਆਓ ਸਰ ਨਾ ਪੀਏ ਤੇ ਨਾ ਪਿਆਈਏ
ਚਾਹ ਤਾਂ ਹੈ ਨਹੀਂ ਜੀ। ਉਹ ਹੈ ਨਹੀਂ, ਉਹ ਕੱਲ ਸਕੂਟਰ ਚੱਕਿਆ ਗਿਆ, ਉਹ ਦੇਖ ਲੋ ਅੱਜ ਸਾਈਕਲ ਚੱਕਿਆ ਗਿਆ, ਉਹ ਮੈਂ ਲੁੱਟਿਆ ਗਿਆ। ਉਹ ਤੂੰ ਘਰ ਨੂੰ ਜਾ ਸੱਪ, ਮੈਂ ਆਪੇ ਲੱਭ ਦੂੰ, ਪਰ ਰੁਪਈਆ 100 ਲੱਗੂ। ਸਮਾਨ ਚੋਰੀ ਕਰਵਾਤਾ, ਬਾਅਦ ਚ ਉਹੀ ਚੋਰੀ ਦਾ ਸਮਾਨ ਦੱਸਣ ਦੇ ਵਿੱਚ ਮੋਟੀ ਫੀਸ ਲਾ ਤੀ ਅਗਲੇ ਨੂੰ। ਨਾਈਸ, ਵੈਰੀ ਨਾਈਸ। ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਲਾਟਰੀ ਕੀ ਕਹਿ ਗਿਆ ਇਹ? ਮਤਲਬ ਕਹਿੰਦਾ ਵੀ, ਕਹਿੰਦਾ 100 ਰੁਪਿਆ ਫੀਸ ਘੱਟ ਹੈ, ਰੇਟ ਚੱਕ ਲੋ। ਓਕੇ ਜੀ, ਥੈਂਕ ਯੂ। ਬਸ ਨਾਟੀ। ਸਰ ਜੀ, ਸਰ ਜੀ, ਅੱਗ ਲੱਗੀ ਪਈ ਆ ਸਬਜ਼ੀ ਮੰਡੀ 'ਚ ਤਾਂ। ਓਹੋ ਹੋ ਹੋ ਹੋ, ਕੀ ਹੋ ਗਿਆ? ਕੋਈ ਨੁਕਸਾਨ ਤਾਂ ਨਹੀਂ ਹੋਇਆ ਜ਼ਿਆਦਾ? ਓ ਨਾ ਸਰ ਜੀ, ਉਹ ਵਾਲੀ ਨਹੀਂ, ਮੰਗਿਆਈ ਵਾਲੀ। ਕੀ ਰੌਲਾ ਪਾਇਆ ਤੁਸੀਂ? ਓਏ, ਤੁਹਾਡੇ ਮਾਸਟਰ ਜੀ ਕਿੱਥੇ ਆ? ਚਲੋ ਬੈਠੋ। ਇੱਥੇ ਨੇ। ਕਿੱਦਾਂ ਗੁਰਮੁਖ ਜੀ, ਅੱਜ ਭੁੰਜੇ ਹੀ ਆਸਣ ਲਾਇਆ, ਸੁੱਖ ਤਾਂ ਹੈ? ਪੁੱਲਰ ਸਾਹਿਬ, ਬਾਬਾ ਜੀ ਕਹਿ ਗਏ ਸੀ ਨਿਵੇਂ ਸੋ ਗੌੜਾ ਹੋਏ, ਸੋ ਕਦੇ ਕਦੇ ਬਾਬਾ ਜੀ ਦੀ ਮੰਨ ਲਈਦੀ ਹੈ। ਫੜ ਲਓ ਸਰ ਜੀ, ਪਾਪਾ ਚੰਡੀਗੜ੍ਹ ਤੋਂ ਸਸਤੀ ਬੋਤਲ ਲੈ ਕੇ ਆਏ ਸੀ, ਲੈ ਜਿਓ। ਚੁੱਪ ਕਰੇ, ਮੈਂ ਜ਼ਰਾ ਚੱਕੀ ਤੋਂ ਆਟਾ ਚੁੱਕ ਲਿਆ ਵਾ, ਤੁਸੀਂ 2 ਮਿੰਟ ਇਹਨਾਂ ਨਾਲ ਭੰਬਾ ਭੋ ਖੇਡੋ, ਬਸ ਮੈਂ ਗਿਆ ਤੇ ਆਇਆ। ਠੀਕ ਹੈ, ਠੀਕ ਹੈ, ਧਿਆਨ ਰੱਖਿਓ। ਓਏ, ਫੜ ਲਓ ਸਰ ਜੀ, ਕੀ ਹੁੰਦਾ? ਸਰ ਜੀ, ਫੜ ਲਓ, ਜ਼ਿਆਦਾ ਮਾਰ ਦੇਣ ਜੀ। ਪੁੱਤ, ਕਦੇ ਟੀਚਰਸ ਦੇ ਪੁੱਠੇ ਨਾਂ ਨਹੀਂ ਲਈਦੇ, ਠੀਕ ਹੈ? ਸਰ, ਇਹਨਾਂ ਦੇ ਕਿਹੜੇ ਸਿੱਧੇ ਨਾਮ ਨੇ? ਆਹ ਪੈਟਰੋਲ ਹੈ, ਆਹ ਦੁੱਖ ਦੇਣਾ ਤੇ ਆਹ ਫਿਊਜ਼ ਹੈ। ਮੈਡਮ, ਜਿੱਥੇ ਕੋਈ ਚੀਜ਼ ਗਲਤ ਹੈ ਉਹਨੂੰ ਸਹੀ ਥਾਂ ਤੇ ਲੈ ਕੇ ਆਉਣਾ ਸਾਡਾ ਟੀਚਰਸ ਦਾ ਧਰਮ ਹੈ। ਜੇ ਇਹਨਾਂ ਬੱਚਿਆਂ ਨੂੰ ਇੱਕ ਦੂਸਰੇ ਦੇ ਨਾਂ ਹੀ ਨਹੀਂ ਪਤਾ ਹੋਣਗੇ ਤਾਂ ਫਿਰ ਇਹਨਾਂ ਨੂੰ ਭਾਈ ਜੈਤਾ ਜੀ, ਭਾਈ ਤਾਰੂ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਕਨਈਆ ਜੀ, ਬੰਦਾ ਬਹਾਦਰ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ, ਦੀਵਾਨ ਟੋਡਰਮਾਲ, ਪੀਰ ਬੁੱਧੂ ਸ਼ਾਹ, ਇਹਨਾਂ ਦੇ ਨਾਮ ਕੌਣ ਦੱਸੇਗਾ? ਸੋ ਮੈਮ, ਸਿਖਾਉਣ ਵਾਸਤੇ ਸਿੱਖਣਾ ਪੈਣਾ। ਵਿਦਿਆ ਵਿਚਾਰੀ ਤੱਪਾ ਰੂਪਕਾਰੀ ਬੱਚਿਓ, ਇਹ ਬਾਬੇ ਗੁਰੂ ਨਾਨਕ ਦੀ ਬਾਣੀ ਹੈ ਤੇ ਗੁਰਬਾਣੀ ਸਾਨੂੰ ਰਸਤਾ ਦੱਸਦੀ ਹੈ ਕਿ ਕਿੱਧਰ ਜਾਣਾ ਔਰ ਕਿੱਧਰ ਨਹੀਂ ਜਾਣਾ। ਔਰ ਬਾਬੇ ਦੇ ਦਰ ਤੋਂ ਅਸੀਂ ਜੋ ਵੀ ਸੱਚੇ ਮਨੋਂ ਮੰਗਦੇ ਹਾਂ ਨਾ ਬੱਚੇ, ਉਹ ਸਾਨੂੰ ਮਿਲ ਜਾਂਦਾ। ਅੱਛਾ ਸਰ ਜੀ, ਜੋ ਮੰਗੋ ਉਹੀ ਮਿਲ ਜਾਂਦਾ? ਸੱਚੇ ਮਨੋਂ ਮੰਗਾਂਗੇ ਜ਼ਰੂਰ ਮਿਲਦਾ। ਸਰ ਜੀ, ਜੇ ਮੰਗੀ ਮੈਥ ਨਾ ਪੜਾਇਆ ਜਾਵੇ ਤਾਂ ਬਣ ਜੂ ਗੱਲ? ਆਪਾਂ ਇਹ ਕਿਉਂ ਮੰਗਣਾ ਬੱਚੇ ਕਿ ਮੈਥਸ ਨਾ ਪੜਾਇਆ ਜਾਏ ਸਾਨੂੰ? ਆਪਾਂ ਇਹ ਕਿਉਂ ਨਹੀਂ ਮੰਗਦੇ ਕਿ ਬਾਬਾ ਜੀ ਮੈਨੂੰ ਮੈਥ ਸਮਝ ਆ ਜਾਏ? ਇਸੇ ਗੱਲ ਦਾ ਇਤਰੌਲਾ ਬੱਚੇ ਕਿ ਸਾਨੂੰ ਮੰਗਣਾ ਹੀ ਨਹੀਂ ਆਉਂਦਾ। ਗੁੱਡੀ, ਤੂੰ ਬਹੁਤ ਚੁੱਪ ਕਰਕੇ ਬੈਠੀ ਹੈ ਪੁੱਤ, ਨਾ ਤੂੰ ਮਨ ਨਾਲ ਖੇਡੀ ਹੈ, ਕਿਸੇ ਨਾਲ ਗੱਲ ਵੀ ਨਹੀਂ ਕਰਦੀ। ਹੈਂ, ਕੀ ਨਾਂ ਹੈ ਤੇਰਾ? ਸਰ ਜੀ, ਇਹ ਤਾਂ ਨਾ ਹੀ ਫਿਊਜ਼ ਹੈ, ਇਹਨੇ ਕੀ ਬੋਲਣਾ? ਤੇਰੇ 'ਚ ਜ਼ਿਆਦਾ ਕਰੰਟ ਲੱਗਦਾ ਪੁੱਤ ਮੈਨੂੰ। ਹੈਂ, ਤੂੰ ਚੁੱਪ ਕਰਕੇ ਨਹੀਂ ਬਹਿੰਦਾ? ਸਰ ਜੀ, ਤਾਂ ਹੀ ਤੈਨੂੰ ਪੈਟਰੋਲ ਕਹਿੰਦੇ ਆ। ਕੀ ਨਾਂ ਹੈ ਮੇਰੇ ਪੁੱਤ ਦਾ? ਜੀ, ਜੋਤੀ। ਪੋਤੀ ਇਜ਼ ਅ ਖੂਬਸੂਰਤ ਜੋਤੀ। ਜੇ ਬੇਬੇ ਦੇ ਘਰ ਹੋ ਗਈ ਨਾ ਪੋਤੀ, ਆਪਾਂ ਉਹਦਾ ਨਾਂ ਹੀ ਰੱਖ ਦੇਣਾ ਜੋਤੀ। ਬਹੁਤ ਸੋਹਣਾ ਨਾਂ ਹੈ ਪੁੱਤ। ਜੋਤੀ ਮਤਲਬ ਰੋਸ਼ਨੀ, ਚਾਨਣ। ਤੂੰ ਹਨੇਰਿਆਂ ਨੂੰ ਦੂਰ ਕਰੇਂਗੀ ਪੁੱਤ। ਸਰ, ਮੈਂ ਕਿਸ ਦਿਨ ਤੋਂ ਅਰਦਾਸ ਸ਼ੁਰੂ ਕਰ ਸਕਦਾ ਜੀ? ਤੂੰ ਕਾਹਦੀ ਅਰਦਾਸ ਸ਼ੁਰੂ ਕਰਨੀ ਹੈ ਬਈ? ਸੀਕ੍ਰੇਟ ਆ ਜੀ। ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਸੋ ਪੁੱਤ, ਅਗਰ ਅਸੀਂ ਅਰਦਾਸ ਲਈ, ਪੜ੍ਹਾਈ ਲਈ ਕਿਸੇ ਖਾਸ ਸਮੇਂ ਦਾ ਇੰਤਜ਼ਾਰ ਕਰੀ ਜਾਵਾਂਗੇ ਨਾ, ਉਹ ਫਿਰ ਕਦੇ ਹੋ ਹੀ ਨਹੀਂ ਸਕਦਾ। ਕਹਿੰਦੇ ਆ ਨਾ, ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਲ ਮੈਂ ਪਰਲੈ ਹੋਏਗੀ, ਫਿਰ ਕਰੋਗੇ ਕਬ? ਉਹ ਕਦੋਂ ਬਾਸਮਤੀ ਪਈ ਆ ਕਾਲੀਆਂ ਮਿਰਚਾਂ? ਉਹ ਪਿਰਸੀ, ਹਾਂਜੀ, ਆਹ ਸੌਦਾ ਪੱਤਾ ਤੋਲ ਕੇ ਦਾ। ਠੀਕ ਹੈ ਬਾਈ, ਕਮਾਲ ਆ ਮਾਸਟਰ ਜੀ, ਪਹਿਲੀ ਵਾਰ ਕਿਸੇ ਨੇ ਗੁਰਮੁਖੀ ਦੀ ਪਰਚੀ ਲਿਖ ਕੇ ਦਿੱਤੀ ਹੈ, ਮਹੀ ਦਾ ਇੱਥੋਂ ਪੰਜਵੀਂ ਫੇਰ ਵੀ ਅੰਗਰੇਜ਼ੀ ਦੀ ਘੋਲ ਕੰਦੇ ਮਾਰ ਕੇ ਲਿਆਉਂਦੇ ਆ। ਉਹ ਪੋਦੀ ਭੌਂਕ ਨਾ,
तू फीसा भरते रहे मेरिया पंजवी फेल नाले पास वो तो जटा दिया जड़ा च सरकार बह गई जड़िया तेरे वर्गिया लड़िया बुचिया सानू छेडा कर लग गई लग गया थोनू थोड़ी क्या सोही साहब गुस्सा कर कर्जा चुकया कहना गुआंढ़ियों ने बंबू कर दिता मैं कार दू हूं गुआंढ़ी तो हेलीकॉप्टर देंगे बी तू अपनी कुड़ी हवाई जहाज देगा लफ्तांस गुस्सा ना करी गल एक तू ऐ कर इन ये भी दस दे भाई मेरे मुंडे का रिश्ता टूट गया जे तेरा फिर भी नहीं सरदा फिर गल च ढोल पा ला ऐ कर गुरुद्वारे जाके ना अनाउंसमेंट करा दे ठीक है हाँ हेलो भौंक मैं बोधी राम दी बोधी पट रहा घरे आके तेरे गुत पटूंगा हूं तू मेरी शकल देख के वर्त तोड़ने ना करो नहीं निकल मलवादा दी पहाड़ा लिए ऐडा बड़ा रंग नंबर लादा दी गुस्सा ना करी गल ना एक ये की केस है जी बस जी केस बिगड़े ही समझो करजे कुर्जे की गल तो मैं थोड़ा समझाई दी थी ਇਹਦੇ ਮੁੰਡੇ ਦਾ ਰਿਸ਼ਤਾ ਹੋਇਆ ਸੀ ਨਾਲ ਦੇ ਪਿੰਡ ਦੇ ਸ਼ਮਸ਼ੇਰ ਲੈ ਕੇ ਇਹਦੀ ਕੁੜੀ ਦੇ ਨਾਲ ਪਹਿਲਾਂ ਤਾਂ ਉਹਦੇ ਕੋਲ ਵੀ ਇਹਦੇ ਜਿੰਨੀ ਜ਼ਮੀਨ ਸੀ ਬਾਅਦ 'ਚ ਉਹਦਾ ਲੱਗਿਆ ਸਹੀ ਨੰਬਰ ਚਿੱਟਾ ਵੇਚ ਵੇਚ ਕੇ ਕਾਲਾ ਧਨ ਕਮਾ ਲਿਆ ਉਹਨੇ ਫਿਰ ਰਿਸ਼ਤਾ ਤੋੜਤਾ ਬਸ ਤੁਸੀਂ ਇਹ ਸਮਝੋ ਵੀ ਸੋਹੀ ਸਾਹਿਬ ਨੇ ਜਿੰਨੇ ਨੰਬਰ ਵੀ ਲਾਏ ਨੇ ਬਸ ਰੋਂਗ ਨੰਬਰ ਹੀ ਲਾਏ ਨਾਨਕ ਦੁਖੀਆ ਸਭ ਸੰਸਾਰ ਕਿੰਨੇ ਹੋਏ ਲਾਲਾ ਜੀ 235 ਹੋ ਗਏ ਜੀ ਕੋਈ ਦੀ ਬਾਅਦ 'ਚ ਆ ਜਾਣਗੇ ਲਿਖ ਲਾਂਗੇ ਨਹੀਂ ਨਹੀਂ ਤੁਸੀਂ ਉਹ ਲਿਖ ਕੇ ਲਾਇਆ ਹੋਇਆ ਨਾ ਅੱਜ ਨਗਦ ਕੱਲ੍ਹ ਉਧਾਰ ਉਹ ਲਿਖੇ ਤੇ ਅੱਜ ਕੱਲ ਕੌਣ ਅਮਲ ਕਰਦਾ ਜੀ ਭਲਾ ਵੈਸੇ ਕਰਨਾ ਚਾਹੀਦਾ ਅਮਲ ਲਿਖੇ ਹੋਏ ਤੇ ਚਾਹੇ ਉਹ ਗੀਤਾ ਚ ਲਿਖਿਆ ਹੋਵੇ ਚਾਹੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੋਵੇ ਅਮਲ ਤਾਂ ਕਰਨਾ ਚਾਹੀਦਾ ਵੈਸੇ ਹੁਣ ਮੇਰੇ 15 ਰੁਪਏ ਨਿਕਲਦੇ ਜੀ ਤੁਹਾਡੇ ਵੱਲ ਕੋਈ ਨੀ ਉਹ ਫਿਰ ਸਾਦੇ ਵੱਲ ਲਿਖ ਦਿਓ ਲਓ ਫਿਰ ਖੁਸ਼ੀ ਇੱਕ ਸੈਲਫੀ ਕਰੀਏ ਆਪਾਂ ਫੇਸਬੁੱਕ ਤੇ ਡਾਊਨਲੋਡ ਕਰਾਂਗੇ ਸੱਪ ਦਾ ਸਾਈਕਲ ਮਿਲਣ ਤੋਂ ਬਾਅਦ ਵਿਦ ਹੈਂਗਰ ਐਕਸਾਈਟਿਡ ਫੀਲਿੰਗ ਲਪਾਤਾ ਫੇਸ ਮੇਰੇ ਸਗੇ ਯਾਰ ਹੈਂਗਰ ਲਾਟਰੀ ਜਿੰਦਾਬਾਦ ਜਿੰਦਾਬਾਦ ਅੱਲ ਮਾਫੇ ਜੀ ਕੀ ਆ ਓਏ ਓਏ ਤਾਂ ਫਿਸ਼ ਫਾਰ ਵਾਈਫ ਆ ਭਾਬੀ ਲਈ ਫਿਸ਼ ਭਾਬੀ ਲਈ ਓਏ ਵੈਰੀ ਗੁੱਡ ਵੈਰੀ ਨਾਈਸ ਹਸਬੰਡ ਸੱਪ ਸੱਪ ਬੈਠ ਬੈਠ ਲਪੜਿਆ ਗਲਾਸੀ ਓਏ ਦੋ ਚੀਜ਼ਾਂ ਜੱਟ ਮੰਗਦਾ ਜੱਟ ਮੰਗਦਾ ਫਾ ਜੱਟ ਮੰਗਦਾ ਸਲਫਾਸ ਜੱਟ ਮੰਗਦਾ ਦਿਸ ਐਂਡ ਦੈਟ ਹੁਣ ਹੁਣ ਜਾਂ ਬੈਂਕ ਵਾਲੇ ਨਹੀਂ ਜਾਂ ਫਿਰ ਮੈਂ ਨਹੀਂ ਟਰੈਕਟਰ ਚੱਕਣੂ ਫਿਰਦਿਆ ਯਾਰ ਜੱਟ ਦਾ ਹੱਥ ਲਾ ਕੇ ਦਿਖਾਉਣ ਜੇ ਦਿੱਲੀ ਦੀਆਂ ਕੁਰਸੀਆਂ ਨਾ ਪਲਟਾ ਕੇ ਰੱਖਦਿਆਂ ਹੈਂਗਰ ਲਿਆ ਵੀ ਮਿੱਤਰ ਪਿਆਰਿਆ ਚਾਹ ਦਾ ਕੱਪ ਆ ਇੱਕ ਚਾਹ ਕਿੱਥੇ ਇੱਥੇ ਸੋਹੀ ਸਾਹਿਬ ਮੈਂ ਸਵੇਰੇ ਚਾਹ ਦਾ ਸਮਾਨ ਦੇ ਗਿਆ ਸੀ ਸੋਹੀ ਸਾਹਿਬ ਭੁੱਖੋ ਭੁੱਖੋ ਸੋਹੀ ਦੇ ਜ਼ਖਮਾਂ ਦੇ ਨੂਣ ਉਹ ਕਿਸਮਤ ਦੀ ਮਾੜੀ ਲਿਖਦੀ ਪੈਰੀ ਰੱਬ ਨੇ ਲਓ ਦੱਸੋ ਜੀ ਰੱਬ ਹੁਣ ਇੰਨਾ ਵਿਹਲਾ ਵੀ ਬਹਿ ਕੇ ਕਿਸਮਤਾਂ ਲਿਖਦਾ ਫਿਰ ਇਹ ਤਾਂ ਬੰਦੇ ਦੇ ਆਪਣੇ ਕੰਮ ਤੇ ਬੰਦੇ ਦੇ ਫੈਸਲੇ ਉਹੀ ਲਾਈਫ ਦੇ ਵਿੱਚ ਟ੍ਰੈਜਡੀ ਤੇ ਲਾਫਟਰ ਲਿਖਦੇ ਨੇ ਜਾ ਲਓ ਜੀ ਸ਼ੁਕਰੀਆ ਜੀ ਸ਼ੁਕਰੀਆ ਬਸ ਠੀਕ ਹੈ ਠੀਕ ਹੈ ਵੈਸੇ ਲਾਟਰੀ ਤੂੰ ਵੀ ਨਾ ਸਰਕਾਰ ਦੀ ਤਨਖਾਹ ਐਵੇਂ ਹੀ ਕੁੱਟੀ ਜਾਂਦਾ ਤੈਨੂੰ ਮੈਂ ਦੱਸਾਂ ਚਿੱਠੀਆਂ ਚੁੱਠੀਆਂ ਤੇ ਅੱਜ ਕੱਲ੍ਹ ਲਿਖਦਾ ਕੋਈ ਨੀ ਸਾਮਕਾ ਹੁਣ ਤਾਂ ਚਿੱਠੀਆਂ ਵੱਧ ਆਉਂਦੀਆਂ ਬਿਜਲੀ ਪਾਣੀ ਫੋਨਾਂ ਦੇ ਬਿੱਲ ਡਾਕ ਰਾਹੀਂ ਬੀਮੇ ਦੀਆਂ ਚਿੱਠੀਆਂ ਇੱਕ ਹੋਰ ਚਿੱਠੀ ਆਉਂਦੀ ਹੈ ਉਹਦੇ ਲਿਖਿਆ ਹੁੰਦਾ 2 ਸਤਨਾਮ ਵਾਹਿਗੁਰੂ ਫਰੋਮ ਵਾਲੇ ਦਾ ਨਾਂ ਪਤਾ ਹੀ ਨੀ ਹੁੰਦਾ ਉੱਥੇ ਯਾਰ ਫਰੋਮ ਸਤਨਾਮ ਵਾਹਿਗੁਰੂ ਅੱਛਾ ਕੀ ਕਰਦਾ ਉਸ ਚਿੱਠੀ ਦਾ ਲਾਟਰੀ ਕਾਰਨ ਕੀ ਹੈ ਪੀਪਾ ਜਿਹਾ ਲਾਇਆ ਹੋਇਆ ਕੁੜੀ ਚ ਪਾ ਕੇ ਰੱਖ ਦੀ ਜੇ ਬਸ ਕਦੇ ਉਹ ਚਿੱਠੀ ਪੜ੍ਹ ਕੇ ਨਹੀਂ ਦੇਖੀ ਕੀ ਲਿਖਿਆ ਹੁੰਦਾ ਉਹਦੇ ਚ ਇਮਾਨਦਾਰ ਹੈ ਲਾਟਰੀ ਭਾਈ ਸਾਹਿਬ ਗਲਤ ਕੰਮ ਨਹੀਂ ਕਰਦਾ ਉਹ ਬੇੜਾ ਬਹਿ ਗਿਆ ਉਹ ਕਿਸੇ ਦਾ ਅੱਜ ਮੇਰੀ ਮੱਛੀ ਲੈ ਗਿਆ ਕੋਈ ਚੱਕ ਕੇ ਉਹ ਦੇਖ ਲੋ ਤੁਹਾਨੂੰ ਆਪਣੇ ਜਿੱਜੇ ਦਾ ਰੋਜ਼ ਕੋਈ ਸਮਾਨ ਚੱਕ ਕੇ ਲੈ ਜਾਂਦਾ ਲੱਭ ਜੂ ਕਰੀ ਲਾਟਰੀ ਦੇਖ ਲੋ ਤੁਹਾਨੂੰ ਮੈਂ ਇਮਾਨਦਾਰੀ ਵਾਲੇ ਨਾਰੇ ਤਾਂ ਬਹੁਤ ਦੇਰ ਦੇ ਸੁਣਦਾ ਮੈਂ ਹੁਣ ਤੂੰ ਤੇ ਹੈਂਗਰ ਸੱਪ ਨੂੰ ਡਸਣਾ ਬੰਦ ਕਰ ਦਿਓ ਚੰਗਾ ਜੀ ਚੰਗਾ ਆਈ ਆਓ
रेट चक दे सप का समान लभन का ऐ नहीं सुधरना सप ने अच्छा मैनू लगदा मास्टर दा ही कारा कीता यस यस ठीक है ओ मास्टर ओ तू मेरी घरवाली दी मच्छी खा गया ओए ये केड़ा सी ओ धूड़ दा फुफड़ ओहो सर जी शमशेर ब्रांड सीगा ब्लैकिया जवाक नी नाले जरूरी नी मेरी हर गल दा तुहानू पता होवे पिंकीए डैड पिंकू नाया मेरा बाप आ तेरा कुछ भी कह सकता वो तू कॉलेज नहीं गया अज डैड पार्टी सी राती मेरे फ्रेंड दी उत्थे गया सीगा ते घर आउंदे दादा जी ने किथे गया सीगा किन्नू मिल के आया कदों आया है डैड किथे तेरा ओ बुढ़िया दे सुभाअ ही अजे हुंदे ने हुण की प्रोग्राम है तेरा कॉलेज जाना डैड ओए कॉलेज ने केड़े नोट दे देने ने तू तैयार हो अज डिलीवरी देनी है एक ओके ओ मन्नत किथे कॉलेज गई डैड हां मंते ओ जाग दियां के सौंगी हैं तेरे चक्करां च ते मैं सौण वेले भी नहीं सौंदी ओए होए होए सिरा डल गमारया भाई की आसी तू तो हर दूजे दिन इत्थे लेके आ जाना ओ कमलीए शदैणे इश्क दी फिल्म च ना कुछ कलकेशन ना बार बार रिपीट हुंदे ने तैनू ओ नहीं पता बहुता हीरो ना बन जिद्दन डैडियां पिंकू नू पता लग गया ना कि मैं कॉलेज बंक करके इत्थे तैनू मिलदी आ ਇੱਥੇ ਹੀ ਦੀ ਐਂਡ ਕਰ ਦੇਣਾ ਦੋਹਾਂ ਦੀ ਫਿਲਮ ਦਾ ਓ ਯਾਰ ਤੂੰ ਹਾਰਟ ਬਾਈ ਹਾਰਟ ਗੱਲਾਂ ਕਰਨ ਆਈਆਂ ਕਿ ਹਾਰਟ ਅਟੈਕ ਦੇਣ ਆਈਆਂ ਨਾਲੇ ਮੈਂ ਤੇਰੇ ਬਾਪੂ ਦਾ ਪਰਸਨਲ ਜਵਾਈਆਂ ਓਕੇ ਆਹੋ ਹੈ ਨਹੀਂ ਸੀ ਆਪਣੀ ਮੰਗਣੀ ਟੁੱਟ ਚੁੱਕੀ ਹੈ ਜੇ ਬਹੁਤੇ ਚਾਹੇ ਨਾ ਵਿਆਹ ਕਰਾਉਣ ਦਾ ਤਾਂ ਕੁਝ ਬਣ ਕੇ ਵਿਖਾ ਓ ਯਾਰ ਹੁਣ ਮੈਂ ਜਹਾਜ਼ ਬਣ ਜਾ ਗੱਲ ਚੱਲ ਤਾਂ ਰਹੀ ਹੈ ਮੇਰੀ ਦੋ ਤਿੰਨ ਕੰਪਨੀਆਂ ਨਾਲ ਆਜੂਗੀ ਮੇਰੀ ਸੀਡੀ ਫਿਰ ਦੇਖੀ ਆਸੀ ਸੋਹੀ ਆਸੀ ਸੋਹੀ ਹੁੰਦੀ ਪ੍ਰੋਗਰਾਮ ਹੀ ਪ੍ਰੋਗਰਾਮ ਹੋਣੇ ਫਿਰ ਦੇਖੀ ਜਾਈ ਤੂੰ ਕਰਾਂ ਫੇਰ ਤਾਂ ਤੇਰੇ ਕੋਲ ਕਿੰਨੇ ਸਾਰੇ ਪੈਸੇ ਆ ਜਾਣਗੇ ਨਾ ਹੋਰ ਫਿਰ ਤਾਂ ਬਾਪੂ ਦਾ ਸਾਰਾ ਕਰਜ਼ਾ ਲਾ ਦੇਣਾ ਯਾਰ ਫੇਰ ਤਾਂ ਤੂੰ ਮੇਰੇ ਡੈਡੀ ਨੂੰ ਵੀ ਰਿਸ਼ਤੇ ਲਈ ਮਨਾ ਲੇਗਾ ਆਹੋ ਆਪਣੇ ਬੱਚੇ ਕਸੌਲੀ ਪੜਨ ਪਾਵਾਂਗੇ ਪੱਕੀ ਗੱਲ ਹੈ ਅੱਛਾ ਜੀ ਯੱਟ ਦੇ ਰੀਸਾ ਫਸ਼ਕਰੀਆਂ ਕਰਦੀਆਂ ਓਏ ਐ ਨਹੀਂ ਹੋਣੀਆਂ ਬੱਗੀਏ ਕਾਪੀ ਕਰਨਾ ਜੱਟੀ ਨੂੰ ਵੀ ਸਿਖਾਲਾ ਨਹੀਂ ਉਹ ਮੇਰੀ ਮਨ ਤੇ ਪਸ ਕਰ ਯਾਰ ਐਵੇਂ ਫਰੌਂਟੀ ਹੋਈਆਂ ਮਰੀਆਂ ਨਹੀਂ ਜਦ ਤੇਰੇ ਪਿੰਡ ਗੇੜੀ ਲਾਉਣ ਆਈਦਾ ਜਦ ਤਾਂ ਤੂੰ ਘਰੋਂ ਬਾਹਰ ਨਹੀਂ ਨਿਕਲਦੀ ਤੂੰ ਕਰਦੇ ਅੱਗੇ ਗੇੜੀ ਮਾਰਨ ਨਾ ਆਇਆ ਕਰ ਇੱਥੇ ਤੱਕ ਲਾ ਲੈ ਤੇ ਫਿਰ ਐਂ ਕਰੀ ਹੁਣ ਕਰਾਂ ਅੱਖਾਂ ਦਾ ਸ਼ਟਰ ਨਾ ਖੱਲਾ ਹੀ ਰੱਖੀ ਲਾਉਂਗਾ ਦੋ ਘੰਟੇ ਤਾਂ ਸ਼ੌਕ ਸ਼ੁਰੂ ਤੋਂ ਹੀ ਮਿੱਤਰਾਂ ਦੇ ਸ਼ਾਹੀ ਨੇ ਲਾਵਾਂ ਚਿਣ ਚਿਣ ਪੇਚ ਪੱਗ ਦੇ ਸ਼ੌਕ ਸ਼ੁਰੂ ਤੋਂ ਹੀ ਮਿੱਤਰਾਂ ਦੇ ਸ਼ਾਹੀ ਨੇ ਹੋ ਲਾਵਾਂ ਚਿਣ ਚਿਣ ਪੇਚ ਪੱਗ ਦੇ ਤੂੰ ਵੀ ਸੋਹਣੀ ਐ ਯਾਰਾਂ ਤੇ ਕਿੰਨਾ ਮਾਫੀ ਇਹ ਤੂੰ ਨੀ ਤੇਰੇ ਨੈਣ ਦੱਸ ਦੇ ਤੂੰ ਵੀ ਸੋਹਣੀ ਐ ਯਾਰਾਂ ਤੇ ਕਿੰਨਾ ਮਰਦੀ ਤੁਰੇ ਫਿਰਦੇ ਓ ਕਿੰਨੇ ਹੁਸਨਾਂ ਦੇ ਠੱਗ ਨੇ ਓ ਮੇਰੀ ਜੱਟਾ ਜਿੰਦ ਕੱਢ ਲਈ ਵੇ ਤੇਰੀ ਪੱਗ ਨੇ ਮੇਰੀ ਜੱਟਾ ਜਿੰਦ ਕੱਢ ਲਈ ਵੇ ਤੇਰੀ ਪੱਗ ਨੇ ਮੇਰੀ ਜੱਟਾ ਜਿੰਦ ਕੱਢ ਲਈ ਵੇ ਤੇਰੀ ਪੱਗ ਨੇ ਫੁਲਕਾਰੀ ਕੱਢਦੀ ਸਿਰੇ ਬੰਨਣੇ ਐਤ ਕੀ ਸਿਆਲ ਚ ਨੀ ਤੂੰ ਡੋਲੀ ਵਿੱਚ ਆ ਜੀ ਚੜ ਕੇ ਤੂੰ ਵੀ ਸੋਹਣੀ ਐ ਯਾਰਾਂ ਤੇ ਕਿੰਨਾ ਮਾਫੀ ਇਹ ਤੂੰ ਨੀ ਤੇਰੇ ਨੈਣ ਦੱਸ ਦੇ ਤੂੰ ਵੀ ਸੋਹਣੀ ਐ ਯਾਰਾਂ ਤੇ ਕਿੰਨਾ ਮਰਦੀ ਇਹ ਤੂੰ ਨੀ ਤੇਰੇ
ਬੋਲ ਕੇ ਨੈਣਾ ਵਿੱਚ ਪੜ ਲੈ ਮੈਂ ਦੱਸਣਾ ਨੀ ਬੋਲ ਕੇ ਨੈਣਾ ਵਿੱਚ ਪੜ ਲੈ ਮੈਂ ਦੱਸਣਾ ਨੀ ਬੋਲ ਕੇ ਤੂੰ ਨੈਣਾ ਵਿੱਚ ਪੜ ਲੈ ਮੈਂ ਦੱਸਣਾ ਨੀ ਬੋਲ ਕੇ ਸੋਹੀ ਸਾਹਿਬ ਸਰਕਾਰੀ ਮੁਲਾਜ਼ਮਾਂ ਦੇ ਨਾਲ ਦੌਂਗ ਦੰਬਲ ਨਹੀਂ ਲਾਈਦਾ ਇਹਨਾਂ ਨੇ ਕਿਹੜਾ ਕੱਦੂ ਕਰਨ ਜਾ ਕੇ ਇਹਦੇ ਨਾਲ ਬੈਂਕ ਜੀ ਖੜਾਵਾਂ ਗੁੱਸਾ ਨਾ ਕਰੀ ਗੱਲ ਦਾ ਇੱਕ ਓਏ ਐਂ ਕਿਵੇਂ ਲੈ ਜਾਣਗੇ ਮੇਰਾ ਡਾਇਰੈਕਟਰ ਇਹਨਾਂ ਦੀ ਬੈਂਕ ਵਾਲਿਆਂ ਦੀ ਚੁੱਪ ਕਰ ਜਾ ਉਹੀ ਬੋਲੀ ਜਾਣਾ ਆ ਸੋਹੀ ਦਾ ਮੁੰਡਾ ਹੈ ਆਸੀ ਚਲੋ ਮੁੰਡਾ ਆ ਗਿਆ ਹੁਣ ਕੋਈ ਢੰਗ ਦੀ ਗੱਲ ਤਾਂ ਕਰੂ ਕੀ ਗੰਦ ਪਾਓ ਗੁਪਤਿਆ ਤੀਰੇ ਕਿ ਦਿਨ ਚੱਕ ਕੇ ਮੂੰਹ ਆ ਜਾਂਦੇ ਹੋ ਸਾਰੇ ਕਰਜ਼ੇ ਲਿਆ ਬੈਂਕ ਤੋਂ ਕੋਈ ਮੁੱਲਦਾ ਹੀ ਲੈਣਾ ਸਾਨੂੰ ਬੈਂਕ ਨੇ ਗੱਲ ਸੁਣੋ ਸੰਧੂਆ ਜੇ ਡਾਇਰੈਕਟਰ ਨਹੀਂ ਚੱਕ ਕੇ ਮੈਂ ਗੱਟੇ ਵੜ ਦੂੰ ਥੋੜੇ ਦੇ ਤਮੀਜ਼ ਨਾਲ ਗੱਲ ਕਰ ਕਾਕਾ ਨਾਮ ਆ ਗਿਆ ਪਾਲ ਤੇ ਗੱਲਾਂ ਹੁਕਮ ਠੋਕ ਸਿੰਘ ਵਾਲੀਆਂ ਚਲੋ ਗੁਪਤਾ ਸਾਹਿਬ ਮਾਰੋ ਸੈਲਫ ਡਾਇਰੈਕਟਰ ਨੂੰ ਸੂਬੇਦਾਰ ਸਾਹਿਬ ਗੱਲ ਕਰੋ ਨਾ ਬੈਂਕ ਵਾਲਿਆਂ ਭਾਈ ਸਾਹਿਬ ਮੋਤਬਰ ਬੰਦਿਆਂ ਦੀ ਵੀ ਗੱਲ ਸੁਣ ਲਓ ਇਹਨਾਂ ਨੂੰ ਹਫ਼ਤੇ ਦੀ ਮੌਲਤ ਹੋਰ ਦੇ ਦਿਓ ਲੜਕਾ ਤਾਂ ਹਲੇ ਨਿਆਣਾ ਹੈ ਲਾ ਮੈਂ ਤਾਂ ਲਵਾ ਵੀ ਝੋਟੇ ਦੀਆਂ ਗੋਡ ਨਹੀਂ ਆ ਮੈਂ ਕਿਹੜੇ ਪਾਸੋਂ ਨਿਆਣਾ ਓਏ ਓਏ ਸੂਬੇਦਾਰਾ ਮੇਰਾ ਪੁੱਤ ਗੱਭਰੂ ਆਇਆ ਨਿਆਣੇ ਨੂੰ ਕਿਤੇ ਗਿਆ ਏ ਫੀਮ ਨੂੰ ਕਿਜੋ ਕਹਿੰਦਾ ਦੇਖੋ ਜੀ ਅਸੀਂ ਹੈਗੇ ਸਰਕਾਰੀ ਨੌਕਰ ਸਾਨੂੰ ਤਾਂ ਜਿਵੇਂ ਆਰਡਰ ਹੋਇਆ ਉਵੇਂ ਕਰਨਾ ਨਾਲੇ ਸਾਡਾ ਕਿਹੜਾ ਦਿਲ ਕਰਦਾ ਵੀ ਅਸੀਂ ਕਿਸੇ ਦੀ ਚੀਜ਼ ਚੱਕ ਕੇ ਲੈ ਜਾਈਏ ਓਏ ਚੀਜ਼ ਨੂੰ ਕਹਾ ਹੈ ਟੋਫੀ ਆ ਹੈ ਟਰੈਕਟਰ ਹੈ ਟਰੈਕਟਰ ਜੱਟ ਦਾ ਓ ਜੱਟ ਮਰਦਾ ਮਰਦੂ ਟਰੈਕਟਰ ਨਹੀਂ ਜਾਣ ਦਿੰਦਾ ਮਰਦੂ ਨਹੀਂ ਪੁੱਤ ਮਾਰ ਦੂੰ ਇੱਕ ਤੇ ਬੈਲੂ ਬਾਬੂਆਂ ਦੇ ਸੋਹੀ ਸਾਹਿਬ ਇਹ ਮਾਮਲਾ ਕੋਈ ਸ਼ਰੀਕੇ ਦੀ ਲਾਗ ਡਾਟ ਜਾਂ ਜ਼ਿੱਦ ਦਾ ਨਹੀਂ ਹੈ ਦੇਖੋ ਸਰਕਾਰ ਦੇ ਪੈਸੇ ਤਾਂ ਮੋੜਨੇ ਹੀ ਪੈਣੇ ਦੇਖੋ ਮਰਜ਼ੀ ਦੀ ਗੱਲ ਇੱਕ ਮਿੰਟ ਮਿੰਤ ਵਾਲੀ ਗੱਲ ਹੈ ਸੋਹੀ ਸਾਹਿਬ ਜਾਂ ਤਾਂ ਸਾਨੂੰ ਪਿੰਡ ਵਾਲਿਆਂ ਨੂੰ ਗੱਲ ਕਰ ਲੈਣ ਦਿਓ ਜਾਂ ਫਿਰ ਤੁਸੀਂ ਦੋਏ ਗੱਲ ਕਰ ਲਓ ਦੇਖੋ ਜੀ ਬੇਨਤੀ ਹੈ ਕਿ ਅਸੀਂ ਤੁਹਾਨੂੰ ਡਿਊਟੀ ਕਰਨ ਤੋਂ ਨਹੀਂ ਰੋਕ ਸਕਦੇ ਮਾਸਟਰ ਜੀ ਇਹ ਮਰੰਗ ਚਿੱਠੀਆਂ ਨੇ ਇਹਨਾਂ 'ਤੇ ਮੋਹਰਾਂ ਲਾਉਣ ਦਾ ਕੋਈ ਫਾਇਦਾ ਨਹੀਂ ਹੱਥ ਜੋੜ ਕੇ ਇੱਕ ਬੇਨਤੀ ਕਰਦੇ ਹਾਂ ਜੀ ਅਸੀਂ ਜੇ ਕੁਛ ਲਿਹਾਜ਼ ਹੋ ਸਕਦਾ ਤਾਂ ਬਸ ਸਾਡਾ ਪਿੰਡ ਵਾਲਿਆਂ ਦਾ ਹੀ ਮਾਣ ਰੱਖ ਲਓ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਬੰਦੇ ਨੂੰ ਬੋਲਣ ਦੀ ਤਮੀਜ਼ ਤਾਂ ਹੋਣੀ ਚਾਹੀਦੀ ਆ ਨਾ ਚਲੋ ਜੇ ਇਹ ਇਸ ਵੇਲੇ ਬੁਰੇ ਤਰੀਕੇ ਨਾਲ ਗੱਲ ਕਰ ਰਹੇ ਨੇ ਤੁਸੀਂ ਘੱਟੋ ਘੱਟ ਇਹਨਾਂ ਦਾ ਭਲਾ ਕਰ ਦਿਓ ਜੀ ਫਰੀਦ ਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗ ਗਈ ਪੱਲੇ ਸਭ ਕੁਛ ਪਾਏ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਕਰ ਲੈਂਦੇ ਹਾਂ ਪਰ ਮੈਂ ਇੱਕ ਗੱਲ ਦੱਸਦਾ ਅਸੀਂ ਇੱਕ ਹਫ਼ਤੇ ਦੀ ਮੁਹਲਤ ਦਿੰਦੇ ਹਾਂ ਜੇ ਸਾਡੀਆਂ ਕਿਸ਼ਤਾਂ ਨਾ ਪਹੁੰਚੀਆਂ ਤਾਂ ਅਸੀਂ ਟਰੈਕਟਰ ਚੱਕ ਕੇ ਲੈ ਜਾਵਾਂਗੇ ਚਲੋ ਸੰਧੂ ਸਾਹਿਬ ਚਲੋ ਬਹੁਤ ਤੂੰ ਐਂ ਕਰੀ ਓਏ ਬੜੀ ਮਿਹਰ ਹਫ਼ਤੇ ਬਾਅਦ ਨਹੀਂ 4 ਮਹੀਨੇ ਬਾਅਦ ਆ ਜੀ ਜੱਟ ਦਾ ਸਟੈਂਡ ਹੀ ਰਹੂਗਾ ਸੋਹੀ ਸਾਹਿਬ ਜੱਟ ਦਾ ਸਟੈਂਡ ਤਾਂ ਚਾਹੇ ਉਹੀ ਰਹੇ ਪਰ ਟਰੈਕਟਰ ਦਾ ਸਟੈਂਡ ਤਾਂ ਹੁਣ ਬੈਂਕ 'ਚ ਹੀ ਲੱਗੂ ਭਾਵੇਂ ਗੁੱਸਾ ਹੀ ਕਰ ਜੀ ਉਹ ਗੰਦਾ ਹੈ ਬੱਦੀ ਮਰ ਜਾਏਗਾ ਮੇਰੇ ਹੱਥੋਂ ਬਿੰਦਰ ਭੈਣ ਹਾਂਜੀ ਵੀਰੇ ਭੈਣੇ ਤੁਸੀਂ ਚਾਹ ਬਹੁਤ ਸਵਾਦ ਬਣਾਉਂਦੇ ਹੋ ਫੇਰ ਨਹੀਂ ਮੈਂ ਤਾਂ ਉਹੀ ਦੱਸਿਆ ਹੈ ਬਈ ਚਾਹ ਬਹੁਤ ਸਵਾਦ ਬਣਾਉਂਦੇ ਹੋ ਤੁਸੀਂ ਚਾਹ ਤਾਂ ਮੈਂ ਬਣਾ ਦਿੰਦੀ ਹਾਂ ਵੀਰੇ ਪਰ ਤੁਸੀਂ ਚਾਹ ਘੱਟ ਪੀਆ ਕਰੋ ਇਹਦੇ ਨਾਲ ਤਾਂ ਤੁਸੀਂ ਪਾਣੀ ਗਰਮ ਕਰਕੇ ਪੀ ਲਿਆ ਕਰੋ ਨਾ ਚਾਹ ਤਾਂ ਮੈਂ ਬਣਾ ਦਿੰਦੀ ਹਾਂ ਪਰ ਤੁਸੀਂ ਇਹਨੀ ਚਾਹ ਨਾ ਪੀਆ ਕਰੋ ਇਹਦੇ ਨਾਲ ਤਾਂ ਪਾਣੀ ਗਰਮ ਕਰਕੇ ਪੀ ਲਿਆ ਕਰੋ ਨਾ ਬੇ ਤੂੰ ਕਿਆ ਹੁਕਮ ਚਾੜਦਾ ਰਹਿਣਾ ਇਹਨੂੰ ਇਹ ਤਾਂ ਪਹਿਲੇ ਨਹੀਂ ਆਰਾਮ ਨਾਲ ਬਹਿੰਦੀ ਬਾਣੀ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਨਾ ਤੂੰ ਆ ਕੱਪੜੇ ਕੁਪੜੇ ਧੋਣ ਦਾ ਕੰਮ ਨਾ ਕਰਿਆ ਕਰ ਪੋਤੇ ਦੀ ਦਾਦੀ ਬਣਾਉਣਾ ਤੂੰ ਮੈਨੂੰ ਪੋਤੇ ਦੀ ਆ ਮੇਰੀ ਧੀ ਆਰਾਮ ਕਰ ਲੈ ਮੈਂ ਤਾਂ ਪੋਤੇ ਦਾ ਨਾਂ ਵੀ ਸੋਚ ਰੱਖਿਆ ਕੁਲਤਾਰ ਰੱਖੂ ਕੁੱਲ ਨੂੰ ਤਾਰੂ ਪੀਰ ਦੀ ਸੁੱਖ ਸੁੱਖੀ ਹੈ ਤੇ ਡੇਰੇ ਵਾਲੇ ਸਾਧ ਦੇ ਵੀ ਲੰਗਰ ਕਰਨਾ ਸੁੱਖ ਕੇ ਆਈ ਆ ਪੀ ਜੀ ਬੱਚਾ ਜੋ ਵੀ ਹੋਵੇ ਕੁਦਰਤ ਦੀ ਦੇਣ ਬੱਚਾ ਤੇ ਬੱਚਾ ਹੀ ਹੈ ਨਾ ਕੁਦਰਤ ਦੀ ਐਸੀ ਦੀ ਤੈਸੀ ਜੰਮਣਾ ਤਾਂ ਤੂੰ ਹੈ ਨਾ ਨਾ ਮੈਂ ਨਹੀਂ ਜੰਮੇ ਤੋਂ ਸ਼ੇਰਾਂ ਵਰਗੇ ਕੁੜੀ ਬਾਰੇ ਤਾਂ ਮੈਂ ਸੋਚਿਆ ਹੀ ਨਹੀਂ ਸੀ ਸੋਚੇ ਵੀ ਮੁੰਡੇ ਤੇ ਜੰਮੇ ਵੀ ਮੁੰਡੇ ਬੇ ਤੂੰ ਕੀ ਝਾਕਦਾ ਕੋਠੇ ਤੇ ਖੜਾ ਪਾਪਾ ਤਾਂ ਤੁਰ ਗਿਆ ਤੇਰਾ ਪੋਤੇ ਨੂੰ ਤਰਸਦਾ ਪਰ ਮੈਂ ਨਹੀਂ ਮਰਨਾ ਪੋਤਾ ਖੜਾਏ ਬਿਨਾ ਕਹਦੇ ਇਹਨੂੰ ਬੋਲ ਗੁਰਮੁਖਾ ਬੋਲ ਗੁਰਮੁਖਾ ਓ ਗੁਰਮੁਖਾ ਕਿੱਥੇ ਦੀ ਟਿਕਟ ਕਟਾਈ ਹੋਈ ਹੈ ਚਾਹ ਉੱਪਰ ਆਏ ਕਿ ਤੂੰ ਥੱਲੇ ਆਏਗਾ ਮੈਂ ਆਉਣਾ ਜੀ ਨਾਲੇ ਅੱਜ ਦੀ ਰੋਟੀ ਵੀ ਸਾਡੇ ਵੱਲ ਹੀ ਖਾ ਲਈ ਬਿੰਦਰ ਨੇ ਸਾਗ ਤਰਿਆ ਹੋਇਆ ਜੀ ਨਾਲੇ ਬਾਬੇ ਦੀ ਬਾਣੀ ਦੇ ਲੜ ਕਿੰਨੇ ਕੁ ਵਜੇ ਲੱਗਣਾ ਬਾਣੀ ਦਾ ਲੜ ਤੇ ਹੁਣ ਕਦੇ ਛੱਡਿਆ ਹੀ ਨਹੀਂ ਜਾਣਾ ਜੀ ਹੈ ਕੀ ਕਿਹਾ ਮੈਂ ਕਿਹਾ ਜੀ ਮੈਂ ਖਾ ਲਾਂਗਾ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਲਿਖਦਾ ਕਿਹੜਾ ਕਿਹੜਾ ਮੇਰੀ ਜਾਨ ਦਾ ਦੁਸ਼ਮਣ ਓਏ ਲਾਟਰੀ ਇਹ ਚਿੱਠੀ ਤੈਨੂੰ ਨਹੀਂ ਆਈ ਨਾ ਕਿਸੇ ਦੀ ਚਿੱਠੀ ਪੜਨਾ ਬੇਈਮਾਨੀ
ਭਾਈ ਪੌਂਗ ਤੁਸੀਂ ਦੱਸੋ ਹੁਣ ਕੀ ਕਰਾਂ ਮੈਂ ਹੈ ਸੌਂ ਜਾ ਹੈ ਜੀ ਸੌਂ ਜਾ ਠੀਕ ਹੈ ਜੀ ਗੁੱਡ ਨਾਈਟ ਸਤਨਾਮ ਵਾਹਿਗੁਰੂ ਪਤਾ ਨਹੀਂ ਕੌਣ ਲਿਖਦਾ ਚਿੱਠੀਆਂ ਓਏ ਲਾਟਰੀ ਸੌਂ ਜਾ ਨਹੀਂ ਤਾਂ ਮੈਂ ਥੱਲੇ ਆ ਕੇ ਤੌੜੀ ਲਾ ਦੇਣੀ ਆ ਸੌਂ ਜਾ ਭਾਈ ਆ ਗੁਰਮੁਖ ਪਹਿਲਾਂ ਟਰਾਂਸਪੋਰਟ ਮਹਿਕਮੇ ਚ ਕੰਮ ਕਰਦਾ ਸੀ ਕਿਉਂ ਕੀ ਹੋਇਆ ਆ ਵੇਖੋ ਨਾ ਕਦੇ ਟ੍ਰੇਨ ਬਣ ਜਾਂਦਾ ਕਦੇ ਬੱਸ ਬਣ ਜਾਂਦਾ ਵੈਸੇ ਨੀਤੂ ਮੈਡਮ ਇਹ ਹੈ ਕੀ ਭੁੱਲਰ ਸਰ ਮੈਨੂੰ ਤਾਂ ਇਹ ਜਮਾ ਮੈਂਟਲ ਲੱਗਦਾ ਉਹ ਸਰ ਜੀ ਹੁਣ ਦਾ ਸੌਦਾ ਪੁੱਤਾ ਵੱਧ ਲੱਗਣ ਲੱਗ ਗਿਆ ਜਦੋਂ ਦੇ ਨਵੇਂ ਸਾਰ ਆਏ ਨੇ ਜਵਾਕਾਂ ਦੀ ਹਾਜ਼ਰੀ ਵੀ ਵੱਧ ਗਈ ਹੁਣ ਨਾ ਤੁਸੀਂ ਚੌਲਾ ਚੌਲਾ ਚ ਕੁੰਡੀ ਘੱਟ ਲਾਇਆ ਕਰੋ ਜੀ ਤਾਂ ਇੱਥੋਂ ਹੌਲੀ ਨਹੀਂ ਬੋਲ ਹੁੰਦਾ ਕੁੰਡੀ ਘੱਟ ਲਾਇਆ ਕਰੋ ਕੁੰਡੀ ਘੱਟ ਲਾਇਆ ਕਰੋ ਮੈਡਮ ਮੈਂ 2 ਮਿੰਟ ਤੱਕ ਚੌਂਕ ਤੇ ਜਾ ਕੇ ਆਇਆ ਬਸ ਮੈਂ ਕਿਹਾ ਤੇ ਆਇਆ ਤੁਸੀਂ ਜਦ ਤੱਕ ਟ੍ਰੇਨ ਨੂੰ ਝੰਡੀ ਦਿਓ ਕੁੰਡੀ ਨਾ ਲਾਇਆ ਕਰੋ ਚਲੋ ਜੀ ਹੁਣ ਤਾਂ ਰੋਟੀ ਖਾਣ ਵਾਲੇ ਆਉਣਗੇ ਜੀ ਬਸ 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 ਸਟਾਪ 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 ਅੱਛਾ ਬੱਚਿਓ ਕੱਲ ਮੈਨੂੰ ਪਤਾ ਐਤਵਾਰ ਹੈ ਠੀਕ ਹੈ ਨਾ ਛੁੱਟੀ ਤਾਂ ਦੇਣਾ ਪਰ ਤੁਸੀਂ ਸਾਰਿਆਂ ਨੇ ਕੁਝ ਘੰਟੇ ਕੱਢਣੇ ਆ ਬਗੀਚੇ ਵਾਸਤੇ ਆਓਗੇ ਸਾਰੇ ਅਸੀਂ ਨਹੀਂ ਆਉਣਾ ਸਰਦੀ ਕਿਉਂ ਚੁੱਪ ਚੁੱਪ ਜੀ ਰਹਿੰਦੀ ਹੈ ਤੇ ਇਹਦੇ ਡੈਡੀ ਇਹਨਾਂ ਨੂੰ ਛੱਡ ਕੇ ਭੱਜ ਗਿਆ ਨਹੀਂ ਭੱਜੇ ਡੈਡੀ ਮੇਰੇ ਨਹੀਂ ਭੱਜੇ ਮੇਰੀ ਮੰਮੀ ਕਹਿੰਦੀ ਹੈ ਮੇਰਾ ਡੈਡੀ ਪੱਕਾ ਆਊਗਾ ਮੇਰਾ ਡੈਡੀ ਸਰ ਜੀ ਤੁਸੀਂ ਵੀ ਦੇਖ ਲਿਓ ਪੱਕਾ ਆਊਗਾ ਮੇਰਾ ਜਾਓ ਬੱਚੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਬਾਣੀ ਹਾਂਜੀ ਤੂੰ ਸਾਰਾ ਦਿਨ ਬਾਣੀ ਪੜ੍ਹਦੀ ਅੱਖਦੀ ਨਹੀਂ ਗੁਰਮੁਖ ਜੀ ਜਿਹੜੇ ਕਾਰਜ ਤੋਂ ਇੰਨੀ ਖੁਸ਼ੀ ਤੇ ਸਕੂਨ ਮਿਲਦਾ ਹੋਵੇ ਉਹ ਤਾਂ ਅਕੇਵੇਂ ਤੇ ਥਕੇਵੇਂ ਨੂੰ ਨੇੜੇ ਨਹੀਂ ਲੱਗਣ ਦਿੰਦਾ ਤੁਸੀਂ ਵੇਖਿਓ ਜਿਸ ਦਿਨ ਤੁਹਾਨੂੰ ਬਾਣੀ ਦਾ ਗਿਆਨ ਹੋ ਗਿਆ ਨਾ ਉਸ ਦਿਨ ਬਹੁਤ ਸਾਰੇ ਸਵਾਲ ਹੱਲ ਹੋ ਜਾਣੇ ਅੱਛਾ ਜੀ ਹਾਂਜੀ ਹਾਂ ਨਾ ਜੀ ਨਾ ਸਵਾਲ ਤਾਂ ਉਹਦੇ ਹੀ ਹੱਲ ਹੋਣਗੇ ਜਦੋਂ ਪੋਤਾ ਹੋਊ ਅੱਜ ਹੀ ਦੋਨੇ ਜਣੇ ਸ਼ਹਿਰ ਜਾਓ ਤੇ ਟੈਸਟ ਕਰਵਾ ਕੇ ਆਓ ਡਾਕਟਰ ਨੇ ਨਾ ਸਾਰੀ ਗੱਲ ਹੋ ਗਈ ਹੈ ਟੈਸਟ ਤਾਂ ਹੋਊ ਹੀ ਹੋਊ ਜੇ ਕੁੜੀ ਹੋਈ ਤਾਂ ਸਫਾਈ ਵੀ ਹੋਊ ਬੇਬੇ ਨਾ 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 ਬੋਲਣਾ ਨਹੀਂ ਸਿਰਫ ਸਮਝਣਾ ਤੇ ਅਮਲ ਕਰਨਾ ਸਮਝ ਗਏ ਦੋਵੇਂ ਜੀ ਬੇਬੇ 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 ਮਾਸਟਰ ਜੀ ਹਾਂਜੀ ਹਾਂਜੀ ਕੀ ਬਾਤ ਸੁਖ ਤਾਂ ਹੈ ਹਾਂਜੀ ਹਾਂਜੀ ਸੁਖ ਹੈ ਜੀ ਇਧਰ ਆਓ ਆਓ ਇਧਰ ਬੈਠੋ ਮਾਫੀ ਚਾਹੁੰਦਾ ਸੂਬੇਦਾਰ ਸਾਹਿਬ ਪਤਾ ਨਹੀਂ ਆਪਣੇ ਕਿਹੜੇ ਖਿਆਲਾਂ ਦੇ ਵਹਿਣਾ ਚ ਬਹਿ ਗਿਆ ਸੀ ਤੁਹਾਨੂੰ ਸੁਣ ਹੀ ਨਹੀਂ ਸਕਿਆ ਮਾਸਟਰ ਜੀ ਕਈ ਗੱਲਾਂ ਕਈ ਦੁੱਖ ਘਟਨਾਵਾਂ ਇਹ ਜੀਆਂ ਹੁੰਦੀਆਂ ਹੈ ਜੋ ਬੰਦੇ ਤੋਂ ਉਹਦਾ ਆਪਾ ਖੋਲ ਲੈਂਦੀਆਂ ਹੈ ਇਹ ਮੇਰੀ ਬੇਟੀ ਬਿੰਦਰ ਕਿਸੇ ਟਾਈਮ ਚੁੱਪ ਹੀ ਨਹੀਂ ਸੀ ਰਹਿੰਦੀ ਮੈਂ ਉਹਨੂੰ ਰੇਡੀਓ ਕਹਿੰਦਾ ਹੁੰਦਾ ਸੀਗਾ ਹੁਣ ਦੇਖ ਲਓ ਹਾਲਾਤ ਨੇ ਐਸਾ ਮਿਊਟ ਦਾ ਬਟਨ ਦੱਬਿਆ ਹੈ ਕਿ ਮੇਰੀ ਬੇਟੀ ਮਿੱਟੀ ਦੀ ਗੁੱਡੀ ਬਣ ਕੇ ਰਹਿ ਗਈ ਹੈ ਸੁਖੀ ਬਿੰਦਰ ਦੇ ਘਰ ਵਾਲਾ ਜਦੋਂ ਇਹ ਰਾਗ ਗਿਆ ਹੈ ਬਹੁਤ ਖੁਸ਼ ਸੀ ਤੀਸਰੇ ਦਿਨ ਉਹਦਾ ਫੋਨ ਆ ਜਾਣਾ ਬੜੀ ਖੁਸ਼ੀ ਦੇ ਦਿਨ ਨਿਕਲੇ ਉਹ ਅੱਜ ਆਉਂਦਾ ਹੈ ਕੱਲ੍ਹ ਆਉਂਦਾ ਹੈ ਕਹਿੰਦੇ ਨੇ ਕਈ ਸਾਲ ਲੰਘਾ ਦਿੱਤੇ ਪਰ ਉਹ ਆਇਆ ਨਹੀਂ ਮੁੜ ਕੇ ਹੁਣ ਤਾਂ 10 ਕੁ ਮਹੀਨੇ ਹੋ ਗਏ ਹੈ ਨਾ ਉਹਦਾ ਕੋਈ ਫੋਨ ਆਇਆ ਨਾ ਕੋਈ ਚਿੱਠੀ ਪੱਤਰ ਕੋਈ ਕਹਿੰਦਾ ਹੈ ਉਹ ਅਮਰੀਕਾ ਨੂੰ ਨਿਕਲ ਗਿਆ ਹੈ
ਕੋਈ ਕਹਿੰਦਾ ਇਹ ਰਾਖ ਚ ਅੱਤਵਾਦੀ ਹੈ ਨੇ, ਪਤਾ ਹੀ ਨਹੀਂ ਲੱਗਦਾ, ਸਮਝ ਹੀ ਨਹੀਂ ਪੈਂਦੀ। ਸੂਬੇਦਾਰ ਸਾਹਿਬ, ਘਬਰਾਹਟ ਤਾਂ ਹੁੰਦੀ ਹੈ ਫਿਰ ਬੰਦੇ ਨੂੰ ਕੁਝ ਮਾੜਾ ਸੋਚ ਕੇ। ਬਰਖੁਰਦਾਰ ਫੌਜੀ ਹਾਂ, ਘਬਰਾਹਟ ਤਾਂ ਕਦੇ ਕਾਤਰ ਦੀ ਜੰਗ ਚ ਨਹੀਂ ਹੋਈ ਮੈਨੂੰ, ਜਿੱਥੇ ਇਹ ਸੀਨਾ ਛੱਲੀ ਹੋ ਸਕਦਾ ਸੀ। ਧੀ ਦਾ ਬਿਨਾਂ ਕਲੇਜਾ ਬਰਦਾਸ਼ਤ ਨਹੀਂ ਹੁੰਦਾ ਮੈਨੂੰ। ਬਿੰਦਰ ਮੇਰੇ ਸਾਹਮਣੇ ਤਾਂ ਚੁੱਪ ਚੁੱਪ ਜੀ ਰਹਿੰਦੀ ਹੈ, ਪਰ ਮੈਂ ਜਾਣਦਾ ਕਿ ਜਿੰਨੀ ਉਹ ਸ਼ਾਂਤ ਦਿਸਦੀ ਹੈ ਉਨੀ ਹੈ ਨੀ। ਮਾਸਟਰ ਜੀ ਮੈਂ ਪਿਓ ਹੈ ਉਹਦਾ, ਜਾਣਦਾ ਸਭ ਕੁਛ, ਕਿਵੇਂ ਲੁਕ ਲੁਕ ਰੋਂਦੀ ਹੈ ਉਹ। ਸੁੱਖੀ ਸੁੱਖੀ ਮੁੱਕ ਗਿਆ ਹੋਵੇ ਤਾਂ ਰੱਬ ਦਾ ਪਾੜਾ ਏ, ਪਰ ਧੋਖਾ ਬਰਦਾਸ਼ਤ ਨਹੀਂ ਹੋਣਾ ਮੇਰੀ ਧੀ ਤੋਂ। ਸੂਬੇਦਾਰ ਸਾਹਿਬ, ਤੁਸੀਂ ਇੱਦਾਂ ਕਰਦੇ ਚੰਗੇ ਨਹੀਂ ਲੱਗਦੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਨ, ਤਿਨਾ ਵੀ ਰੋਜ਼ੀ ਦੇ। ਜਦੋਂ ਬਾਪਾ ਜੀ ਨੂੰ ਕੂੜੇ 'ਚ ਪਿਆ ਲੱਭਿਆ ਸੀ, ਕੋਈ ਕੂੜੇ ਸਿੱਟ ਗਿਆ ਸੀ ਮੈਨੂੰ, ਮੈਨੂੰ ਨਹੀਂ ਪਤਾ ਮੇਰੇ ਮਾਂ ਬਾਪ ਕੌਣ ਨੇ, ਬਸ ਇੰਨਾ ਪਤਾ ਵੀ ਬਾਪਾ ਜੀ ਚਿੱਠੀਆਂ ਵੰਡਣ ਗਏ ਸੀ ਤੇ ਮੈਂ ਉਹਨਾਂ ਨੂੰ ਲੱਭ ਗਿਆ ਸੀ। ਇਹਦਾ ਪਾਪਾ ਛੜਾ ਸੀ ਜੀ, ਰੱਬ ਨੇ ਨਿਆਣਾ ਦੇ ਕੇ ਲਾਟਰੀ ਕੱਢਤੀ ਮੁਫਤੋਂ ਮੁਫਤੀ, ਤੇ ਨਾ ਧਰਤਾ ਲਾਟਰੀ। ਹੁਣ ਦੱਸੋ ਤੂੰ ਮਾੜੀ ਕਿਸਮਤ ਕਿਹਦੀ ਹੋਊਗੀ, ਜਿਹਨੂੰ ਆਈ ਨਹੀਂ ਪਤਾ ਵੀ ਉਹਦਾ ਧਰਮ ਕੀ ਹੈ, ਗੋਦ ਕੀ ਹੈ, ਜਾਤ ਕੀ ਹੈ। ਲਾਟਰੀ ਤੇਰੀ ਜਾਤ ਤਾਂ ਫਿਰ ਸਭ ਤੋਂ ਵਧੀਆ ਕਿਹੜੀ? ਮਾਨਸ, ਕਿਉਂਕਿ ਗੁਰੂ ਨਾਨਕ ਦੇ ਅਸਲੀ ਸਿੱਖ ਦੀ ਜਾਤ ਤਾਂ ਇਹੀ ਹੁੰਦੀ ਹੈ, ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ। ਲਾਟਰੀ ਤੂੰ ਇਸ ਗੱਲ ਤੇ ਜੋ ਰੋਣਾ ਭਈ ਤੈਨੂੰ ਕੋਈ ਕੂੜੇ 'ਚ ਸਿੱਟ ਗਿਆ ਸੀ, ਤੂੰ ਇਸ ਗੱਲ ਤੇ ਰੱਬ ਦਾ ਸ਼ੁਕਰ ਕਿਉਂ ਨਹੀਂ ਮਨਾਉਂਦਾ ਭਈ ਤੈਨੂੰ ਕੂੜੇ 'ਚ ਕੋਈ ਚੱਕ ਲਿਆ ਸੀ? ਰੱਬ ਤਾਂ ਕਿਤੇ ਮੈਨੂੰ ਟੱਕਰ ਦੇ ਨਾ ਕੱਲੇ ਨੂੰ, ਫਿਰ ਪੁੱਛਾਂ ਉਹਦੀ ਜਾਤ ਕੀ ਹੈ। ਬੈਂਕਾਂ ਵਾਲੇ ਜਮ ਤੂੰ ਤੁਹਾਨੂੰ ਪਿੱਛੇ ਲਾ ਛੱਡੇ ਨੇ, ਨਾ ਕੋਈ ਗੱਲ ਨਾ ਬਾਤ। ਗੱਲਬਾਤ ਕਿਉਂ ਨਹੀਂ ਸੋਹੀ ਸਾ? ਕਿਹਨੇ ਕਿਹਾ ਸੀ ਲੜਕੀ ਦੀ ਸ਼ਾਦੀ ਤੇ ਆਪਾਂ ਅੱਡੀਆਂ ਚੱਕ ਕੇ ਫਾਹਾ ਲਈਏ? ਕਿਉਂ ਇੰਨਾ ਕਰਜ਼ਾ ਚੱਕਿਆ? ਇਹ ਦੋ ਤਰ੍ਹਾਂ ਦੇ ਬੰਦੇ ਜ਼ਿੰਦਗੀ 'ਚ ਜ਼ਰੂਰ ਮਾਰ ਖਾਂਦੇ ਨੇ, ਇੱਕ ਤਾਂ ਜਿਹੜੇ ਸਿਰਫ ਸੋਚਦੇ ਔਰ ਕਰਦੇ ਕੁਛ ਨਹੀਂ, ਔਰ ਇੱਕ ਜਿਹੜੇ ਕਰਕੇ ਸੋਚਦੇ ਐ ਵੀ ਆਹ ਮੈਂ ਕੀ ਕੀਤਾ। ਮਾਸਟਰ, ਹੁਣ ਮੈਂ ਤੋਂ ਗਲਾਵੇਂ ਚ ਹੱਥ ਨਾ ਪਵਾਲੀ, ਜੇ ਤੇਰੇ ਸਿਰ ਤੇ ਮੇਰੇ ਵਾਂਗੂ ਕਰਜ਼ੇ ਦੀ ਪੰਡ ਹੁੰਦੀ ਨਾ, ਫਿਰ ਆਹ ਲੈਕਚਰ ਝਾੜਦਾ ਮਾਸਟਰੀ ਵਾਲਾ। ਸੋਹੀ ਸਾਹਿਬ, ਪਹਿਲਾਂ ਤਾਂ ਮੈਂ ਸਿਰ ਤੇ ਕਰਜ਼ੇ ਦੀ ਪੰਡ ਚੜਾਉਂਦਾ ਹੀ ਨਾ, ਜੇ ਚੜ ਵੀ ਜਾਂਦੀ ਤੇ ਟਰੈਕਟਰ ਟਰੁਕਟਰ ਦੀ ਪਰਵਾਹ ਨਾ। ਟਰੈਕਟਰ ਨਹੀਂ, ਟਰੈਕਟਰ ਟਰੈਕਟਰ ਹੁੰਦਾ ਹੈ ਜੱਟ ਦੇ ਪੁੱਤ ਵਰਗਾ। ਮਾਫ ਕਰਿਓ ਸੋਹੀ ਸਾਹਿਬ, ਪੁੱਤ ਤਾਂ ਰੱਬ ਨੇ ਤੁਹਾਨੂੰ ਇੱਕੋ ਹੀ ਦਿੱਤਾ ਹੈ, ਔਰ ਉਹਦਾ ਨਾਂ ਹੈ ਆਸੀ। ਜਿਹੜਾ ਜ਼ੋਰ ਲਾਉਣਾ ਨਾ ਉਹਨੂੰ ਬੰਦਾ ਬਣਾਉਣ 'ਤੇ ਲਾਓ। ਪਾਣੀਆਂ ਨੂੰ ਗੰਦਲੇ ਕਹਿਣ ਤੋਂ ਪਹਿਲਾਂ ਆਪਣੇ ਹੱਥਾਂ ਦੀ ਮੈਲ ਵੱਲ ਜ਼ਰੂਰ ਝਾਕ ਲੈਣਾ ਚਾਹੀਦਾ। ਜ਼ਖਮ ਦੀ ਦਵਾਈ ਲੱਭੀ ਦੀ ਹੈ ਸੋਹੀ ਸਾਹਿਬ, ਐਂ ਜ਼ਖਮ ਦੀ ਨੁਮਾਇਸ਼ ਲਾ ਕੇ ਲੋਕਾਂ ਤੋਂ ਤਰਸ ਨਹੀਂ ਇਕੱਠਾ ਕਰੀਦਾ। ਜਿਹਨੇ ਚੁੰਝ ਦਿੱਤੀ ਹੈ ਨਾ ਚੋਗ ਤਾਂ ਉਹ ਦੇ ਹੀ ਦਿੰਦਾ। ਇੱਦਾਂ ਠੇਕਿਆਂ 'ਤੇ ਬਹਿ ਕੇ ਦਾਰੂ ਪੀ ਕੇ ਆਪਣੇ ਦੁੱਖਾਂ ਦੇ ਕੀਰਨੇ ਪਾਉਣਾ ਕੋਈ ਮਰਦਾਂ ਦਾ ਕੰਮ ਨਹੀਂ ਹੁੰਦਾ। ਜੇ ਮੈਂ ਕੋਈ ਵੱਧ ਘੱਟ ਕਹਿ ਗਈ ਜੀ ਤਾਂ ਮੈਨੂੰ ਮਾਫ਼ ਕਰ ਦਿਓ। ਮਾਫ਼ ਮੂਫ਼ ਨਹੀਂ ਕਰਦਾ ਕਿਸੇ ਨੂੰ, ਅੱਜ ਫਿਰ ਕਿਸੇ ਦਾ ਬੇੜਾ ਬੈਠਾ। ਉਹ ਮੇਰੀ ਲੋਈ ਸਮੇਤ ਕੋ ਸਕੂਟਰ ਚੱਕ ਕੇ ਲੈ ਗਿਆ। ਕੌਣ ਲੈ ਗਿਆ? ਕੇ ਖਿਲਾ ਰਿਹਾ ਸੀ ਵੀ ਕੋਈ ਚੋਰੀ ਨਾ ਕਰ ਲੈ। ਉਹ ਕਿਹੜਾ ਕਰਕੇ ਲੈ ਗਿਆ ਚੋਰੀ? ਉਹ ਮੇਰੇ ਹੁੰਦਿਆਂ ਤੇਰੇ ਭਰਾ ਦੇ ਹੁੰਦਿਆਂ ਕਿਹੜਾ ਲੈ ਗਿਆ?
मैं लभ के दूं तेरा वीर सच्चा वीर सच्चे पर रुपया 200 लगू दिता हैंगर जिंदाबाद ना 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 भाई ना हैंगर जिंदाबाद नहीं हैंगर मुर्दाबाद क्यों क्योंकि हैंगर और लॉटरी है जेड़े रोज तैनू मिलके मूर्ख बनाउंदे है ये आप ही तेरी चीजा पहलो लुकांदे है फिर ओही लभाउण दे तेरे तो पैसे लैंदे और पिछे खड़े स्कूटर तेरा ठीक है आज तो बाद जिंदाबाद नहीं हैंगर ते लॉटरी मुर्दाबाद ओ सॉरी यार सॉरी गुरमुख सर ना मेले ते चले आ मैं उन्हां नाल चला जावा ओ बोलो महाराज कुछ तेरी खुशी लई ते मैं जिंदी आ अच्छा फिर मिठू जड़ दा कुर्ता पजामा कर दियो मैं आया नहा के आजा आजा सर जी तुसी धक्के ना जॉगिंग करा रहे हो ले आपो तो 2 किलोमीटर दूर ता मेला है सारा अपने पिंड तो हन आधा किलोमीटर आपा आ भी गए क्यों थके तू ओहो सर जी गल थकन दी नहीं आ मिठू जट दी टावर खराब हुंदी आ ਤੇਹਾ ਡਸਟ ਵਾਲਾ ਪਾਊਡਰ ਫ੍ਰੀ ਚ ਮੇਕਅਪ ਕਰੀ ਜਾਂਦਾ ਸਮਝਿਆ ਕਰੀਦਾ ਨਾ ਟ੍ਰਾਈ ਟੂ ਅੰਡਰਸਟੈਂਡ ਤੈਨੂੰ ਗੱਲਾਂ ਬੜੀਆਂ ਆਉਂਦੀਆਂ ਵਾ ਸਰ ਜੀ ਦੇਖੋ ਡੈਡੀ ਤਾਂ ਹੁਣ ਸਾਡਾ ਆਉਂਦਾ ਨਹੀਂ ਜੇ ਗੱਲਾਂ ਨਹੀਂ ਆਉਣਗੀਆਂ ਫਿਰ ਤਾਂ ਜੱਟ ਇਕੱਲੇ ਹੀ ਰਹਿ ਜੂ ਨਾ ਪੁੱਤ ਆਜੂ ਡੈਡੀ ਵੀ ਤੇਰੀ ਗੱਲ ਚੱਲਦਾ ਰਹੀ ਹੈ ਬਾਬਾ ਜੀ ਨਾਲ ਹਨਾ ਸਰ ਜੀ ਬਾਬਾ ਜੀ ਤਾਂ ਨਾ ਹਲੇ ਅਰਦਾਸਾ ਹੀ ਕਰਾ ਰਹੇ ਆ ਵੈਸੇ ਸਰ ਜੀ ਤੁਹਾਡੇ ਡੈਡੀ ਕੀ ਕੰਮ ਕਰਦੇ ਆ ਮੇਰੇ ਡੈਡੀ ਦੀ ਨਾ ਪੁੱਤ ਬਾਬਾ ਜੀ ਕੋਲ ਪੱਕੀ ਡਿਊਟੀ ਲੱਗੀ ਹੋਈ ਹੈ ਅੱਛਾ ਇਹਦਾ ਮਤਲਬ ਤੁਹਾਡੇ ਡੈਡੀ ਜੀ ਦੀ ਯੈਸ ਹੋ ਗਈ ਯੈਸ ਨਹੀਂ ਪੁੱਤ ਡੈਥ ਹੋ ਗਈ ਉਹਨਾਂ ਦੀ ਡੈਥ ਕਹਿੰਦੇ ਹੋ ਸਰ ਜੀ ਬੈਡ ਸ਼ਬਦ ਆ ਮੈਂ ਹਜੇ ਸ਼ਬਦ ਨਾ ਯੂਜ਼ ਨਹੀਂ ਕਰਦਾ ਵੈਸੇ ਸਰ ਜੀ ਤੁਸੀਂ ਆਪਦੇ ਡੈਡੀ ਜੀ ਨਾਲ ਮੇਲਾ ਦੇਖਣ ਜਾਂਦੇ ਸੀ ਮੈਂ ਤਾਂ ਪੁੱਤ ਮੇਲਾ ਹੀ ਆਪਣੇ ਡੈਡੀ ਜੀ ਦੇ ਨਾਲ ਦੇਖਣ ਜਾਂਦਾ ਹੁੰਦਾ ਸੀ ਡੈਡੀ ਦੇ ਕਨੇੜੇ ਚੜ ਕੇ ਮੇਲਾ ਦੇਖਣ ਜਾਣਾ ਮੇਲਾ ਏਡਾ ਵੱਡਾ ਦਿਸਦਾ ਹੁੰਦਾ ਸੀ ਡੈਡੀ ਦੇ ਕਨੇੜੇ ਚੜ ਕੇ ਉੱਥੇ ਚੰਡੋਲ ਝੂਟਣੀ ਉੱਥੇ ਪਕੌੜੇ ਖਾਣੇ ਕੁਲਫਾ ਖਾਣਾ ਡੈਡੀ ਜੀ ਆਹ ਲੈ ਦੋ ਡੈਡੀ ਜੀ ਆਹ ਲੈ ਦੋ ਤੈਨੂੰ ਪਤਾ ਡੈਡ ਕੀ ਹੋਇਆ ਮਿੱਠੂ ਰੁਕ ਗਿਆ ਮੇਲੇ ਨਹੀਂ ਜਾਣਾ ਸਰ ਜੀ ਮੈਂ ਮੇਲਾ ਨਹੀਂ ਦੇਖਣਾ ਕਿਉਂ ਹੁਣ ਤਾਂ ਮੈਂ ਮੇਲਾ ਕਨੇੜੇ ਚੜ ਕੇ ਦੇਖੂ ਆ ਜਾ ਪੁੱਤ ਮੇਰਾ ਫਿਰ ਆ ਜਾ ਬਹਿ ਜਾ ਕਨੇੜੇ ਆ ਤੁਹਾਡੇ ਨਹੀਂ ਸਰ ਜੀ ਆਪਦੇ ਡੈਡੀ ਦੇ ਇਹ ਗੱਲ ਮਿੱਠੂ ਦੀ ਪੱਕੀ ਆ ਕੱਚੀ ਨਹੀਂ ਮਿੱਠੂ 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 ਬਾਬਾ ਜੀ ਡੈਡੀ ਤਾਂ ਮੇਰੇ ਹੈਗੇ ਆ ਨਾ ਫਿਰ ਉਹਨਾਂ ਨੂੰ ਸਾਡੇ ਨਾਲ ਮਿਲਾ ਦੋ ਮੇਰੀ ਮੰਮੀ ਚੋਰੀ ਚੋਰੀ ਰੋਂਦੀ ਰਹਿੰਦੀ ਆ ਉਹਨੂੰ ਦੂਜੇ ਬੱਚਿਆਂ ਦੀਆਂ ਮੰਮੀਆਂ ਵਾਂਗ ਹੱਸਣ ਲਾ ਦੋ ਨਹੀਂ ਤਾਂ ਦੇਖ ਲਓ ਮਿੱਠੂ ਦੀ ਤੁਹਾਡੇ ਨਾਲ ਨਕੱਟੀ ਹੋ ਜਾਣੀ ਆ ਰਾਤ ਨਾ ਮੈਂ ਇੱਕ ਸੁਪਨਾ ਵੇਖਿਆ ਕਿ ਮੈਂ ਤੇਰੀ ਪੱਗ ਦੀ ਪੂਣੀ ਕਰਾ ਰਹੀ ਆ ਹਾਏ ਮੇਰਾ ਬਸ ਸਿਰਾ ਫੀਲਿੰਗ ਫੇਰ ਬਈ ਫੇਰ ਕੀ ਤੂੰ ਮੇਰੀ ਅੱਖਾਂ ਵਿੱਚ ਦੇਖ ਕੇ ਪੱਗ ਬਣ ਰਿਹਾ ਸੀਗਾ ਫਿਰ ਅਖੀਰਲਾ ਲੜ ਤਾਂ ਵਾਲਾ ਔਖਾ ਲੱਗਿਆ ਹੋਊ ਨਾ ਮਤਲਬ ਮੈਂ ਸੋਚਦਾ ਹਾਂ ਵੀ ਤੇਰੀਆਂ ਅੱਖਾਂ 'ਚ ਸੈੱਟ ਹੋਵਾਂਗੇ ਪੱਗ ਸੈੱਟ ਕਰਾਣਾ ਪਤਾ ਨਹੀਂ ਫਿਰ ਤੂੰ ਕਹਿਣ ਲੱਗ ਪਿਆ ਕਿ ਮੈਂ ਸ਼ੋਅ ਤੇ ਜਾਣਾ ਤੇ ਲੋਕਾਂ ਨੂੰ ਕਿਹਾ ਆਟੋਗ੍ਰਾਫ ਬਾਅਦ 'ਚ ਲੈਣ ਹਾਂ ਫਿਰ ਜਾਣ ਕੇ ਮੈਂ ਸਟਾਰ ਤਾਂ ਫਿਰ ਬਣੇ ਜਾਊਂਗਾ ਫਿਰ ਲੋਕੀ ਵਿਕਾਸ ਆਇਆ ਕਰਨਗੇ ਫੋਟੋਆਂ ਕਰਾਉਣ ਵਾਲੇ ਸ਼ੋਅ ਬੁੱਕ ਕਰਨ ਵਾਲੇ ਨਾਲੇ ਆਹ ਜਿਹੜਾ ਆਪਣਾ ਜੈਂਤੀ ਮਾਜਰਾ ਪਿੰਡ ਨਾ
ਯਾਸੀ ਦਾ ਪਿੰਡ ਵੱਜਿਆ ਕਰੂਗਾ, ਦੇਖੀ ਜਾਈ ਤੂੰ। ਹਲੇ ਗੱਲਾਂ ਹੀ ਨੇ, ਤੈਨੂੰ ਕਿਸੇ ਕੰਪਨੀ ਵਾਲੇ ਨੇ ਬੁਲਾਇਆ ਤਾਂ ਹੈ ਨੀ। ਉਹ ਬੁਲਾਇਆ ਸੀ ਯਾਰ ਇੱਕ ਨੇ, ਕਹਿੰਦਾ ਗਾਉਣਾ ਤਾਂ ਤੂੰ ਬਹੁਤ ਵਧੀਆ ਬਈ, 20 ਲੱਖ ਲੱਗੂ, ਕੱਢ ਦਿੰਦੇ ਆ ਸੀਡੀ। ਫੇਰ ਕੀ, ਬਸ ਕੱਢੀਆਂ ਗਾਲਾਂ ਸਾਲਿਆਂ ਨੂੰ। ਫਿਰ ਮੈਂ ਗਾਲਾਂ ਕੱਢਣ ਨਾਲ ਆਪਣੀ ਗੱਡੀ ਲੀ ਤੇ ਨਹੀਂ ਆਉਣੀ। ਉਹ ਲੈ, ਉਹ ਲੀ ਤੇ ਤਾਂ ਆ ਗਈ ਸਮਝੋ, ਆਹ ਕਦੇ ਫਾਰਚੂਨਰ, ਆਹ ਕਦੇ ਮਰਸੈਡੀ, ਆਹ ਕਦੇ BMW। ਪਿੰਕੂ ਇੱਥੇ ਤੇਰੇ ਤੋਂ ਅਸਾਬੀ ਲਾਓ ਇਹਦੀ ਕਲਾਸ, ਬਾਕੀ ਭੈਣ ਦੀ ਰੱਖੜੀ ਦਾ ਕਰਜ਼ਾ ਮੈਂ ਲਾਉਣਾ। ਚੱਲ ਜ਼ੁਬਾਨ ਨਹੀਂ ਖੋਲਣੀ, ਕਿਉਂਕਿ ਅੱਜ ਬੋਲਿਆ ਹੋਇਆ ਤੇਰਾ ਇੱਕ ਵੀ ਲਫ਼ਜ਼ ਮੈਨੂੰ ਜਲਾਦ ਬਣਾ ਸਕਦਾ ਹੈ, ਕਿਉਂਕਿ ਮੇਰੀ ਧੀ ਹੀਰ ਦੀਆਂ ਬਾਤਾਂ ਨਹੀਂ ਪਾ ਸਕਦੀ। ਜੇ ਉਹ ਸਰਾਹ ਤੁਰੀ ਨਾ ਤੇ ਤੈਨੂੰ ਤੇ ਉਹਨੂੰ ਇਹਨਾਂ ਰਾਹਾਂ 'ਚ ਕਿਤੇ ਦਫ਼ਨ ਕਰਕੇ ਰੱਖ ਦੂੰਗਾ। ਔਰ ਇੱਕ ਗੱਲ ਹੋਰ, ਇਹ ਗੱਲ ਮੈਂ ਤੈਨੂੰ ਦੁਬਾਰਾ ਨਹੀਂ ਕਹਿਣੀ। ਡੈਡੇ ਦਾ ਕਾਲਜ ਖਤਮ, ਬਹੁਤ ਹੋ ਗਈਆਂ ਪੜ੍ਹਾਈਆਂ, ਹੁਣੇ ਨੂੰ ਸਿਰਫ ਇੱਕ ਡਿਗਰੀ ਮਿਲੋ ਵਿਆਹ ਦੀ। ਅਸੀਂ ਜਿਉਂਦੀ ਹੈ ਮਰੀ ਨਹੀਂ, ਬਾਪ ਹੈ ਮੈਂ ਉਹਦਾ। ਨਹੀਂ, ਦੁਸ਼ਮਣ ਹੈ ਤੂੰ ਸਾਡਾ ਵੀ ਤੇ ਆਪਣੇ ਆਪ ਦਾ ਵੀ। ਤੇਰਾ ਇਹ 2 ਨੰਬਰ ਦਾ ਧੰਦਾ ਤੇ ਆ ਜ਼ੁਲਮ, ਖੂਨ ਦੇ ਹੰਝੂ ਰਵਾਓ ਤੈਨੂੰ, ਪਿੰਡ ਚ ਪੋਰਾ ਇੱਜ਼ਤ ਨਹੀਂ ਰਹੀ। ਓਏ ਮੇਰੇ ਵਰਗੇ ਸਾਨ ਬੰਦੇ ਇਹੋ ਜਿਹਾ ਕੰਮ ਕਰ ਸਕਦੇ ਨੇ? ਤੇਰੇ ਪਿੰਡ ਦੀ ਖੱਸੀ ਜਨਤਾ ਸਿਰਫ ਗੱਲਾਂ ਕਰ ਸਕਦੀ ਹੈ, ਤੇ ਤੂੰ ਕਿਹੜੀਆਂ ਇੱਜ਼ਤ ਦੀਆਂ ਗੱਲਾਂ ਕਰਦਾ ਹੈ? ਓਏ ਮੇਰੇ ਵਿਆਹ ਤੇ ਪਿੰਡ ਦਾ ਪੰਚ ਨਹੀਂ ਸੀ ਸੱਦ ਹੋਇਆ ਤੇ ਤੋਂ। ਜਿੱਦਣ ਤੂੰ ਮਰੇਗਾ ਨਾ, CM ਆਊਗਾ, CM। ਜਦੋਂ ਪਰਛਾਵਾਂ ਕੱਦ ਨਾਲੋਂ ਤੇ ਗੱਲਾਂ ਔਕਾਤ ਨਾਲੋਂ ਵੱਡੀਆਂ ਹੋਣ ਲੱਗ ਜਾਣ ਤਾਂ ਸਮਝੋ ਸੂਰਜ ਡੁੱਬਣ ਵਾਲੀ ਹੈ। ਧੀਏ ਇੱਕ ਖੂਹ ਤੇ ਇੱਕ ਆਸ਼ਿਕ, ਦੋਵਾਂ ਦੀ ਗਹਿਰਾਈ ਦਾ ਅੰਦਾਜ਼ਾ ਲਾਉਣਾ ਬੜਾ ਔਖਾ ਹੁੰਦਾ। ਸੌਖਾ ਤਾਂ ਇਸ਼ਕ ਕਰਨਾ ਵੀ ਨਹੀਂ। ਇਸ਼ਕ ਤਾਂ ਵੀ ਡਾਢਾ ਹੀ ਔਖਾ। ਆ ਤੂੰ ਵੀ ਤਾਂ ਵੇਖ ਲੈ, ਇਸ਼ਕ 'ਚ ਡੈਂਟਿੰਗ ਪੇਂਟਿੰਗ ਕਰਾਈ ਫਿਰਦਾ ਕਿ ਨਹੀਂ, ਚੰਗਾ ਸ਼ਿੰਗਾਰਿਆ ਅਗਲਿਆਂ ਨੇ। ਜੱਟ ਕਨੀ ਦਾ ਝਾਕ ਦੇ ਵੀ ਲੋਕੀ ਪੁੱਛ ਕੇ ਆ, ਹੱਥ ਕਿਹੜਾ ਲਾਜੂ, ਖਿਲਾਰ ਕਿਹੜੀ ਰੱਖ ਦੂੰ। ਆਇਆ ਵੱਡਾ ਇਹ ਦੇਖ ਵੀ ਕਾਕਾ, ਇੱਕ ਤਾਂ ਨਸ਼ੇੜੀ, ਉੱਤੋਂ ਕੁੜੀ ਦੇ ਭਾਈ, ਕੁੱਟਿਆ ਬਹੁਤ ਬੇਕਰ ਖੋ ਕੇ ਉਹਨਾਂ ਨੇ। ਸ਼ੁਕਰ ਕਰ ਵੀ ਮੈਂਟਲਾਂ ਹੱਥੋਂ ਬਚ ਗਿਆ ਤੂੰ। ਗੱਲ ਸੁਣ, ਜਦ ਤੁਹਾਡਾ ਰਿਸ਼ਤਾ ਹੀ ਟੁੱਟ ਗਿਆ, ਤੁਹਾਨੂੰ ਪਤਾ ਵੀ ਵਿਆਹ ਹੋਣਾ ਹੀ ਨਹੀਂ, ਤੇ ਫਿਰ ਤੂੰ ਤੇ ਮੰਨਤ ਕਿਉਂ ਆ ਕੁੰਡਲੀਆਂ ਜਿਹੀਆਂ ਮਿਲਾਉਂਦੇ ਫਿਰਦੇ ਹੋ? ਯਾਰ ਮੈਂ ਤੇ ਮੰਨਤ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਸੀ। ਬਾਪੂ ਉਹਨਾਂ ਨੇ ਆਪਣੀ ਯਾਰੀ ਦੋਸਤੀ ਦੇ ਚੱਕਰ ਸਾਡਾ ਵਿਆਹ ਪੱਕਾ ਕਰਤਾ, ਤੇ ਜਦੋਂ ਇੱਕ ਦੂਜੇ ਨੂੰ ਚਾਹੁਣ ਲੱਗ ਪਏ ਤੇ ਕਹਿੰਦੇ ਰਿਸ਼ਤੇ ਨੂੰ ਜਵਾਬ ਦੇ ਦਿਓ। ਹੱਦ ਆ ਯਾਰ, ਰਿਸ਼ਤਾ ਤਾਂ ਕਿਤੇ ਰਾਹ ਜਾਂਦੇ ਨਾਲ ਬਣ ਜਾਊ, ਉੱਥੇ ਜਵਾਬ ਦੇਣਾ ਔਖਾ ਹੋ ਜਾਂਦਾ, ਇਹ ਤਾਂ ਫਿਰ ਮੋਹ ਦਾ ਰਿਸ਼ਤਾ ਯਾਰ, ਇਹ ਕਿਵੇਂ ਟੁੱਟ ਜੂ? ਇਹਦਾ ਮਤਲਬ ਇਸ਼ਕ ਦਾ ਸਿਓ ਖਾਣ ਦਾ ਦਿਲ ਕਰਦਾ। ਉਹ ਇਸ਼ਕ ਹੈ ਕੋਈ DJ ਵਾਲਾ ਗਾਣਾ ਥੋੜ੍ਹੀ ਆ ਵੀ ਘੜੀ ਕੁ ਨੱਚ ਲਏ ਭੁੱਲ ਗਏ ਬਾਅਦ 'ਚ। ਪੱਕੀ ਧਾਰ ਰੱਖੀਏ ਫਿਰ ਮੰਨਤ ਨੂੰ ਪਾਉਣ ਦੀ, ਆਪਾਂ ਤਾਂ ਯਾਰ ਨੂੰ ਹੀ ਰੱਬ ਮੰਨਿਆ ਬਈ। ਠੀਕ ਹੈ,
बाकी फिर रब मान लैंदा हुंदा। महाराज कहंदे आ ना, सतगुर होए दयाल तां सरदा पूरी है, सतगुर होए दयाल ना कब हूं चूरी है, सतगुरु होए दयाल तां दुख ना जानी है, सतगुर होए दयाल तां हर रंग माणी है। सच्चाई ते कायम रहीदा बस जवाना, मिलते हैं। जिंदगी च जो भी करना ना पुत, इतों दिल नाल करना है, उम्मीद नाल करना है, मजबूत इरादे दे नाल करना है, पूरे चा नाल करना है, क्योंकि कुदरत कई बारी नेड़े होके सुनती है। एक बार एक बंदा ना मिट्टी का खड़ौना लैके बह गया, लग पिया उहदियां मिन्नतां करन, सोने का हो जा, सोने का हो जा, सोने का हो जा, सोने का हो जा। शाम नूं जाके अक गया, थक गया, दुखी होके कहिंदा सौरिया सोने का नहीं होना, तांबे का ही हो जा। उदों किते कुदरत नेड़े होके सुनदी सी, झट देनी उह खड़ौना तांबे का हो गया। फिर लग पिया पछताउण मत्थे ते हथ रख के, भी आह की कर बैठा मैं, भाई मैं तो आही कही जांदा सोने का हो जा, सोने का हो जा, सोने का हो जा, तो हुण सोने का हो जाना सी। सो दा नुकसान कित्थे होया पुत, जिथे उहदा इरादा ढिला पै गया। ठीक है, सो बच्चो इरादा ढिला नहीं करना। वेरी गुड, हुण बाकी क्लास आपां बाहर लाउणी है। ठीक है, चलो 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 चलो। किदा मास्टर जी? बड़ी मेहरबानी सर, तुसी दसो जी। रिटायरमेंट तो बाद किते कोई डेरा डूरा खोलन दा इरादा तां नहीं? स्कूल नूं स्कूल ही रहिंदे हो बाबे हो। आ मैं जरा दो मिंट आया, कमेटी दी बोली है, ध्यान रखियो मेरी क्लास दा, बड़ी खप पाउंदे आ, मैं बस गया ते आया। तेरा लिखिया व्यर्थ नहीं जाऊगा पुत। लाटरी, लाटरी तो तेरा छोटा नाम होया, वड्डा नाम की है तेरा? वड्डा? लाटरी। अच्छा, ये होए की होया भाई? ओए साडा गोद है ही। अब हैंगर। हाँ जी। तू इतने धरती के गेड़े दे दे के केड़ियां गिनतियां मिनतियां च पिया, चाह नहीं पियानी अज भाई? वो प्या दिने मास्टर जी, इधर खंड वाला डब्बा गवाच गया। लब दिने आ, पर पया 100 लगू। खड़ जा किरों वड्डा सप्पा, तेरी मिद्दा सी मैं। ओ बल्ले, हैंगर दा कुत्ता हैंगर नहीं, बूं बूं। हुण बड़ा टपदा है, दुख लग्या वधिया नहीं? देखो जी, जदों अपने डंग वजदा तकलीफ तां उदों ही हुंदी है। सप, हां जी, दे भी खंड वाला डब्बा हैंगर दा। लै भाई चक डब्बा, अज एक कप नहीं, दो कप चाह दे बना के लिया। ठीक है, हां मतलब? मतलब की मार्डर वार्ड पढ़ा गया अपन, कोई ना अपनी बारी भी आऊ कदे। हां लाटरी। हां जी। हां जी, वारी तो तेरी मित्र प्यारिया बहुत सोहनी आने वाली है। क्यों है? ओ जेड़ा सतनाम वाहिगुरु नु चिट्ठियां लिखदा सी ना, ओदा पता लग गया? ना लग गया नहीं। नहीं नहीं, मैं कह रहा कि ओनू लभ लिया। ना मैं क्यों लभा? नहीं नहीं, मैं लाटरी तेनू ये कह रहा कि मैं ओदा पता ला लिया जिहड़ा सतनाम वाहिगुरु नू चिट्ठियां लिखता है। कौन कौन? मेरी क्लास की एक बच्ची है ज्योति, वो लिखती है सतनाम वाहिगुरु जी नू चिट्ठियां। मां गुजर गई सी ओदी, इस पिंड अपने नाने नानी को रहिंदी है, 2 साल तो अपनी चिट्ठियां ते जवाब उड़ीकदी है बेचारी। कमली है कुड़ी, और जेड़ी चिट्ठी पहुंचनी नहीं मास्टर जी, उहदा जवाब कौन कौन लिखूगा? जवाब तो लाटरी उहदा सतनाम वाहिगुरु लिखेगा। सतनाम? सतनाम वाहिगुरु कित्थे है? सतनाम वाहिगुरु आ देख, उहदा अपने बंडल बचन है, उहदे च सतनाम वाहिगुरु, मेरे च सतनाम वाहिगुरु,
ਜੋਤੀ 'ਚ ਸਤਨਾਮ ਵਾਹਿਗੁਰੂ ਔਰ ਤੇਰੇ 'ਚ ਵੀ ਹੈ ਸਤਨਾਮ ਵਾਹਿਗੁਰੂ। ਹੁਣ ਪਤਾ ਨਹੀਂ ਕਿ ਸਤਨਾਮ ਵਾਹਿਗੁਰੂ ਨੇ ਕਿਹਦੇ ਤੋਂ ਚਿੱਠੀ ਲਿਖਾ ਲੈਣੀ ਹੈ। ਆ ਫੜ ਤੇਰੀ ਅਮਾਨਤ, ਹੁਣ ਚਾਹੇ ਪੀ ਅਤੇ ਚਾਹੇ ਡੋਲ ਦੇ, ਤੇਰੀ ਮਰਜ਼ੀ ਹੈ। ਚੰਗਾ ਜੀ। ਮਾਸਟਰ ਨੇ ਤੇਰੇ ਕੰਨ 'ਚ ਕੀ ਕਿਹਾ ਮੈਨੂੰ ਨਹੀਂ ਪਤਾ, ਪਰ ਸ਼ਰੇਆਮ ਬੋਲਣ ਵਾਲਾ ਬੰਦਾ ਜਦੋਂ ਕੰਨ 'ਚ ਗੱਲ ਕਰਦਾ ਫਿਰ ਮਸਲਾ ਕੋਈ ਆਮ ਨਹੀਂ ਹੁੰਦਾ। ਆਓ ਪੁੱਤ ਜੱਟਾਂ ਦਾ ਹਲ ਵਾਉਂਦਾ ਵੱਡੇ ਤੜਕੇ ਦਾ, ਆਓ ਤੇਰੀ ਅੱਖਾਂ ਮੂਹਰੇ ਕੰਮ ਦੀ ਜ਼ਰੂਰਤ ਪਿਆਰੀ। ਓਏ ਹਾਂ ਵੀ ਡੱਡ, ਕਦੇ ਇਕੱਠੇ ਤੇ ਕਦੇ ਅੱਡ ਹੈ। ਅਰੇ ਬਈ ਇਤਨਾ ਸਨਾਟਾ ਕਿਉਂ ਹੈ, ਮਾਰਦੇ ਕਿਰਾਂ ਸ਼ਹਿਦ ਅਰਗੇ ਮਿੱਠੇ ਜੇ ਬੋਲ ਸੁਣਾ ਕੇ ਹੈ। ਆਸੇ ਮੈਨੂੰ ਭੁੱਲ ਜਾਈ ਹਮੇਸ਼ਾ ਲਈ। ਅੱਛਾ, ਮੈਂ ਕਿਹਾ ਹੁਣੀ ਭੁੱਲ ਜਾ ਕੇ ਬਾਜਾ ਪਾਸੇ ਰੱਖ ਕੇ ਭੁੱਲਾਂ ਬਈ। ਐਂ ਹੱਸਦਾ ਰਹੀ, ਕੱਲ ਮੇਰੀ ਇੰਗੇਜਮੈਂਟ, ਹੋ ਸਕੇ ਤਾਂ ਮੈਨੂੰ ਮਾਫ ਕਰ ਦੇ। ਓ ਹੈਲੋ, 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 ਓ ਹੈਲੋ, ਚਾਰੇ ਪਾਸੇ ਦਿਸਣ ਹਨੇਰੇ, ਚਾਨਣ ਚੜਦਾ ਨਹੀਂ ਦਿਲ ਤੇ। ਸੁਣਿਆ ਤੂੰ ਐ ਬਖਸ਼ਣ ਹਾਰਾ, ਸਾਨੂੰ ਬਖਸ਼ ਦਿਓ, ਤੇਰੇ ਲੜ ਲੱਗ ਕੇ ਤਾਂ ਬੰਦਾ ਡੁੱਬ ਕੇ ਹੜਦਾ ਨਹੀਂ। ਜ਼ਿੰਦਗੀ ਤੇ ਪਾਰੇ ਸਭ ਪਾਸਿਆਂ ਤੋਂ ਹਾਰੇ, ਦੁੱਖ ਜ਼ਿੰਦਗੀ ਤੇ ਪਾਰੇ ਸਭ ਪਾਸਿਆਂ ਤੋਂ ਹਾਰੇ। ਦਾਤਾ ਜੀ ਮੇਰ ਕਰੋ, ਦਾਤਾ ਜੀ ਕਰੋ।
ਕਿੰਨੇ ਹੋਏ ਲਾਲਾ ਜੀ? ਸੱਠ ਹੋ ਗਏ ਜੀ, 50, 1, 10, 1। ਨਾਲੇ ਮਾਸਟਰ ਜੀ, ਜੇ ਮੋਟਰਸਾਈਕਲ ਦੀ ਸਬਕ ਸੁਬਕ ਆਉਣੀ ਹੋਵੇ ਤਾਂ ਉਹ ਵੀ ਦੱਸ ਦਿਆ ਕਰੋ। ਬੰਦਾ ਆਪ ਘਰੋਂ ਮੋਟਰਸਾਈਕਲ ਲੈ ਕੇ ਆਊ, ਰੈਲੀ ਕਰਕੇ ਘਰੇ ਹੀ ਛੱਡ ਕੇ ਆਊ, ਜੇ ਰੌਂਗ ਨੰਬਰ ਲੱਗ ਜੇ ਤਾਂ ਮੈਨੂੰ ਫੜ ਦਿਓ। ਊਂ ਗੱਲ ਆ ਇੱਕ। ਵੈਸੇ ਲਾਲਾ ਜੀ, ਹਾਂਜੀ, ਕੋਈ ਕੰਮ ਰਹਿ ਗਿਆ ਸੀ ਤਾਂ ਉਹ ਵੀ ਵਿੱਚੇ ਹੀ ਐਡ ਕਰ ਲੈਣਾ ਸੀ, ਬਾਕੀ ਤਾਂ ਹੈਗੇ ਹੀ ਆ ਸਾਰੇ ਆਲਮੋਸਟ। ਉਹ ਕੀ ਕਰੀਏ ਮਾਸਟਰ ਜੀ, ਲੋੜਾਂ ਹੀ ਬਹੁਤ ਨੇ। ਨਾਲੇ ਜੇ ਕੋਈ ਹੋਰ ਕੰਮ ਵੀ ਕਰ ਸਕਦਾ ਹੋਇਆ ਤਾਂ ਉਹ ਵੀ ਦੱਸਿਓ। ਹੁਣ ਪੁਰਾਣੀ ਹੱਟੀ ਦੇ ਤਾਂ ਜਾਣੂ ਰਹੇ, ਨਾਲੇ ਰੇਸ਼ਮ ਮਿੱਤਲ ਨੂੰ ਵੱਡਾ ਜਨਰਲ ਸਟੋਰ ਵੀ ਖੋਲ੍ਹ ਕੇ ਦੇਣਾ। ਨਾ ਗੱਲ ਆ ਇੱਕ, ਨਾ ਮੈਨੂੰ ਕਿਉਂ ਨਹੀਂ ਖੋਲ੍ਹ ਕੇ ਦੇਣਾ? ਉਹ ਮੇਰੇ ਘਾਟੇ ਦਿਆ ਸੌਦਿਆ, ਉਹ ਮੇਰਾ ਰੌਂਗ ਨੰਬਰ ਆ, ਤੇਰਾ ਨਾ ਹੀ ਰੇਸ਼ਮ ਮਿੱਤਲ ਆ, ਪੈਟਰੋਲ ਦਾ ਤੇਰਾ ਪੁੱਠਾ ਨਾ ਹੈ, ਨਾਲੇ ਪੈਟਰੋਲ ਨਾ ਕੀ ਰੱਖਦਾ ਤੇਰਾ, ਤੂੰ ਤਾਂ ਦੂਰ ਹੀ ਅੱਗ ਫਲ ਲੱਗ ਗਿਆ। ਗੱਲ ਆ ਇੱਕ। ਉਹ ਬੋਧੀ ਉਦੋਂ ਹੀ 2 ਕਿਲੋ ਪਾ ਦਿੰਦਾ ਤੇ ਆਲੂ ਪਾ ਦੇ 1 ਕਿਲੋ ਕ। ਠੀਕ ਆ ਠੀਕ ਆ। ਸੋਹੀ ਸਾਹਿਬ, ਇਹ ਬੋਧੀ ਕੀ ਹੁੰਦਾ ਜੀ? ਇੱਕੋ ਪਿੰਡ ਦੇ ਹੋ, ਸਤਿਕਾਰ ਦਿਓ ਇੱਕ ਦੂਸਰੇ ਨੂੰ ਗੁਰਮੁਖੋ, ਹੈਂ? ਸ਼ੰਭੂਨਾਥ ਜੀ ਕਹੋ, ਲਾਲਾ ਜੀ ਕਹੋ, ਸੇਠ ਜੀ ਕਹੋ। ਉਹ ਬਸ ਕਰ ਯਾਰ ਮਾਸਟਰ, ਮੇਰੀ ਕਿਸਮਤ ਨੇ ਮੇਰਾ ਪਹਿਲਾਂ ਮਜ਼ਾਕ ਬਣਾਇਆ ਪਿਆ, ਉੱਤੋਂ ਤੂੰ ਸਿਰ ਖਾਈ ਜਾਂਦਾ। ਇਹ ਕਿਸਮਤ ਨਾ 4 ਅੱਖਰਾਂ ਦਾ ਇੱਕ ਸ਼ਬਦ ਹੈ, ਜਿਹਨੂੰ ਤੇਰੇ ਵਰਗੇ ਕਮਜ਼ੋਰ ਅਤੇ ਨਲਾਇਕ ਪਹਾੜ ਬਣਾ ਕੇ ਸਿਰ ਦੇ ਉੱਤੇ ਰੱਖ ਲੈਂਦੇ ਆ। ਇੱਕ ਲਾਲਾ ਸ਼ੰਭੂਨਾਥ ਜੀ ਹੈ, ਕਿਸਮਤ ਦਾ ਹੀ ਘੋੜਾ ਬਣਾ ਕੇ ਜ਼ਿੰਦਗੀ ਦੇ ਨਵੇਂ ਸਫ਼ਰ 'ਤੇ ਹੋ ਤੁਰੇ ਆ। ਚੋਰਾਂ ਨੇ ਭਰੀ ਭਰਾਈ ਦੁਕਾਨ ਖਾਲੀ ਕਰਤੀ ਸੀ, ਨਾ ਲਾਲਾ ਜੀ ਨੇ ਜ਼ਹਿਰ ਪੀਤਾ, ਨਾ ਹੀ ਕਿਸਮਤ ਦਾ ਰੋਣਾ ਰੋਇਆ। ਜਵਾਨ ਜਹਾਨ ਹੈ, ਲਾਲਾ ਜ਼ਿੰਦਗੀ ਨੂੰ ਅੱਗੇ ਕਿਉਂ ਵਿਹਲਾ ਫਿਰਦਾ ਰਹਿੰਦਾ? ਖੁਸ਼ੀਆਂ ਬੀਜ ਜਵਾਨਾ, ਹਾਸੇ ਉੱਗਣਗੇ ਹਾਸੇ, ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਸ਼ੰਭੂਨਾਥ ਕਹੋ। ਚੰਗਾ ਸ਼ੰਭੂ ਚਾਚਾ ਜੀ, ਚੰਗਾ ਵੀ ਲਿਖ ਲਿਓ ਫਿਰ। ਭਾਨੋ ਆਂਟੀ ਜੀ, ਵੀ ਅੱਗੇ ਤਾਂ ਮੈਨੂੰ ਕਮਲੀ ਦੱਸਦਾ ਸੀ ਇਹ, ਵੇ ਕਦੋਂ ਤੋਂ? ਉਹ ਸਹੀ ਨੰਬਰ ਹੋ ਮਿਲਿਆ, ਉਹ ਮੈਂ ਤਾਂ ਆਪ ਤਾਜ਼ਾ ਤਾਜ਼ਾ ਸ਼ੰਭੂ ਚਾਚਾ ਬਣਿਆ। ਮਾਸਟਰ ਜੀ, ਮਾਸਟਰ ਜੀ, ਜਿਹੜੇ ਰਾਹ ਆਏ ਆ ਉਸੇ ਰਾਹ ਬੈਕ ਹੋ ਜਾਓ। ਕੀ ਗੱਲ ਹੋ ਗਈ? ਅੱਜ ਪਿਆਉਣ ਵਾਲੇ ਵੀ ਪੀ ਫਿਰਦੇ ਆ? ਉਹ ਜਿਹੜੇ ਪੀਂਦੇ ਸੀ ਤੁਸੀਂ ਪੀਣੋ ਹਟਾਤੇ, ਸੱਪ ਵੀ ਨਾ ਪੀਣ ਦਾ ਨੇਮ ਚੱਕ ਗਿਆ, ਲਾਟਰੀ ਵੀ ਨਹੀਂ ਹੱਥ ਲਾਉਂਦਾ ਪਿਆ। ਹੈਂਗਰ ਮਾਸਟਰ ਜੀ, ਅੱਗੇ ਨਾ ਵਧੋ, ਬੈਕ ਹੋ ਜਾਓ। ਤੁਸੀਂ ਪ੍ਰਵਚਨ ਦਿੰਦੇ ਆ, ਭਾਸ਼ਣ ਦਿੰਦੇ ਆ, ਮੇਰਾ ਸਾਰਾ ਕੰਮ ਮਿੱਟੀ ਕਰਕੇ ਰੱਖਤਾ। ਕੋਈ ਗੱਲ ਨਹੀਂ, ਸੋਹੀ ਵਰਗੇ ਪੰਜਾਬ 'ਚ ਅਜੇ ਬੜੇ ਬੈਠੇ ਆ ਸ਼ਰਾਬ ਨੂੰ ਪਿਆਰ ਕਰਨ ਵਾਲੇ। ਲਾਟਰੀ ਬਹਿ ਜਾ, ਚਾਹ ਪੀਂਦੇ ਆਪਾਂ। ਉਹ ਚਾਹ ਵਾਲਾ ਬਿਜ਼ਨਸ ਬੰਦ ਕਰਤਾ, ਤੁਰਦੇ ਫਿਰਦੇ ਨਜ਼ਰ ਆਓ, ਤੁਰਦੇ ਫਿਰਦੇ। ਲਾਟਰੀ ਤੂੰ ਤਾਂ ਪੀ ਲਾ, ਤੇਰਾ ਦਾਰੂ ਬਿਨਾਂ ਕੌਣ ਆ? ਲਾਟਰੀ, ਸੋਹੀ ਸਾਹਿਬ ਨਹੀਂ ਨਜ਼ਰ ਆ ਰਹੇ? ਦਿਖਿਆ ਨਹੀਂ ਕਈ ਦਿਨ ਤੋਂ, ਮੈਨੂੰ ਲੱਗਦਾ ਉਹਦੀ ਖਬਰ ਲੱਗਣ ਵਾਲੀ ਹੈ, ਖੁਦਕੁਸ਼ੀ ਦੀ। ਫਸਲ ਨਹੀਂ ਤਾਂ ਨਸਲ ਨਹੀਂ, ਕਰਜ਼ਾ ਹੀ ਕਰਜ਼ਾ, ਮਰ ਜਾ ਤੂੰ ਮਰ ਜਾ। ਵਾਹ, ਇਹ ਹੁੰਦੀ ਆ ਅਣਖਾਲੀ ਗੱਲ। ਉਹ ਜਿਹੜਾ ਪਦਾਰਥ ਪਿੱਛੇ ਲੁਕੋ ਕੇ ਰੱਖਿਆ ਉਹਨੂੰ ਅੱਗੇ ਰੱਖੋ। ਲੁਕੋ ਕੇ ਕੀਤਾ ਜਾਣ ਵਾਲਾ ਕੰਮ ਜਾਂ ਚੋਰੀ ਹੁੰਦਾ ਜਾਂ ਪਾਪ, ਨਾ ਤਾਂ ਤੁਸੀਂ ਚੋਰੀ ਕੀਤੀ ਹੈ ਨਾ ਪਾਪ ਕੀਤਾ। ਹੂੰ।
जमना ते मरना उस कुदरत दा नियम है, पर इंसान परमात्मा और कुदरत तो अगे लंघता जा रहा है। मरना उन्हें अपने हाथ च कर लिया है। मैं थोनू मरण तो रोकन नहीं आया। मैं तो सोचा कि चलो जाते बंदे ना दो चार गल कर लीए। की ना थोड़ा? हाँ, दलेर सिंह सोही, काम भी दलेरी वाला कर रहे हो, बहुत बहादुरी का काम है। मैं समझ नहीं आती कि साहब सच्चे पातशाह गुरु गोबिंद सिंह साहब नू की सूझी, अपना परिवार गवा के, पातशाहियां लुटा के, चारों बच्चे कुर्बान करके, फिर भी चढ़दी कला च रह के यो ही कहा, इन पुत्रन के शीस पर वार दिए सुत चार, चार मुए तो क्या हुआ जीवत कई हजार। पर अफसोस कि उन्होंने कौम के वारिस अज एक ट्रैक्टर गवा के, फसल च काटा खा के, अजहर दियां बोतलां चुकी फिरते ने। ठीक है जी, मर्जी है तुहाडी। हाँ, कोई आखरी ख्वाहिश होवे तां दस दिओ, जां लाणेदारनी नूं कोई सुनेहा देना होवे, जां अग्ञापाल सिंह नूं कुछ कहना होवे, जिन्हें बेचारे ने सवेरे कर्जा चुक के तुहाडियां अंतम रस्मां करनियां ने। चलो मिलते हैं, आओ मिलना तो कादा हूँ। क्योंकि गया बंदा कदे मुड़ता नहीं ते अगला जन्म हुंदा नहीं। काश अगला जन्म हुंदा, मैं एक बहादुर इंसान बन के पैदा हुंदा। मेरिया कमजोरियां ने मेरे रास ने करते, अपने मुकद्दरां च हनेरे मैं आप लिख ले। देखो जी, साडा तो बिजनेस है, मैं अबोर्शन नहीं करेंगी तो कोई होर करेगा। तुसी चंगी तरह सोच लो, उदा फिफ्थ मंथ चल रहा तो अबोर्शन करने नाल उदी जान नू खतरा भी हो सकता। कुछ नहीं हुंदा उदी जान नू, तुसी अपना काम करो। देखने तो तुसी बड़े जेंटल लगते हो अभी भी। चुप, तुसी अपनी कहती असी अपनी कहती। भाई साहब, तुहानू आके कुछ पेपर साइन करने पैणगे। जा जा हुण। बीबी सोच ले। जा हुण। जाया से ना तुहानू, ओदी सारी बॉडी दे विच जहर फैल चुका है। हाँ जी, गिनती ते साई है ओदे कोले।
माफ कर दे किदा ना के बनी सी मैं तुन पुत पुत न दे सकी नहीं जे मैं पुत बनी नहीं चाहिए सब नु पुत तू एक बनी तू मेरा पुत तू ही मेरा परिवार तू ही मेरा सब कुछ सिर्फ तू चाहिए दी बनी मेनू और कुछ नहीं चाहिए दा बनी तू ड्रॉप कर चलिए जो जो रखे बानी तू ठीक है तू कुछ नहीं हुआ है ना बानी मेरा तेरे नाल प्रॉमिस है मैं अगे तो कभी नहीं रोवांगा ठीक है आज आज एक बारी राज के रोलर से बानी पुत तेरा बापू किधर नो गया ओ जाना किथे बेबे मैनू तो लगदा हल्ली उठे ही नहीं तेरा दिमाग ता ठीक है आखे उठे या नहीं पाठी लगदे नु ता उठ खड़दा ओ ओ पता नहीं बेबे किथे यार मैं नहीं देखया अच्छा वे आसी कुछ करता नहीं लिया उन्हें जमे पट्टे जावांगे आपा ता बापू बापू की होया वे साला बापू दा ओ जागदा जिवें आ जिवें तुंदे च गधा जागदा होवे ओए मैं तां माड़ा जिहा शरीर खोल रहा सी सालो जमा जंगा लै पिया आपदी मां नूं कह दुध गर्म करे लेचियां लुचियां पा के माड़ा जिहा मख्याल भी पा देवे मख्याल ओए हनी ਲੈ ਬੇਬੇ ਪਾ ਲੈ ਆਪਣੇ ਆਣੀ ਲਈ ਦੁੱਧ ਚ ਹਨੀ ਇਹਦੇ ਵਾਸਤੇ ਵੀ ਕਰ ਲਈ ਥੋੜਾ ਜਾ ਅੱਜ ਤੋਂ ਮੈਂ ਤੇ ਮੇਰਾ ਪੁੱਤ ਖੇਤਾਂ ਚ ਡੱਗਿਆਂ ਵਾਂਗੂ ਕੰਮ ਕਰਿਆ ਕਰਾਂਗੇ ਡੱਗੇ
ਵੜਦੇ ਯਾਰ, ਮੇਰਾ ਪੁੱਤ ਨੱਕੇ ਮੋੜਿਆ ਕਰੂ, ਵਾਢੀਆਂ ਕਰਿਆ ਕਰੂ, ਨਾਲੇ ਇਹਦੀ ਉੱਥੇ ਗਾਉਣ ਦੀ ਪ੍ਰੈਕਟਿਸ ਹੋ ਜਾ ਕਰੂ, ਨਾਲੇ ਜਿੰਮ ਲੱਗ ਜਾ ਕਰੂ। ਮੰਨ ਗਏ ਵੀ ਹੱਟ ਦੀ ਸਕੀਮ ਨੂੰ, ਹੁਣ ਨੀ ਹੱਥ ਲਾਉਂਦੇ ਸ਼ਰਾਬ ਦੇ ਭੀਮ ਨੂੰ। ਚਲੋ ਆ ਜਾ ਆ ਜਾ। ਮਹਾਰਾਜ ਲੰਮੀ ਉਮਰਾਂ ਦੇਵੇ ਬੈਂਕ ਵਾਲਿਆਂ ਨੂੰ, ਜੇ ਉਹ ਟਰੈਕਟਰ ਨਾ ਲੈ ਕੇ ਜਾਂਦੇ ਤਾਂ ਸਾਡੇ ਵਾਲੇ ਬੰਦੇ ਨੇ ਬੰਦਾ ਨਹੀਂ ਸੀ ਬਣਨਾ। ਮੁੱਦਤਾਂ ਬਾਅਦ ਹੱਸਦੇ ਦੇਖੇ ਆਸੀ ਦੇ ਬਾਪੂ ਨੂੰ, ਸ਼ੁਕਰ ਹੈ ਦਾਤਿਆ, ਸ਼ੁਕਰ ਹੈ। ਸਰ ਮੇਰੇ ਪਿਆਰੇ ਬੱਚਿਓ, ਪਰ ਕੁਝ ਗਿਆਨ ਐਸਾ ਹੈ ਜੋ ਸਿਰਫ ਕਿਤਾਬਾਂ ਤੋਂ ਹੀ ਨਹੀਂ ਬਲਕਿ ਆਮ ਜ਼ਿੰਦਗੀ ਚੋਂ ਮਿਲਦਾ ਹੈ। ਮਾਤਾ ਪਿਤਾ ਦੇ ਸਤਿਕਾਰ ਤੋਂ, ਸਿਆਣੇ ਲੋਕਾਂ ਦੀ ਸੰਗਤ ਤੋਂ, ਨੇਕ ਕੰਮਾਂ ਦੇ ਤਜਰਬੇ ਤੋਂ। ਆਓ ਪਰਮਾਤਮਾ ਤੋਂ ਆਪਾਂ ਕੋਠੀਆਂ, ਪੈਸਾ, ਗੱਡੀਆਂ ਮੰਗਣ ਦੀ ਬਜਾਏ ਨੇ ਕੰਮਾਂ ਦੀ ਦਾਤ ਮੰਗੀਏ। ਦੇ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮਨ ਤੇ ਕਬ ਹੂੰ ਨਾ ਡਰੂੰ, ਨਾ ਟਰੋਂ ਅਰਸੋਂ ਜਬ ਜਾਏ ਲਰੋਂ, ਨਿਸ਼ਚੈ ਕਰੇ ਆਪਣੀ ਜੀਤ ਕਰੂੰ, ਨਿਸ਼ਚੈ ਕਰੇ ਆਪਣੀ ਜੀਤ ਕਰੂੰ, ਨਿਸ਼ਚੈ ਕਰੇ ਆਪਣੀ ਜੀਤ ਕਰੂੰ। ਸ਼ੁਕਰੀਆ ਗੁਰਮੁਖ ਜੀ ਰਾਹ ਵਿਖਾਉਣ ਲਈ। ਅੱਜ ਤੋਂ ਸਕੂਲ ਟਾਈਮ 'ਚ ਨੋ ਜਾਣਾ, ਨੋ ਆਉਣਾ, ਸਿਰਫ ਪੜ੍ਹਾਉਣਾ, ਅਤੇ ਇਸ ਦੀ ਸ਼ੁਰੂਆਤ ਹੁਣ ਤੋਂ ਹੀ। ਚਲੋ ਨੀਤੂ ਮੈਡਮ, ਕਿਆ ਬਾਤ ਹੈ ਜੀ, ਇੱਕ ਵਾਰੀ ਸਰ ਲਈ ਵੀ ਤਾਲੀਆਂ ਮਾਰ ਦਿਓ ਬੱਚਿਓ। ਆਓ ਮੈਡਮ ਜੀ, ਆਓ ਜੀ, ਆਓ ਜੀ, ਆਓ ਜੀ, ਲਾਟਰੀ ਜੀ ਮੋਸਟ ਵੈਲਕਮ ਜੀ। ਲੇਟ ਹੋ ਗਏ ਤੁਸੀਂ, ਤੁਹਾਨੂੰ ਬੱਚਿਆਂ ਦਾ ਜਲਵਾ ਦਿਖਾਉਣਾ ਸੀ। ਚਲੋ ਜੋਤੀ ਦੇਖਣ ਆਏ ਹੋ, ਕਿਹੜੀ ਹੈ? ਹੈ ਨਾ? ਨਹੀਂ ਮਾਟਰੀ, ਜੋਤੀ ਨੂੰ ਮੈਂ ਜਾਣਦਾ, ਦਰਅਸਲ ਅੱਜ ਉਹਦਾ ਜਨਮ ਦਿਨ ਹੈ। ਅੱਛਾ, ਪਰ ਤੁਹਾਨੂੰ ਕਿੱਦਾਂ ਪਤਾ? ਮੇਰੇ ਤੋਂ ਚਿੱਠੀ ਪੜੀ ਗਈ ਸੀ। ਚਿੱਠੀ ਪੜ੍ਹ ਲਈ ਪਰ ਲਿਖੀ ਨਹੀਂ, ਇਹ ਤਾਂ ਫਿਰ ਬੇਸ਼ਰਮੀ ਦੀ ਹੱਦ ਹੈ ਲਾਟਰੀ ਸਾਹਿਬ। ਅੱਜ ਬੱਚੀ ਨੂੰ ਚਿੱਠੀ ਦਾ ਗਿਫਟ ਹੀ ਦੇ ਦਿੰਦੇ। ਲਿਖਣੀ ਹੋਣੀ। ਠੀਕ ਹੈ, ਮਰਜ਼ੀ ਹੈ ਵੀ ਤੇਰੀ, ਚਿੱਠੀਆਂ ਵਾਲੇ ਵੀਰਾ। ਕੀ ਕਹਿ ਸਰ ਜੀ, ਸਰ ਜੀ ਮੇਰੀ ਗੱਲ ਸੁਣੋ ਜੀ। ਇੱਕ ਮਿੰਟ ਬੋਲਣਾ ਨਹੀਂ, ਠਹਿਰ ਜਾ ਪਹਿਲਾਂ ਮੇਰੀ ਗੱਲ ਸੁਣ ਜ਼ਰਾ। ਆ ਫੜੋ 100 ਰੁਪਈਆ, ਅੱਜ ਸਾਡੀ ਜੋਤੀ ਬੇਟੀ ਦਾ ਹੈਪੀ ਬਰਥਡੇ ਹੈ। ਫਟਾਫਟ ਹਲਵਾਈ ਕੋਲੋਂ ਜਾ ਕੇ ਨਾ 100 ਰੁਪਏ ਦੇ ਵੇਸਣ ਦੇ ਲੱਡੂ ਲਿਆਓ। ਠੀਕ ਹੈ ਜੀ। ਬਹੁਤ ਪਿਆਰੇ ਵਾਹਿਗੁਰੂ ਜੀ, ਪਛਾਣ ਤਾਂ ਤੁਸੀਂ ਲੈ ਆਏ ਹੋਣਾ, ਮੈਂ ਚਿੱਠੀਆਂ ਵਾਲੀ ਜੋਤੀ ਬੋਲਦੀ ਹਾਂ। ਮੇਰੀ ਮੰਮੀ ਨੂੰ ਨਾ ਮੇਰੀ ਸਤਿ ਸ਼੍ਰੀ ਅਕਾਲ ਕਹਿਣਾ ਜੀ। ਵਾਹਿਗੁਰੂ ਜੀ, ਅੱਜ ਨਾ ਸਰ ਨੇ ਮੇਰਾ ਬਰਥਡੇ ਬਹੁਤ ਸੋਹਣਾ ਮਨਾਇਆ। Happy birthday dear Jyoti, happy birthday to you. Happy birthday Jyoti. ਸਰ ਨੇ ਨਾ ਮੈਨੂੰ ਬਹੁਤ ਸੋਹਣਾ ਗਿਫਟ ਵੀ ਦਿੱਤਾ। ਅੱਜ ਵੀ ਵਾਹਿਗੁਰੂ ਜੀ ਤੁਹਾਡੀ ਚਿੱਠੀ ਨਹੀਂ ਆਈ। ਤੁਸੀਂ ਜਿਸ ਦਿਨ ਦਾ ਮੰਮੀ ਨੂੰ ਕੋਲ ਬੁਲਾ ਲਿਆ ਹੈ ਉਸ ਦਿਨ ਤੋਂ ਬਾਅਦ ਕਦੀ ਚਿੱਠੀ ਦਾ ਜਵਾਬ ਹੀ ਨਹੀਂ ਦਿੱਤਾ। ਜੇ ਹੁਣ ਵੀ ਜਵਾਬ ਨਾ ਦਿੱਤਾ ਨਾ ਤਾਂ ਮੈਂ ਮਰ ਜਾਣਾ। ਮੈਨੂੰ ਪਤਾ ਲੱਗ ਗਿਆ ਕਿ ਮਰ ਕੇ ਮੈਂ ਮੰਮੀ ਨੂੰ ਮਿਲ ਸਕਦੀ ਹਾਂ। ਮੰਮੀ ਦਾ ਹਾਲ ਦੱਸ ਦਿਓ ਪਲੀਜ਼। ਚੰਗਾ, ਸਤਿਨਾਮ ਵਾਹਿਗੁਰੂ ਜੀ, ਮੈਂ ਤੁਹਾਡੀ ਚਿੱਠੀ ਦਾ ਵੇਟ ਕਰੂੰਗੀ। Yeah.
प्यारी बेटी ज्योति, बहुत बहुत प्यार। ज्योति बेटा, मैं तेरा वाहेगुरु दुनिया ने उलझा रखा सी, तां जवाब नहीं दे सकया बेटा। हुण तेरी हर नवी पुरानी चिट्ठी का जवाब दिया करूंगा। ज्योति, तेरी मम्मी बहुत खुश है बेटा। हाँ सच, असी भी तेरा बर्थडे मनाया सी, केक कटिया सी, उथे परियां आईयां, परियां ने डांस कीता, ते सारे ने रल के गाया सी, हैप्पी बर्थडे टू यू, हैप्पी बर्थडे डियर ज्योति। तेरी मम्मी बहुत खुश हुई सी बेटा। पर असी सब ते तेरी मम्मी तेरे नाल नाराज हां। ज्योति बेटा, तू उदास ना होया कर। तेनू उदास देख के तेरी मम्मी बहुत उदास हो जाती है, फिर उदा जी नहीं लगता। तू हसया कर, तू हसती है ता तेरी मम्मी हसती है। तू थले जो भी करती है ना बेटा, तेरी मम्मी सब देखती है। मम्मी दा फिकर ना करी। हाँ सच, मम्मी वालों बहुत बहुत प्यार। तेरा अपना सतनाम वाहेगुरु। लव यू वाहेगुरु जी, लव यू मम्मी। हे सच्चे पातशाह जीओ, तुहाडी कृपा दे नाल संभू मास ने नवा जनरल स्टोर खोलिया। ਉਹਦੀ ਪਹਿਲੀ ਕਮਾਈ ਦੇ ਮੈਂ ਸਕੂਲ ਦੇ ਵਿੱਚ ਪੱਖੇ ਲਵਾਉਂਗਾ। ਬਸ ਕਾਮਯਾਬੀਆਂ ਬਖਸ਼ਣਾ ਜੀ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ, ਮੈਨੂੰ ਤਾਂ ਮੱਥਾ ਟੇਕਣਾ ਵੀ ਨਹੀਂ ਆਉਂਦਾ ਜੀ। ਉਹੀ ਇੰਨੇ ਸਾਲ ਤੁਹਾਡੇ ਨਾਲ ਰੁੱਸਿਆ ਰਿਹਾ, ਮੈਂ ਤਾਂ ਧੰਨਵਾਦ ਅਤੇ ਮਾਫ਼ੀ ਦੀ ਖਾਤਰ ਆਇਆ ਜੀ। ਧੰਨਵਾਦ ਮੈਨੂੰ ਬੰਦਾ ਬਣਾਉਣ ਲਈ, ਤੇ ਮਾਫ਼ੀ ਇਹ ਵੀ ਮੈਂ ਸਤਨਾਮ ਵਾਹਿਗੁਰੂ ਬਣ ਕੇ ਚਿੱਠੀਆਂ ਲਿਖ ਰਿਹਾ, ਪਰ ਜੇ ਹੁਣ ਤਾਂ ਸਵਾਦ ਆ ਰਿਹਾ ਵਾਹਿਗੁਰੂ ਨਿਆਣੀ ਨੂੰ ਖੁਸ਼ ਦੇਖ ਕੇ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ। ਸਤਿ ਸ਼੍ਰੀ ਅਕਾਲ ਜੀ। ਲਾਟਰੀ ਪੈਰੀ ਪਹਿਣਾ ਚ ਯਾਰ, ਅੱਜ ਤਾਂ ਠੇਕਿਆ ਮੂਹਰੇ ਆਪਾਂ ਫੋਟੋ ਖਿਚਾਉਂਦੇ ਰਹੇ ਹਾਂ, ਅੱਜ ਗੁਰੂ ਘਰ ਸਾਹਮਣੇ ਖਿੱਚ ਕੇ ਹੋ ਜੇ ਲਾਟਰੀ ਉਹ ਬਾਈ। ਹਾਂ, ਆ ਸਾਡੀ ਦੋਹਾਂ ਜਣਾਂ ਦੀ ਗੁਰੂ ਘਰ ਸਾਹਮਣੇ ਇੱਕ ਫੋਟੋ ਖਿੱਚਦੇ ਯਾਰ। ਲਿਆਓ ਰੇ ਆ ਲੈ। ਓਏ ਐਂ ਕੀ ਕਰੀ ਜਾਣਾ ਯਾਰ, ਆਹ ਬਟਨ ਦੱਬਦੇ। ਪਤਾ ਮੈਨੂੰ ਤੇਰੇ ਨਾਲ ਵਧੀਆ ਫੋਨ ਹੈ, iPhone 6 ਖੜੋ। ਗੁਰੂ ਘਰ ਸਾਹਮਣੇ ਖੜੇ, ਹੱਥ ਜੋੜ ਹੱਥ ਜੋੜ। ਸਮਾਈਲ ਪਲੀਜ਼, ਇੱਕ ਹੋਰ ਸਮਾਈਲ। ਲਿਆ ਲੈਟਰੀ, ਫੇਸਬੁੱਕ ਤੇ ਪਾਵਾਂਗੇ ਓਏ। ਕਮ ਔਨ ਮੈਨ, ਇਟਸ ਟਾਈਮ ਫਾਰ ਸਨੈਪਚੈਟ ਐਂਡ ਇੰਸਟਾਗ੍ਰਾਮ, ਯੂ ਨੋ। ਕਮ ਔਨ, ਲੈਟਸ ਗੋ। ਕੀ ਕਹਿ ਗਿਆ ਹੈ? ਅੰਗਰੇਜ਼ੀ ਥੈਂਕ ਯੂ ਕਰਕੇ ਗਿਆ। ਐਡਾ ਵੱਡਾ? ਹਾਂ ਚਾਹ ਪੱਤੀ ਠੋਕ ਕੇ ਤੇ ਮਿੱਠਾ ਯਾਰੋ ਰੋਕ ਕੇ। ਕਿਆ ਬਾਤ ਹੈ ਯਾਰ, ਉਹ ਜਿਹੜਾ ਸਾਡੀ ਬੀਹ ਵਿੱਚ ਦੇਵੀ ਨਾ ਤੂੰ ਹੋਕਾ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਕਮੀਆਂ ਦੇ ਵੇਲੇ। ਓ ਜੀ ਸਭ ਸਭ ਚਾਹ। ਉਹ ਬੰਦਾ ਬਣ ਜਾ ਤੂੰ ਹੈਂਗਰਾ। ਕੀ ਹੋਇਆ? ਦੋ ਦੋ ਗਾਲਾਂ ਨਾ ਕੱਢ, ਨਾਲੇ ਸੱਪ ਤੇ ਨਾਲੇ ਸਾਹਬ। ਅੱਛਾ ਲਓ ਜੀ, ਅੱਜ ਤੋਂ ਬਾਅਦ ਇੱਕ ਹੋਰ ਫੈਸਲਾ ਵੀ ਆਪਾਂ ਇਹਨਾਂ ਦਾ ਸਹੀ ਨਾਂ ਲਿਆ ਕਰਨਾ, ਸੱਪ ਨਹੀਂ ਕਹਿਣਾ। ਕੀ ਨਾਂ ਹੈ ਜੀ ਅਸਲੀ ਤੁਹਾਡਾ?
ਨਾਗਰਾਜ ਇਹਦੇ ਨਾਲੋਂ ਫਿਰ ਪਹਿਲਾਂ ਠੀਕ ਨਹੀਂ ਸੀ ਜ਼ਿਆਦਾ ਉਹ ਕਿਵੇਂ ਬਈ ਕੀ ਹਾਲ ਆ ਗਿਆ ਪਾਲ ਸਿੰਘ ਠੀਕ ਠਾਕ ਕਿਰਪਾ ਜੀ ਵਾਹਿਗੁਰੂ ਜੀ ਚਲੀਏ ਫਿਰ ਬਾਪੂ ਇੱਕ ਮਿੰਟ ਕਿੱਥੇ ਜਾਣਾ ਲੈ ਜੀ ਬਾਪੂ ਨੂੰ ਬਹਿਲਾ ਸਾਡੇ ਕੋਲ ਵੀ ਮਿੱਤਰਾ ਅੱਜ ਤਾਂ ਜੀ ਆਪਾਂ ਅੱਗੇ ਪਾਲ ਕੋਲੋਂ ਗਾਉਣ ਸੁਣਨਾ ਇੱਥੇ ਗਾਏਗਾ ਤਾਂ ਅੱਗੇ ਜਾਏਗਾ ਜਵਾਨਾ ਆਪਾਂ ਯੂਟਿਊਬ ਤੇ ਤੇਰਾ ਗਾਣਾ ਅੱਜ ਹੀ ਰਿਕਾਰਡ ਕਰਕੇ ਪਾ ਦੇਣਾ ਵੇਖੀ ਮੇਰਾ ਵੀਰ ਸਟਾਰ ਬਣਦਾ ਇੱਥੇ ਰੱਖ ਲੈ ਵੀ ਮੇਰਾ ਪੁੱਛ ਐਂ ਕਰ ਉਹ ਗਾਣਾ ਸਿੱਟ ਜਿਹੜਾ ਤੂੰ ਕਹਿੰਦਾ ਨਹੀਂ ਹੁੰਦਾ ਉਹ ਬਈ ਗੰਦ ਮੰਦ ਨਾਲ ਨਹੀਂ ਮੋਬਾਈਲ ਭਰੀਦਾ ਹੱਲ ਵੜ ਕੇ ਨਾ ਬਾਪੂ ਬੇਟੀ ਕਰ ਆ ਚੱਕ ਕਰ ਆ ਪੜ ਲਓ ਜੀ ਸ਼ਾਬਾਸ਼ ਆ ਗਿਆ ਬਾਬਾ ਜੀ ਕੀ ਬਾਤ ਹੈ ਸ਼ਾਸ਼ਾ ਚੱਕ ਦੇ ਫੱਟੇ ਚੱਕ ਦੇ ਚੱਕ ਦੇ ਲਓ ਜੀ ਰੱਬ ਸੁੱਖ ਰੱਖੇ ਹਾਂਜੀ ਸਤਿ ਸ੍ਰੀ ਅਕਾਲ ਜੀ ਖੜ ਜਾ ਇੱਕ ਮਿੰਟ ਮੈਂ ਤੁਹਾਡੇ ਸਾਰਿਆਂ ਦਾ ਹਰਮਨ ਪਿਆਰਾ ਆਸੀ ਸੋਹੀ ਤੇ ਅੱਜ ਮੈਂ ਜੋ ਵੀ ਨਹੀਂ ਹਾਂ ਜੀ ਸਿਰਫ ਤੇ ਸਿਰਫ ਆਪਣੇ ਸਤਿਕਾਰਯੋਗ ਪੂਜਨੀਏ ਪਿਤਾ ਜੀ ਕਰਕੇ ਨਹੀਂ ਹਾਂ ਜੀ ਹੱਸਦਾ ਬਾਪੂ ਯਾਰ ਚੌੜ ਕਰਦਾ ਹੋ ਬੈਲੀਆਂ ਦੀ ਧੀ ਨਾ ਨਿਯਾਰੀ ਲਈ ਦੀ ਸੱਤ ਵਿੱਚ ਖੜ ਜੇ ਦਨੀ ਪਗਾਈ ਦੀ ਬੱਲੇ ਵੀ ਲਾਟਰੀ ਕਮਾਲ ਕਰਤੀ ਯਾਰ ਕਮਾਲ ਤਾਂ ਤੁਸੀਂ ਕੀਤੀ ਹੈ ਸਰ ਜਿਹੜਾ ਇਸ ਲਾਟਰੀ ਦੀ ਲਾਟਰੀ ਕੱਢਤੀ ਤੁਸੀਂ ਭਲੇ ਮਾਨਸ ਬੰਦੇ ਕਹਿੰਦੀ ਕਿਉਂ ਬਣੇ ਹੋ ਮੈਂ ਵੀ ਕਿਸੇ ਦਾ ਗੁਨਾਹਗਾਰ ਹਾਂ ਲਾਟਰੀ ਜੀ
चलो बच्चो चलो बे अगली गेम खेडिए हुण आपां। चुप 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 चुप। लो जी फिर आज तो नौकरी। चलो भी बच्चे हुण आज दा विचार ठीक है। ठीक है जी। गुरु दे प्यारे इक ने सारे बहाने कढ़ना डर के हारना औखा की है सौखा करना सौखा की है औखा करना कह गए बाबा नानक बाणी रच आज सच जुगाद सच 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 आज सच जुगाद सच। मम्मी मिठू तेरे डैडी ने नहीं आना कदे नहीं आना। नहीं मम्मी आनगे मेरे डैडी पक्का आनगे। हौसला रख हौसला रखती है सियाणी बन सियाणी बन के सुख नु भेजिया सी की मिलिया मेनू। सूबेदार साहब की होया? बस डीसी ऑफिस गए सिगे उत्थे इराक तो जड़ियां लिस्ट आई हैं ना उन्हें विच किते भी सुखी था ना नहीं है। ले बिंदर पहने फेर क्यों कबरों नहीं है हाँ उम्मीद नहीं छटी थी हिंदी। मास्टर जी आज एक लड़का मिले सिगा सुखी दे नाल दा ओ कल ही वापस मुड़े है रोलदा खुलदा जिया कहना छे महीने पहला मैं सुखी टू मिलिया सीगा हालत कुछ ठीक जी नहीं सी। मास्टर जी वो लड़का कहना कि फालतू उम्मीद की कोई लोड़ नहीं है। मैं वाहगुरु जी ने गल नहीं करनी। ऐ नहीं कहीदा हुंदा पुत वाहगुरु ने थोड़ा ऐ कहीदा वाहगुरु सब ठीक करनगे। पापा तुहानू तो आना ही पैना वाहगुरु जी ਤੁਹਾਨੂੰ ਵੀ ਪਾਪਾ ਨੂੰ ਭੇਜਣਾ ਹੀ ਪੈਣਾ। ਮਿੱਠੂ ਇਹਦੇ ਸਾਰੇ ਜੀਵਾਂ ਮੈਂ ਮੇਰੇ ਨਹੀਂ ਜੀ ਕਰਦਾ ਜੀਵ ਨੂੰ। ਉਹ ਲੰਘਿਆ ਲਾਲਾ ਬਸ ਆ ਹੀ ਗਿਆ ਜੀ। ਚਲੋ ਤੁਸੀਂ ਹੁਕਮ ਕਰੋ ਮੈਂ ਆਪਣੀ ਦੁਕਾਨਦਾਰੀ ਵੀ ਸਾਂਭਣੀ ਆ ਜਾ ਕੇ। ਅੱਛਾ ਹੋ ਹਾਂਜੀ 13 ਫਰਵਰੀ ਵਾਲਾ ਜਿਹੜਾ ਸੰਗੀਤ ਵਾਲਾ ਪ੍ਰੋਗਰਾਮ ਸੀ ਆਪਾਂ ਇੱਥੇ ਕਰਤਾ। ਸੱਤ ਵਚਨ 14 ਨੂੰ ਵਿਆਹ ਵਾਲਾ ਪ੍ਰੋਗਰਾਮ ਹੈ ਕਿਸੇ ਹੋਰ ਨੂੰ ਕਿਹਾ ਤੇਰੇ ਵਾਸ ਦਾ ਕੰਮ ਨਹੀਂ ਹੈ। ਓਹ ਜੀ ਵਧਿਆ ਘਰ ਦੀਆਂ ਵਧੀਆਂ ਮਿਰਚਾਂ ਗੁੱਸਾ ਨਾ ਕਰਿਓ ਗੱਲ ਦਾ ਇੱਕ। ਅੱਛਾ ਮੈਂ ਤੈਨੂੰ ਆਸੀ ਤੋਂ ਬਿਨਾਂ ਕਿਸੇ ਹੋਰ ਨਾਲ ਨਹੀਂ ਦੇਖ ਸਕਦਾ ਮਨ ਤੇ। ਚੱਲ ਮੈਂ ਤੈਨੂੰ ਪੈਸਾ ਦਵਾਂ ਕੋਈ। ਪੈਸਾ ਤਾਂ ਕੀ ਆ ਬਸ ਤੁਸੀਂ 100,000 ਰੁਪਈਆ ਦੇ ਦਿਓ ਦੋ ਆਪਣੀ ਦਾ ਘਰ ਦੀ ਗੱਲ ਹੈ ਚਲੋ 50,000 ਹੀ ਦੇ ਦਿਓ। ਚਲੋ ਆ ਜਾ ਪਿੰਕੂ 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 ਕੀ ਹੋਇਆ ਮੁੰਡੇ ਨੂੰ ਪਾਣੀ ਲੈ ਕੇ ਆਵਾਂ। ਪਿੰਕੂ ਪਿੰਕੂ ਕੀ ਹੋਇਆ ਇਹਨੂੰ ਬੇਟਾ ਪਿੰਕੂ ਤੂੰ ਫਿਕਰ ਨਾ ਕਰ ਪੁੱਤ ਕਹਿ ਕੰਮ ਹੈ ਜੀ ਕੋਈ ਚਿਮਟਾ ਮਸਾਇਆ ਦਾ ਹੋ ਚੱਲ ਦਿਲਾ ਟੁਰ ਚੱਲੀਏ ਵੇ ਕੋਈ ਕਦਰ ਨਹੀਂ ਆਉਂਦਾ। ਓਏ ਅਸੀ ਆ ਗੱਲਬਾਤ ਤੇਰੀ ਟੁੱਟੀ ਆ ਸੈਡ ਸੌਂਗ ਮੈਂ ਸੁਣੀ ਜਾਂਦਾ। ਵਾਸੀ ਉਹ ਦੇਖੋ
ਉਹ ਆਪਣੀ ਇਨਸਪੀਰੇਸ਼ਨ ਤੁਰੀ ਆਉਂਦੀ ਹੈ। ਓ ਸੇਠਾ ਹਾਂਜੀ, ਓ ਕਿਵੇਂ ਆ? ਬੋਲਦਾ ਮਗਾ ਕਿਧਰੋਂ? ਇਧਰੋਂ ਪੈਦਲ ਹੀ। ਉਹ ਮੈਂ ਤਾਂ ਨਾਲ ਦੇ ਪਿੰਡ ਕੰਮ ਗਿਆ ਸੀ, ਰਸਤੇ 'ਚ ਪੈ ਗਿਆ ਜੰਗਲ ਪਾਣੀ ਦਾ ਜੋਰ, ਮਹਾਂ ਜਾਣ ਲੱਗਦਾ ਤੇ ਵੀ ਕੰਮ ਨੂੰ ਵੇਰ ਦਈਏ। ਲੱਗਦਾ ਵੱਡਾ ਹੀ ਸੌਦਾ ਮਾਰ ਗਿਆ ਹੈ। ਉਹ ਸੋਹੀ ਸਾਹਿਬ, ਤੂੰ ਤਾਂ ਪੱਤਰਕਾਰ ਵਾਂਗੂ ਸਵਾਲ ਤੇ ਸਵਾਲ ਵਾਹੀ ਤੂੰ ਲਿਆਉਂਦਾ। ਲੈ ਜੇ ਫਿਰ ਪੁੱਛਣਾ ਹੀ ਚਾਹੁੰਦਾ ਤਾਂ ਪੁੱਛ। ਆਹ ਸ਼ਮਸ਼ੇਰ ਦਾ ਮੁੰਡਾ ਪਿੰਕੂ ਹੈ ਜਿਹੜਾ, ਲੁੜਕ ਗਿਆ ਸੀ ਅੱਜ, ਨਾਲੇ ਇਹ ਰੌਂਗ ਨੰਬਰ ਪਹਿਲੀ ਵਾਰ ਨਹੀਂ ਲੱਗਿਆ, ਪਹਿਲਾਂ ਵੀ ਕਈ ਵਾਰ ਹਸਪਤਾਲ ਦੀ ਯਾਤਰਾ ਕਰ ਚੁੱਕਿਆ। ਸ਼ਮਸ਼ੇਰ ਦੇ ਲਾਲਲੇ ਨੂੰ ਅੱਜ ਕੱਲ੍ਹ ਨਸ਼ਿਆਂ ਦੀ ਮਸ਼ਹੂਰ ਹੱਟੀ ਨਾਲ ਮਿਲਾਉਂਦੇ ਨੇ ਲੋਕ। ਨਾਲੇ ਇੱਕ ਹੋਰ ਪਤੇ ਦੀ ਗੱਲ ਦੱਸਾਂ, ਫਿਰ ਆਖੇਗਾ ਦੱਸਿਆ ਨਹੀਂ। ਸ਼ਮਸ਼ੇਰ ਨੇ ਆਪਣੀ ਕੁੜੀ ਦਾ ਵਿਆਹ ਪੱਕਾ ਕਰਤਾ, 13 ਤਰੀਕ ਵਾਲੇ ਪ੍ਰੋਗਰਾਮ 'ਤੇ ਮੈਨੂੰ ਹਲਵਾਈ ਦੇ ਤੌਰ 'ਤੇ ਬੁੱਕ ਕੀਤਾ ਅਤੇ 14 ਤਰੀਕ ਨੂੰ ਕੁੜੀ ਦਾ ਵਿਆਹ ਹੈ। ਤੋਰਨਾ ਗੱਡਾ, ਮੈਨੂੰ ਲੱਗਦਾ ਹੁਣ ਤਾਂ ਤੁਹਾਡਾ ਗੱਡਾ ਗਾਰ 'ਚ ਹੀ ਫਸ ਗਿਆ। ਗੁੱਸਾ ਨਾ ਕਰਿਓ, ਹੁਣ ਗੱਲ ਹੈ ਇੱਕ। ਕਾਹਦੇ ਲਈ? 14 ਫਰਵਰੀ ਆ, ਵੈਲੈਂਟਾਈਨਸ ਡੇ, ਪਿਆਰ ਕਰਨ ਵਾਲਿਆਂ ਦਾ ਦਿਨ। ਅੱਛਾ, ਸਹੁੰਆਂ ਜੱਟ ਨੂੰ ਪਿਆਰ ਕਰਨ ਵਾਲੇ ਦਿਨ ਦੀ, ਗਾਹ ਵਾਲੀ 14 ਫਰਵਰੀ ਨੂੰ ਜੱਟ ਬਰਾਤ ਲੈ ਕੇ ਆਊਗਾ ਤੇਰੇ ਘਰੇ। ਵੇ ਸੱਜਣਾ ਪਿਆਰਿਆਂ ਛੱਡ ਕੇ ਨਹੀਂ ਜਾਈਦਾ, ਜਾਨ ਤੋਂ ਪਿਆਰਿਆਂ ਜਗ੍ਹਾ ਨਹੀਂ ਕਮਾਈਦਾ। ਕੋਈ ਪੈਰੀ ਦਿਲ ਵਿਛਾਉਂਦਾ ਹੋਵੇ, ਕੋਈ ਸਾਹੋਂ ਵੱਧ ਕੇ ਚਾਹੁੰਦਾ ਹੋਵੇ, ਕੋਈ ਪੈਰੀ ਦਿਲ ਵਿਛਾਉਂਦਾ ਹੋਵੇ, ਸਾਹੋਂ ਵੱਧ ਕੇ ਚਾਹੁੰਦਾ ਹੋਵੇ, ਉਹਨੂੰ ਠੇਡਾ ਨੀ ਮਾਰੀਦਾ ਹੈ, ਠੇਡਾ ਨੀ ਮਾਰੀਦਾ ਸੱਚੇ ਰੱਬ ਤੋਂ ਡਰੀਦਾ। ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ, ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ, ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ। ਸਾਲੇ 2 ਦਿਨ ਪਹਿਲਾਂ ਟਰੈਕਟਰ ਲੈ ਕੇ ਗਏ ਨੇ, ਉਹ ਆ ਕੇ ਤੇ ਹੀਰੋ ਹਾਂਡਾ ਜਿਹਾ ਬਣਾ ਲੈ ਜਾਣਾ।
ਓ ਤੇਰੀ ਸਪੀਡ ਰਿਕਾਰਡ ਵਾਲੀ ਜੱਟ ਦੀ ਮੋਟਰ ਤੇ, ਵਾਹ ਬਾਈ ਵਾਹ। ਤੈਨੂੰ ਸ਼ਗਨ ਦੇ ਤੌਰ ਤੇ ਆ ਲਓ ਗੱਡੀ ਦੀ ਚਾਬੀ। ਹਾਂਜੀ, ਪਰ 3 ਸਾਲ ਦਾ ਕੰਟਰੈਕਟ ਸਾਈਨ ਕਰਨਾ ਪੈਣਾ ਮੇਰੇ ਵੀਰ। ਤੁਸੀਂ ਸਾਈਨ ਦੱਸੋ ਕਿੱਥੇ ਕਰਨੇ ਜੀ? ਪਰ ਕੀ ਗੱਡੀਆਂ ਨਾਲ ਜ਼ਰੂਰੀ ਇੱਕ ਹੋਰ ਚੀਜ਼ ਵੀ ਹੈ ਜੀ। ਜੋ ਚਾਹੀਦਾ ਦੱਸੋ ਜਨਾਬ। ਉਹ ਦੱਸ ਦਿੰਦੇ ਹਾਂ ਜੀ, ਪਹਿਲਾਂ ਸਪੀਡ ਰਿਕਾਰਡ ਵਾਲਿਆਂ ਨੂੰ ਪਹਿਲੇ ਆਟੋਗ੍ਰਾਫ ਤਾਂ ਦੇ ਲਈਏ। ਸਰਦਾਰ ਦਲੇਰ ਸਿੰਘ ਸੋਹੀ ਦੇ ਦੋਨੋਂ ਪੁੱਤਰ ਹਾਜ਼ਰ ਹੋ। ਲਓ ਜੀ ਵਧਾਈਆਂ ਅਸੀਂ ਦੇ ਬੇਬੇ ਤੇ ਬਾਪੂ ਨੂੰ। ਮਤਬਲ? ਮਤਲਬ ਇਹ ਜੀ ਕਿ ਇਹ ਕਾਰ ਵੀ ਤੁਹਾਡੀ ਹੈ ਤੇ ਟਰੈਕਟਰ ਤਾਂ ਤੁਹਾਡਾ ਹੈ ਹੀ। ਕੀ ਹੋ ਗਿਆ ਚਾਚੀ? ਲੈ ਵੀ ਆਸੀ ਸੀ ਲੱਡੂ ਖਵਾਉਣ ਦਾ ਵੇਲਾ ਆਇਆ ਤੇ ਚਾਚੀ ਦਵਾਈ ਖਾਣ ਵਾਲੀ ਹੋ ਗਈ, ਤਾਂ ਹੀ ਜੱਟਾਂ ਦੀ ਲਾਟਰੀ ਨਹੀਂ ਨਿਕਲਦੀ ਕਦੇ। ਮੈਂ ਟਰੈਕਟਰ ਤੇ ਗੜਾ ਲਾ ਕੇ ਹੋ ਰਹਾ ਹਾਂ, ਕਦੇ ਹੂੰ ਕਰਕੇ ਕਦੇ ਹਾਂ ਕਰਕੇ, ਕਿਹੜਾ ਦੇ ਦੇ ਓਏ ਤੂੰ ਬਾਪੂ ਲੰਮੀ ਬਾਹ ਕਰਕੇ, ਕਿਹੜਾ ਦੇ ਦੇ ਓਏ। ਲੋਕ ਤਾਂ ਚਿੱਟੇ ਦੁੱਧ ਦਾ ਵਪਾਰ ਬੇਈਮਾਨੀ ਨਾਲ ਕਰਦੇ ਨੇ, ਮੈਂ ਚਿੱਟੇ ਦਾ ਵਪਾਰ ਕਿਵੇਂ ਇਮਾਨਦਾਰੀ ਨਾਲ ਕਰ ਲਓ? ਨਾਲੇ ਆਪਾਂ ਕਿਹੜਾ ਕਿਸੇ ਦੇ ਧੀ ਪੁੱਤ ਨੂੰ ਧੱਕੇ ਨਾਲ ਨਸ਼ੇ ਤੇ ਲਾਈਦਾ? ਹੁਣ ਜੇ ਕੋਈ ਚਿੱਟਾ ਖਾਊ ਮਰਵੀ ਕਿਹੜਾ ਅਮਰ ਹੋ ਜੂ? ਅੱਛਾ ਗੱਲ ਸੁਣ ਪਿੰਕੂ, ਅੱਧੇ ਘੰਟੇ 'ਚ ਤੇਰੇ ਕੋਲ ਡਿਲੀਵਰੀ ਲੈ ਕੇ ਪਹੁੰਚ ਰਿਹਾ, ਉਹਦਾ ਕੰਮ ਸਿਰਫ ਤੇਰੇ ਤੱਕ ਪਹੁੰਚਾਉਣਾ, ਅੱਗੇ ਜ਼ਿੰਮੇਵਾਰੀ ਤੇਰੀ ਹੈ। ਅਸਮਾਨ ਸਾਹਿਬ ਓਏ, ਬਿੱਕੂ ਤੇਰਾ ਇਹ 2 ਨੰਬਰ ਦਾ ਧੰਦਾ ਤੇ ਆ ਜ਼ੁਲਮ, ਖੂਨ ਦੇ ਹੰਝੂ ਰਵਾਓ ਤੈਨੂੰ, ਪਿੰਡ ਚ ਪੋਰਾ ਇੱਜ਼ਤ ਨਹੀਂ ਰਹੀ। ਮੇਰੇ ਵਰਗੇ ਸਾਨ ਬੰਦੀ ਇਹੋ ਜਿਹਾ ਕੰਮ ਕਰ ਸਕਦੇ ਨੇ? ਤੇਰੇ ਪਿੰਡ ਦੀ ਖੱਸੀ ਜਨਤਾ ਸਿਰਫ ਗੱਲਾਂ ਕਰ ਸਕਦੀ, ਤੇ ਤੂੰ ਕਿਹੜੀਆਂ ਇੱਜ਼ਤ ਦੀਆਂ ਗੱਲਾਂ ਕਰਦਾ ਹੈ? ਓਏ ਮੇਰੇ ਵਿਆਹ ਤੇ ਪਿੰਡ ਦਾ ਪੰਚ ਨਹੀਂ ਸੀ ਸੱਦ ਹੋਇਆ ਤੇਰੇ ਤੋਂ। ਜਿੱਦਣ ਤੂੰ ਮਰੇਗਾ ਨਾ ਸੀਐਮ ਆਊਗਾ, ਸੀਐਮ। ਉਹਦੀ ਮਰਜ਼ੀ ਅੱਗੇ ਆਪਾਂ ਕੁਛ ਨਹੀਂ ਕਰ ਸਕਦੇ। ਮੈਂ ਮਾਰਤਾ ਦਲੇਰ ਭਾਈ, ਦਲੇਰ ਭਾਈ ਮੈਂ ਮਾਰਿਆ ਆਪਦੇ ਪੁੱਤ ਨੂੰ, ਲੋਕਾਂ ਨੂੰ ਨਸ਼ਾ ਵੇਚਦਾ, ਉਹੀ ਨਸ਼ਾ ਮੇਰੇ ਪੁੱਤ ਨੂੰ ਖਾ ਗਿਆ। ਉਹ ਦਲੇਰ ਭਾਈ ਨਸ਼ਾ ਮੇਰੇ ਪੁੱਤ ਨੂੰ ਖਾ ਗਿਆ।
ना जी ना। गुरमुख ना जी ना। हाँ जी हाँ बन, मैं तेरा गुनाहगार, मैं तुहाडा दोहां दा कतल कीता, तेरा भी ते अपनी बच्ची दा भी। मैं कल्ले ने नहीं रहना बाणी, हुण मैं भी तुहाडे दोहां कोल आउणा चाहुंदा। वाह जी प्यारे हो, परमात्मा दे दित्ते हुए जिंदगी रूपी तोहफे नूं बिना वरते ही खत्म करन लगे हो। मैं गुरमुख, मैं किते नहीं गई, मैं थोड़े अंदर जूंदी हाँ। यूं मर के मैनू ना मारो, जो होया वो वाहेगुरु जी की मर्जी सी। हुक्मे अंदर सब को, बाहर हुक्म ना कोई। गुरमुख जीना सीखो ते जीना सिखाओ, अपनी चुप नू तोड़ो, मेरे परशामे नू ना फड़ो, सगों पानी दी आत्मा नू पछाणो, रूहानी बाणी ते लड़ लगो। लगोंगे ना? फकीरा तेरी तेरिया तू ही ओ जाने वे, किसे किसे तो कच चुगाउना, किसे तो मोती दाने वे। वावा रब्ज फकीरा तेरी तेरिया तू ही ओ जाने, वावा रब्ज फकीरा तेरी तेरिया तू ही ओ जाने। तेरी
थले जचदा जाने बिना दंदाले छलियां च भल्लाते वाहिगुरु ने इत्थे रख। हां जी 14 फरवरी नूं आख्या बाल सिंह बरात लेके जा रहा है, थोनू अज तो ही चुल्ले ने आउंदा ओ बल्ले ओ शेरा बल्ले। कैसे बुणते डाडिया रब्बा दुनिया दे तुताड़े वे वावा रब्ज फकीरा तेरी तेरियां तू ही ओ जाने वावा फकीरा तेरी तेरियां तू ही ओ जाने सप तू सारियां जलेबियां खा जाएगा ओए लै जलेबियां की गल करते हैं तुसी नु छड़ के वेखो हुण एक कड़ाए च मुंह पा लेगा। सही गल है पा कड़ाए च मुंह मैं खिचू तेरी फोटो फोटो खिच लियो फिर तुहानू फेसबुक ते पाउनी पाउगी पा देंगे पा देंगे। अच्छा है दसो फिर स्टेटस की पाओगे ओए ए तो आज फिर मास्टर डिसाइड करनगे भी हां दसो मास्टर जी हां दसो दसो देखो जी जे ता कढ़ाई दे विच मुंह पा के जलेबियां खाओगे हां जी फिर तो स्टेटस इको ही बनदा ओ केड़ा कुत्ते खान जलेबियां पाड़ रही तुसी भी ओ एक मिनट मास्टर जी नु पुछदे हां गिद्दे बिना देखा बंदे बन के ब्याह देखो ये मैं वैसे ही वेख्या लाटरी साहब तुहाडे वाल भाई ब्याह ते नहीं नचना फिर कदों नचोगे। पता थानू लाउड म्यूजिक डिसिप्लिन पंग करता है। बेवकूफ किसे थां दे केह जे गाने बजा रहे हैं। एडा शुभ मौका है ओ गाना बजा डीजे वाले बाबू मेरा गाना बजा। हाँ जी हाँ जी हाँ जी हाँ जी हाँ जी की हाँ जी हाँ जी तू ऐ दस की दूंगा अपना 1,25,000 रुपया जी है 1,25,000 लो लो देखते हो लोग दे मारनी है परचाई मजाक करके मैं की कहे आ तू कहा नहीं 1,25,000 दूंगा मैं ब्याह दा प्रोग्राम बुक करदा सी ओ बड्डिया गमंतरिया पहला आपदा ब्याह तक करा ले तू कितने कुंडली मरी बैठे ये तेरी पुटारी नहीं हाँ मेरा पुत्ता है
ਉਹ ਬੰਦਿਆਂ ਵਾਂਗੂ ਬੈਠ। ਉਹ ਕੋਈ ਨਹੀਂ ਬਾਈ, ਮੈਂ ਕਰਦਾ ਇਹਦਾ ਜ਼ਹਿਰ। ਓਏ ਬੇਅਦਬ ਸਨੇਕ, ਬੰਦਾ ਬਣ। ਬੇਬੇ ਹਾਂ ਹਾਂ ਹਾਂ। ਓ ਯਾਰ ਉਹ ਜਦੋਂ ਰਿਬਨ ਜਾ ਕੱਟਦੇ ਆ ਸਾਲੀਆਂ ਨੂੰ ਕਿੰਨੇ ਪੈਸੇ ਦੇਣੇ ਆ? ਉਹ ਤਾਂ ਤੇਰੇ ਬਾਪੂ ਨੇ ਤਾਂ ਤੇਰੀਆਂ ਮਾਸੀਆਂ ਨੂੰ 100 ਰੁਪਿਆ ਦਿੱਤਾ ਸੀ। ਓਏ ਬਾਪੂ ਪੰਜਵੀਂ ਫੇਲ ਹੈ, ਮੈਂ ਅੱਧੀ ਬੀਏ ਕਰੀ ਬੈਠਾ, ਨਾਲੇ ਮੈਂ ਮੌਜੂਦਾ ਕਲਾਕਾਰ ਹਾਂ। ਤੂੰ ਮੇਰੇ ਪੁੱਤ 151 ਰੁਪਿਆ ਦੇ ਦੀ ਹੈ। ਓਏ ਰੀਬਨ ਕਟਾਈ ਦੇਣੀ ਹੈ ਬੇਬੇ, ਕੋਈ ਟੂਲ ਪਲਾਈ ਦੀ ਪਰਚੀ ਥੋੜੀ ਕਟਾਉਣੀ ਹੈ। ਜੋ ਦਿਲ ਚੱਲ ਬੈਠ ਬੈਠ। ਤੁਸੀਂ ਅੱਜ ਆਪਣੀ ਮੱਝ ਤੇ ਆ ਜਾਂਦੇ? ਆ ਸੂਬੇਦਾਰ ਸਾਹਿਬ, ਜੇ ਮੈਂ ਤੁਹਾਡਾ ਟੈਂਕ ਦੇਖ ਲੈਂਦਾ, ਮੱਝ ਛੱਡ ਮੈਂ ਝੋਟੇ ਤੇ ਆ ਜਾਣਾ ਸੀ। ਕੀ ਬਾਤ ਹੈ ਜੀ। ਵੈਸੇ ਤੁਹਾਡੀ ਮੱਝ ਨੂੰ ਤਾਂ 4-5 ਵਾਰੀ ਅੜਿੰਗਦਿਆਂ ਸੁਣਿਆ ਸੀ ਮੈਂ, ਆਪ ਜੀ ਨੂੰ ਬੋਲਦਿਆਂ ਅੱਜ ਪਹਿਲੀ ਵਾਰੀ ਸੁਣਿਆ। ਰੌਣਕ ਸਿੰਘ ਨਾਂ ਹੈ ਮੇਰਾ। ਇਹ ਦੋਤੀ ਹੈ ਮੇਰੀ ਜੋਤੀ। ਬਸ ਕੁਝ ਸਮੇਂ ਲਈ ਇਹਦੀ ਚੁੱਪ ਨੇ ਮੈਨੂੰ ਵੀ ਗੂੰਗਾ ਕਰਤਾ ਸੀ। ਅੱਛਾ ਜੀ, ਇਹਦਾ ਮਤਲਬ ਜੋਤੀ ਆਪ ਜੀ ਦੇ ਬਾਗ ਦਾ ਫੁੱਲ ਹੈ। ਹਾਂ, ਆਪਣੇ ਬਾਗ ਦਾ ਫੁੱਲ ਹੈ, ਪਰ ਇਹਦੀ ਮਾਲਣ ਮੇਰੀ ਧੀ ਕੈਂਸਰ ਦੇ ਰੋਗ ਨੇ ਖਾ ਲਈ। ਇਹਦੇ ਦਾਦਕੇ ਛੋਟੀ ਜੀ ਸੀ ਬੇਚਾਰੀ ਜਦੋਂ ਮੇਰੇ ਕੋਲ ਛੱਡ ਗਏ। ਹੁਣ ਨਾਨਕਿਆਂ ਨੇ ਤਾਂ ਆਪਣੀਆਂ ਧੀਆਂ ਦੇ ਫਰਜ਼ ਨਿਭਾਉਣੇ ਹੀ ਨੇ। ਬਰਾਤ ਨੂੰ ਤੁਰ ਲੋ, ਕਿਤੋਂ ਜਾਂਦਿਆਂ ਨੂੰ ਪਤਾ ਉਹਨਾਂ ਖਤਮ ਹੋ ਜਾਣਾ। ਓਏ ਤੁਸੀਂ ਇੱਥੇ ਕਿਹੜੇ ਜਾਬਾਂ ਦਾ ਪਿੜ ਗਰੀ ਜਾਓਗੇ? ਓ ਤੁਹਾਡੇ ਵੀਰੇ ਦਾ ਵਿਆਹ ਹੈ, ਗੋਡੇ ਦੁਖਦੇ ਤੁਹਾਡੇ, ਲੱਗ ਰਿਹਾ ਝੁੱਟ ਪੋ। ਓ ਲਓ ਫਿਰ, ਜਿਹੜੀ ਕਹਿੰਦਾ ਲੰਕਾਰੇ ਤੋਂ ਡਰਦੀ ਹੁੰਦੀ ਆ ਤੂੰ, ਕਚਮੀਲੇ ਵਾਲੀ ਚਮਕੀਲਾ ਹੁੰਦਾ। ਸ਼ਮਸ਼ੇਰ
ਦੋਵੇਂ ਕਰਤੀ ਰਾਣੀ ਦੇ ਨੇ ਜਦੋਂ ਇਹਦਾ ਚਿੱਤ ਕਰੂ ਗੇੜਾ ਮਾਰ ਜਾ ਕਰੂ ਚਲੋ ਜੀ ਲਓ ਵਾਹਿਗੁਰੂ ਦਾ ਨਾਮ ਤੇ ਇਜਾਜ਼ਤ ਲਈਏ ਹੁਣ ਮਾਸਟਰ ਜੀ ਏਦਾਂ ਨਹੀਂ ਇਹ ਆ ਲਓ ਆ ਭਰੋ ਮੁੱਠੇ ਨਹੀਂ 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 ਸੋਹੀ ਸਾਹਿਬ ਅੱਜ ਦਾ ਦਿਨ ਸਿਰਫ ਤੁਹਾਡਾ ਹੱਕ ਬਣਦਾ ਜੀ ਨਾ 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 ਜ਼ਿੰਦਗੀ ਦੇਣ ਵਾਲੇ ਨਾਲੋਂ ਨਾ ਜ਼ਿੰਦਗੀ ਪੜਾਉਣ ਵਾਲੇ ਦਾ ਹੱਕ ਪਹਿਲਾਂ ਚਲੋ ਜੋ ਹੁਕਮ ਜੀ ਬਾਬੇ ਨਾਨਕ ਦੀ ਬਾਣੀ ਤੇ ਅਰਦਾਸ ਗ੍ਰੇਟ ਹੈ ਸਰ ਸੁਖੀ ਕਿਉਂ ਮੇਰਾ ਬੱਚਾ ਮੇਰੇ ਕਿੱਥੇ ਸੀ ਤੂੰ ਮਾਸੀ ਮਾਸੀ ਜੀ ਮੈਂ ਉੱਥੋਂ ਮੁੜ ਕੇ ਆਇਆ ਜਿੱਥੇ ਮੌਤ ਵੀ ਹੈਰਾਨ ਨੂੰ ਵੀ ਇਹਨੂੰ ਕੱਟ ਕੇ ਕੌਣ ਲੈ ਗਿਆ ਹਾਰ ਗਿਆ ਸੀ ਮੈਂ ਤਾਂ ਪਰ ਤੁਹਾਡੀਆਂ ਸਭ ਦੀਆਂ ਅਰਦਾਸਾਂ ਜਿੱਤ ਗਈਆਂ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਹੁਣ ਖੁਸ਼ ਹੈ ਮੇਰੀ ਭੈਣ ਹਾਂਜੀ ਵੀਰ ਵਾਹ ਓਏ ਦਾਤਿਆ ਅਸੀਂ ਤੁਹਾਨੂੰ ਲੈਣ ਆਏ ਸੀ ਦਾਤੇ ਨੇ ਜਵਾਈ ਵੀ ਮੋੜਤਾ ਲਓ ਹੁਣ ਦੇਖਦਾ ਕੌਣ ਨਹੀਂ ਨੱਚਦਾ ਹਾਂਜੀ ਬੀਬੀ ਜੀ ਸਤਿ ਸ਼੍ਰੀ ਅਕਾਲ ਪੈਰੀ ਪੈਨਾ ਜੀ ਭੁੱਲ ਹੀ ਗਿਆ ਗੁਰਮੁਖਾ ਕਦ ਆਏਗਾ ਭੁੱਲਿਆ ਕਿੱਥੇ ਜਾਂਦਾ ਬੀਜੀ ਭੁੱਲੇ ਤਾਂ ਅਜੇ ਉਹ ਨਹੀਂ ਜਿਹੜੇ ਸਦਾ ਲਈ ਛੱਡ ਕੇ ਤੁਰ ਗਏ ਮਾਫ ਕਰ ਦੇ ਪੁੱਤ ਮਾਂ ਨੂੰ ਮਾਵਾਂ ਵੀ ਤਾਂ ਮਾਫ ਕਰਦੀਆਂ ਆਈਆਂ ਨੇ ਇੰਨੀ ਨਾਰਾਜ਼ਗੀ ਪੁੱਤ ਬੀਬੀ ਜੀ ਮੈਂ ਇੱਕ ਨਵੇਂ ਸਕੂਲ 'ਚ ਜੁਆਇਨ ਕਰਨਾ ਜੁਆਇਨ ਕਰਕੇ ਫਿਰ ਦੇਖਦਾ ਮਾਰਦਾ ਚੁੱਕ ਤੇਰੀਆਂ ਭਤੀਜੀਆਂ ਯਾਦ ਕਰਦੀਆਂ ਨੇ ਪੁੱਤ ਇਹ ਸਾਰੇ ਸਾਡੇ ਕੋਲ ਹੀ ਨੇ ਮੈਂ ਲੈ ਕੇ ਆਈ ਹਾਂ ਅੱਛਾ ਜੀ ਠੀਕ ਹੈ ਵੀ ਜੀ ਚਲੋ ਲਓ ਪਰੌਂਠੇ ਫਿਰ ਪਹਿਲਾਂ ਆ ਕੇ ਤੁਹਾਨੂੰ ਹੀ ਜੁਆਇਨ ਕਰਦਾ ਕਰਨੀ ਹੈ ਅਰਦਾਸ ਪਿਆਰਿਓ ਕਿਸਮਤ ਆਪਣੀ ਆਪ ਸ਼ਿੰਗਾਰਿਓ ਸੁੱਖ ਮੰਗੀਏ ਨਗਰ ਖੇੜੇ ਦੀ ਦੁਖੀ ਨੂੰ ਦਈਏ ਸੁੱਖ ਪਾਣੀ ਬਚਾਈਏ ਵਾਂਗ ਪੱਤ ਦੇ ਪੁੱਤਾਂ ਵਾਂਗੂ ਰੁੱਖ ਬਾਬੇ ਨਾਨਕ ਦੀ ਬਾਣੀ ਦੇ ਦਿਲ ਤੋਂ ਅਰਥ ਹੰਡਾਈਏ ਧੀ ਨੂੰ ਮੰਦਾ ਬੋਲੀਏ ਨਾ ਕਿਰਤ ਕਰ ਵੰਡ ਖਾਈਏ ਤੁਹਾਡਾ ਪਿਆਰਾ ਗੁਰਮੁਖ ਸਿੰਘ ਲੈ ਬਈ ਅਸੀਂ ਹੁਣ ਆਪਾਂ ਸਾਰੇ ਜਾਣੇ ਮਿਲ ਕੇ ਆ ਮਾਸਟਰ ਜੀ ਦੀ ਲਿਖੀ ਹੋਈ ਅਰਦਾਸ ਦੇ ਨਾਲ ਇੱਕ ਸੈਲਫੀ ਖਿਚਾਈਏ ਠੀਕ ਹੈ ਫੇਸਬੁੱਕ ਤੇ ਪਾਵਾਂਗੇ ਠੀਕ ਹੈ ਠੀਕ ਹੈ ਫੇਸਬੁੱਕ ਤੇ ਤਾਂ ਪਾਵਾਂਗੇ ਸਟੇਟਸ ਕੀ ਲਿਖੇਗਾ ਲਿਖੂੰਗਾ ਨਹੀਂ ਲਿਖਾਂਗੇ ਮਿਸ ਯੂ ਮਾਸਟਰ ਜੀ ਆਜੋ 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 ਇਹ ਮਹਿਜ ਤਸਵੀਰਾਂ ਨਹੀਂ ਹਨ ਇਹ ਪੰਜਾਬ ਦੇ ਵਾਸੀ ਨੇ ਕਦੀ ਇਹ ਘੇਰੇ ਸਨ 47 ਘੇਰੇ ਕਦੀ 84 ਨੇ ਅੱਜ ਇਹ ਘੇਰੇ ਖੁਦਕੁਸ਼ੀਆਂ ਨੇ ਘੇਰੇ ਅੱਜ ਸਿਆਸਤ ਨੇ ਜੁਗਨੀ ਮਾਇਆ ਗਾਵਣ ਵਾਲੇ ਘੇਰੇ ਅੱਜ ਉਦਾਸੀ ਨੇ
ਸੁਨੀਆਂ ਰਾਹਾਂ ਹਿੱਕ ਵਿੱਚ ਤਾਂ ਕੋਈ ਨਜ਼ਰ ਕਲੈਣੀ ਰੋਕੋਵੇ ਤਰਸ ਨਾ ਜਾਇਓ ਧੀ ਪੁੱਤਾਂ ਨੂੰ ਉਹ ਪੰਜਾਬ ਦੇ ਲੋਕੋਵੇ ਅਰਦਾਸ।